ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸੀਤਲ ਸਿੰਘ ਗਿੱਲ ਵੱਲੋਂ ਪਿਆਰ ਤੇ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਕਬੂਲ ਕਰੋ। ਜਿਸ ਤਰ੍ਹਾਂ ਤੁਸੀਂ ਮੇਰੇ ਕੱਲ੍ਹ ਦੇ ਪ੍ਰੋਗਰਾਮ ਵਿੱਚ ਵੀ ਸੁਣਿਆ ਸੀਗਾ ਵੀ ਅਸੀਂ ਇੱਕ ਖਾਸ ਪ੍ਰੋਗਰਾਮ ਅੱਜ ਵੀਰਵਾਰ ਵਾਲੇ ਦਿਨ ਸ਼ੁਰੂ ਕਰਨਾ ਹੈਗਾ, ਖਾਸ ਪ੍ਰੋਗਰਾਮ, ਖਾਸ ਮੁਲਾਕਾਤ ਜਿਹੜੀ ਹੈਗੀ ਆ ਇਹੋ ਜਿਹੀ ਸ਼ਖਸੀਅਤ ਜਿਹਨੂੰ ਕਿ ਅਸੀਂ ਸਾਡੀ ਸਾਰੀ ਸਮੁੱਚੀ ਕਮਿਊਨਿਟੀ ਦਾ ਸਿਰ ਇੱਕ ਤਾਂ ਨੂੰ ਹੋਰ ਹੋ ਜਾਂਦਾ ਉੱਠ ਜਾਂਦਾ ਆ ਵੀ ਜੇ ਉਹਨਾਂ ਨਾਲ ਗੱਲਬਾਤ ਕਰਨੀ ਹੈਗੀ ਆ। ਉਹ ਸ਼ਖਸੀਅਤ ਹਨ ਜਿਨ੍ਹਾਂ ਕਿ ਸਿੱਖ ਇਤਿਹਾਸ ਵਿੱਚ ਜਾਣਾ ਪਛਾਣਿਆ ਨਾਂ ਜਿਹੜਾ ਹੈਗਾ ਪ੍ਰੋਫੈਸਰ ਸਾਹਿਬ ਸਿੰਘ ਜੀ, ਜਿਹੜੇ ਕਿ ਗ੍ਰੇਟ ਸਿੱਖ ਸਕਾਲਰ ਹੋਏ ਹੈਗੇ ਆ, ਉਹਨਾਂ ਦੀ ਦੋਤੀ ਤੇ ਸਾਰ ਪ੍ਰੀਤ ਜਿਹੜੇ ਸਿੱਖ ਸਕਾਲਰ ਜਿਹੜੇ ਆ ਸਾਰ ਪ੍ਰੀਤਮ ਸਿੰਘ ਉਹਨਾਂ ਦੀ ਸਪੁੱਤਰੀ ਡਾਕਟਰ ਹਰਸ਼ਿੰਦਰ ਕੌਰ। ਡਾਕਟਰ ਹਰਸ਼ਿੰਦਰ ਕੌਰ ਦਾ ਇੱਕ ਨਾਂ ਜਿਹੜਾ ਹੈਗਾ ਇਸ ਵੇਲੇ ਅਸੀਂ ਇਹ ਕਹਿ ਸਕਦੇ ਹੈਗੇ ਆ ਸਮੁੱਚੀ ਸਿੱਖ ਕਮਿਊਨਿਟੀ ਦਾ ਨੇ, ਪੂਰੀ ਵਰਲਡ ਦੀ ਕਮਿਊਨਿਟੀ ਦਾ, ਔਰਤਾਂ ਦਾ ਨਾਂ ਦੇ ਹੱਕਾਂ ਦੇ ਵਾਸਤੇ ਜੇ ਕਿਸੇ ਨੇ ਵੋਇਸ ਰੇਜ਼ ਕੀਤੀ ਹੈਗੀ ਆ ਤਾਂ ਉੱਥੇ ਇੱਕ ਡਾਕਟਰ ਹਰਸ਼ਿੰਦਰ ਕੌਰ ਦਾ ਨਾਂ ਆਉਂਦਾ ਹੈਗਾ। ਡਾਕਟਰ ਹਰਸ਼ਿੰਦਰ ਕੌਰ ਬਾਰੇ ਮੈਂ ਬਰੀਫਲੀ ਤੁਹਾਨੂੰ ਜਾਣਕਾਰੀ ਦੇਵਾਂਗਾ। ਬਰੀਫ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਕਿ ਇਸ ਵੇਲੇ ਉਹਨਾਂ ਨੂੰ ਕਾਫੀ ਅਵਾਰਡਾਂ ਤੇ ਸਨਮਾਨਾਂ ਨਾਲ ਲੋਕਾਂ ਨੇ, ਸਰਕਾਰੀ ਸੰਸਥਾਵਾਂ ਨੇ, ਇੰਟਰਨੈਸ਼ਨਲ ਕੌਮੀ ਤੇ ਕੌਮਾਂਤਰੀ ਪੱਧਰ ਤੇ ਸਨਮਾਨਿਤ ਕੀਤਾ ਗਿਆ ਹੈਗਾ। ਜਿਹੜੇ ਕਿ ਡਾਕਟਰ ਹਰਸ਼ਿੰਦਰ ਕੌਰ ਜਿਹੜੇ ਆ ਪੈਡਿਕ ਦੇ ਹੈੱਡ ਹੈਗੇ ਆ, ਇਸ ਵਕਤ ਉਹ ਅਸਿਸਟੈਂਟ ਪ੍ਰੋਫੈਸਰ ਹੈਗੇ ਆ ਰਜਿੰਦਰਾ ਮੈਡੀਕਲ ਕਾਲਜ ਪਟਿਆਲੇ ਦੇ ਵਿੱਚ, ਤੇ ਉਹਨਾਂ ਨੂੰ ਕਾਫੀ ਜਿਹੜੇ ਅਵਾਰਡ ਜਿਹੜੇ ਆ ਦੋ ਸਟੇਟ ਅਵਾਰਡ ਮਿਲ ਚੁੱਕੇ ਹੈਗੇ ਆ, ਜਿਹੜੇ ਆ ਚੈਂਪੀਅਨ ਆਫ ਵੁਮਨ ਰਾਈਟਸ ਕੈਨੇਡਾ ਦੀ ਪਾਰਲੀਮੈਂਟ ਵੱਲੋਂ ਦਿੱਤਾ ਗਿਆ ਹੈਗਾ, ਯੂਨਾਈਟਿਡ ਨੇਸ਼ਨ ਵੱਲੋਂ ਵੁਮਨ ਆਫ ਦੀ ਈਅਰ ਇਨ 2012 ਦਾ ਅਵਾਰਡ ਦਿੱਤਾ ਗਿਆ ਹੈਗਾ। ਹੋਰ ਜਿਹੜਾ ਸਿੱਖ ਕਮਿਊਨਿਟੀ ਦਾ ਵੱਧ ਤੋਂ ਸਰਵਉੱਚਮ ਅਵਾਰਡ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਖਰੇ ਕੌਮ ਦਾ ਖਿਤਾਬ ਦਿੱਤਾ ਗਿਆ ਹੈਗਾ, ਇਹ ਪਹਿਲੇ ਜਿਹੜੇ ਆ ਆਪਣੀਆਂ ਸਾਰੀਆਂ ਇਸਤਰੀਆਂ ਵਿੱਚੋਂ ਹਨ ਜਿਨ੍ਹਾਂ ਨੂੰ ਇਹੋ ਜਿਹਾ ਅਵਾਰਡ ਮਿਲਿਆ ਗਿਆ ਹੈਗਾ। ਡਾਕਟਰ ਹਰਸ਼ਿੰਦਰ ਕੌਰ ਨੇ ਜਿਹੜੇ ਹੈਗੇ ਆ ਕਾਫੀ ਪ੍ਰਸਿੱਧ ਲੇਖਕ ਹੈਗੇ ਆ ਜਿਨ੍ਹਾਂ ਦੀਆਂ ਕਿਤਾਬਾਂ ਸਕੂਲਾਂ ਤੇ ਕਾਲਜਾਂ ਦੇ ਵਿੱਚ, ਤੇ ਸਕਾਲਰ ਵੀ ਜੇ ਕੋਈ ਰਿਸਰਚ ਕਰਦੇ ਹੈਗੇ ਆ, ਤੇ ਜੇ ਕੋਈ ਇਸਤਰੀਆਂ ਦੇ ਪੱਖਾਂ ਦੀ, ਬੱਚਿਆਂ ਦੇ ਪੱਖਾਂ ਦੀ ਕੋਈ ਗੱਲ ਕਰਨੀ ਹੋਵੇ ਜਾਂ ਕੋਈ ਵੀ ਆ ਉਹ ਰਿਸਰਚਰ ਵੀ ਇਹਨਾਂ ਦੀਆਂ ਜਿਹੜੀਆਂ ਬੁੱਕਸ ਨੂੰ ਕੋਟ ਕਰਦੇ ਹੈਗੇ ਆ। ਇਹੋ ਜਿਹੜੇ ਹੈਗੇ ਆ ਇਹਨਾਂ ਨੂੰ ਜਿਹੜੇ ਇੰਨੇ ਅਵਾਰਡ ਹੈਗੇ ਆ, ਮੇਰਾ ਖਿਆਲ 4 to 5 ਪੇਜ ਜਿਹੜੇ ਆ A4 ਸਾਈਜ਼ ਦੇ ਵੀ ਜੇ ਪ੍ਰਿੰਟਡ ਵੀ ਕੀਤਾ ਜਾਵੇ ਲਿਖਣ ਲਈ ਤਾਂ ਮੇਰਾ ਖਿਆਲ 12-14 ਪੇਜ ਚਾਹੀਦੇ ਹੈਗੇ ਆ, ਤਾਂ ਇੰਨੇ ਜਿਹੜੇ ਆ ਉਹ ਵਰਣਨ ਮੈਂ ਕਰ ਨਹੀਂ ਸਕਦਾ ਹੈਗਾ। ਹੋਵੇਵਰ ਤੁਹਾਨੂੰ ਮੈਂ ਉਹਨਾਂ ਨਾਲ ਹੁਣ ਰੂਬਰੂ ਕਰਨ ਆਉਣ ਜਾ ਰਿਹਾ ਹੈਗਾ, ਉਹ ਉਹਨਾਂ ਦਾ ਉਹਨਾਂ ਵੱਲ ਉਹਨਾਂ ਨਾਲ ਅਸੀਂ ਗੱਲਬਾਤ ਕਰਾਂਗੇ। ਬਸ ਅਸੀਂ ਉਹਨਾਂ ਨਾਲ ਉਹ ਸਾਡੇ ਲਾਈਨ ਤੇ ਆ ਚੁੱਕੇ ਹੈਗੇ ਆ, ਚਲੋ ਉਹਨਾਂ ਵੱਲ ਚੱਲਦੇ ਹੈਗੇ ਆ। ਡਾਕਟਰ ਹਰਸ਼ਿੰਦਰ ਕੌਰ ਜੀ, ਤੁਸੀਂ ਕੋਹਿਨੂਰ ਰੇਡੀਓ ਤੇ ਹੈਗੇ ਆ ਅਲਾਈਵ ਇਸ ਵੇਲੇ, ਤੁਸੀਂ ਤੁਹਾਡਾ ਸਭ ਤੋਂ ਪਹਿਲਾਂ ਤਾਂ ਕੋਹਿਨੂਰ ਦੇ ਇਸ ਵੇਲੇ ਹਜ਼ਾਰਾਂ ਸਰੋਤੇ ਤੁਹਾਡੇ ਵੈਲਕਮ ਕਰਨ ਦੇ ਲਈ ਉਡੀਕ ਕਰ ਰਹੇ ਹੈਗੇ ਆ। ਸਾਨੂੰ ਕਾਫੀ ਪਹਿਲਾਂ ਹੀ ਤੁਹਾਡੀ ਵੋਇਸ ਸੁਣਨ ਤੋਂ ਪਹਿਲਾਂ ਹੀ ਕਾਫੀ ਮੈਸੇਜ ਪਹੁੰਚ ਚੁੱਕੇ ਆ ਕਿ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਨੂੰ ਵੈਲਕਮ ਕਹੋ ਤੇ ਉਹ ਤੁਹਾਡਾ ਸਾਡੇ ਗੱਲਬਾਤ ਕਰਨ ਲਈ ਤੁਹਾਡਾ ਧੰਨਵਾਦ ਵੀ ਕਰਦੇ ਹੈਗੇ ਆ। ਮੈਂ ਫਿਰ ਤਹਿ ਦਿਲੋਂ ਤੁਹਾਡਾ ਅੱਜ ਪਹਿਲਾਂ ਸਵਾਗਤ ਕਰਦਾ ਹੈਗਾ। ਡਾਕਟਰ ਹਰਸ਼ਿੰਦਰ ਕੌਰ ਜੀ, ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਪਾਠਕ ਤੇ ਤੁਹਾਡੇ ਨਾਲ ਜਿੰਨੇ ਵੀ ਸੁਣ ਸਕਦੇ ਨੇ ਵੀਰ, ਭੈਣ, ਬਜ਼ੁਰਗ, ਬੱਚੇ, ਸਭ ਨੂੰ ਬਹੁਤ ਬਹੁਤ ਨਿੱਘੀ ਸਤਿ ਸ੍ਰੀ ਅਕਾਲ ਤੇ ਬਹੁਤ ਧੰਨਵਾਦ ਸਾਰਿਆਂ ਦਾ ਜਿੰਨਾ ਪਿਆਰ ਸਤਿਕਾਰ ਤੁਸੀਂ ਸਭ ਨੇ ਦਿੱਤਾ ਹੈ। ਸ਼ਾਇਦ ਮੈਂ ਉਹਨੇ ਮਾਣ ਦੀ ਹੱਕਦਾਰ ਵੀ ਨਹੀਂ ਸੀ, ਪਰ ਤੁਸੀਂ ਸੱਚਮੁੱਚ ਇੱਕ ਟੇਕੇ ਹੋਣ ਜਿਵੇਂ ਟੇਕੇ ਹੋਣ ਕਿਸੇ ਦੇ ਉਹਨਾਂ ਹੀ ਨਿੱਘ ਮੈਨੂੰ ਇੱਥੋਂ ਮਿਲਿਆ ਜੀ। ਡਾਕਟਰ ਹਰਸ਼ਿੰਦਰ ਕੌਰ, ਮੈਂ ਤੁਹਾਡੇ ਕੋਲ ਸਭ ਤੋਂ ਪਹਿਲਾਂ ਇਹੋ ਪੁੱਛਣਾ ਚਾਹਾਂਗਾ, ਤੁਸੀਂ ਇਹੋ ਜਿਹੇ ਪਰਿਵਾਰ ਤੋਂ ਹੈਗੇ ਆ ਪਰ ਜਿਹੜਾ ਕਿ ਸਾਡੇ ਸਾਰੀ ਸਿੱਖ ਕਮਿਊਨਿਟੀ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਦਾ ਬਹੁਤ ਹੀ ਸਤਿਕਾਰ
ਉਹਨਾਂ ਦੀਆਂ ਉਹ ਇੰਨੇ ਸਕਾਲਰ ਹੈਗੇ ਵੱਡੇ ਸਕਾਲਰ ਹੋਇਆ ਗਿਆ ਜਿਨ੍ਹਾਂ ਦਾ ਅੱਜ ਵੀ ਅਸੀਂ ਹਰ ਕੋਈ ਜਿਹੜਾ ਕਥਾਵਾਚਕ ਗੁਰੂ ਘਰਾਂ ਦੇ ਵਿੱਚ ਉਹਨਾਂ ਦਾ ਨੂੰ ਕੋਡ ਕਰਦਾ ਹੈਗਾ ਦੱਸਦਾ ਹੈ ਸਮਝਾਉਂਦਾ ਹੈਗਾ ਪਰ ਉਹਦੇ ਨਾਲ ਨਾਲ ਮੈਂ ਤੁਹਾਡੇ ਕੋਲ ਇੱਕ ਕੁਐਸਚਨ ਇਹੋ ਜ਼ਰੂਰੀ ਪੁੱਛਣਾ ਚਾਹਾਂਗਾ ਵੀ ਆਮ ਤੌਰ ਤੇ ਰਾਜਨੀਤਿਕ ਆਗੂ ਤਾਂ ਇਸ ਤਰ੍ਹਾਂ ਹੋਇਆ ਕਰਦੇ ਹੈਗੇ ਆ ਉਹਨਾਂ ਨੂੰ ਪਾਵਰ ਜਾਂ ਸਟੇਟ ਦੀ ਉਹਨਾਂ ਨੇ ਕਮਾਂਡ ਸੰਭਾਲਣੀ ਆ ਉਹਨਾਂ ਦੇ ਪੁੱਤਰ ਧੀਆਂ ਜਿਹੜੇ ਆ ਉਹ ਆ ਕੇ ਅੱਗੇ ਆ ਜਾਂਦੇ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਹੈਗਾ ਐਸ਼ੋ ਇਸ਼ਰਤ ਜਾਂ ਸਰਕਾਰੀ ਪਾਵਰ ਦਾ ਆਨੰਦ ਮਾਨਣ ਵਾਸਤੇ ਤੁਸੀਂ ਇੱਕ ਇਹੋ ਜਿਹੇ ਜਿਹੜੀ ਆ ਇਹ ਸਮਾਜ ਸੇਵਕ ਤੁਸੀਂ ਕਿੱਤੇ ਵਿੱਚੋਂ ਡਾਕਟਰੀ ਪ੍ਰੋਫੈਸ਼ਨ ਵਿੱਚੋਂ ਹੈਗੇ ਆ ਤੁਹਾਡੇ ਹੋਰ ਵੀ ਜਿਹੜੇ ਆ ਭੈਣ ਭਰਾ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਦੇ ਹੋਰ ਵੀ ਜਿਹੜੇ ਹੈਗੇ ਆ ਉਹਨਾਂ ਦੇ ਭਰਾ ਭਤੀਜੇ ਹੋਰ ਜਾਂ ਕੋਈ ਸਰਕਲਰ ਦੇ ਵਿੱਚ ਹੋਣਗੇ ਜਿਹੜੇ ਪਰ ਤੁਸੀਂ ਇੱਕ ਵਿਸ਼ੇਸ਼ ਤੌਰ ਤੇ ਇੱਕ ਔਰਤ ਹੋਣ ਦੇ ਵਜੋਂ ਵੀ ਤੁਹਾਨੂੰ ਤਾਂ ਕਾਫੀ ਜਿਹੜਾ ਆ ਇਹੋ ਜਿਹਾ ਅੱਗੇ ਆਏ ਹੈਗੇ ਆ ਸਮਾਜ ਸੇਵਕਾ ਦੇ ਤੌਰ ਤੇ ਜਿਹੜਾ ਕਿ ਤੁਹਾਡੇ ਇਸ ਵੇਲੇ ਲੋਕਲ ਕੀ ਨੈਸ਼ਨਲ ਕੀ ਇੰਟਰਨੈਸ਼ਨਲ ਕੀ ਨਾਂ ਜਿਹੜਾ ਆ ਤੁਹਾਡਾ ਜਾਣਿਆ ਜਾਂਦਾ ਹੈਗਾ ਵੀ ਤੁਸੀਂ ਕਿਸ ਕਿਸਤਾ ਚੁਣਿਆ ਇਹੋ ਇੱਧਰਲਾ ਰਸਤਾ ਕਾਫੀ ਕਠਿਨ ਰਸਤਾ ਸੀਗਾ ਬਾਕੀ ਤੁਸੀਂ ਵੀ ਆਪਣੇ ਭੈਣ ਭਰਾਵਾਂ ਵਾਂਗੂ ਜਾਂ ਹੋਰ ਰਿਸ਼ਤੇਦਾਰਾਂ ਵਾਂਗੂ ਆਪਣਾ ਵਧੀਆ ਜੋਬ ਕਰਦੇ ਤੁਸੀਂ ਇਹ ਕਿੱਤੇ ਵਿੱਚੋਂ ਇਹੋ ਜਿਹੜਾ ਸਮਾਜ ਸੇਵਕਾ ਦਾ ਸੰਭਾਲਿਆ ਇੰਨੀਆਂ ਲਿਖਤਾਂ ਆਈਆਂ ਤੁਹਾਡੇ 40 ਦੇ ਕਰੀਬ ਕਿਤਾਬਾਂ ਬੁੱਕਸ ਤੁਹਾਡੀਆਂ ਹੋ ਚੁੱਕੀਆਂ ਪ੍ਰਿੰਟ ਤੇ ਇਹਦੇ ਵਿੱਚ ਮੈਨੂੰ ਸਾਨੂੰ ਸਾਡੇ ਸਰੋਤਿਆਂ ਨੂੰ ਥੋੜਾ ਜਿਹਾ ਦੱਸੋ ਵੀ ਤੁਸੀਂ ਇਹੋ ਕਿੱਦਾਂ ਇੱਧਰ ਨੂੰ ਆਕਰਸ਼ਿਤ ਹੋਏ ਕਿਉਂਕਿ ਤੁਹਾਡੇ ਹੋਰ ਵੀ ਭੈਣ ਭਰਾ ਹੈਗੇ ਆ ਤੇ ਹੋਰ ਵੀ ਰਿਸ਼ਤੇਦਾਰ ਵੀ ਹੈਗੇ ਆ ਉਹ ਕਿਉਂ ਨਹੀਂ ਚੁਣੇ ਤੁਸੀਂ ਕਿਉਂ ਇਹ ਚੁਣਿਆ ਹੈਗਾ ਇੱਧਰ ਨੂੰ ਹਾਂਜੀ ਦਰਅਸਲ ਸਾਡੀ ਜਿਹੜੀ ਹੁੰਦੀ ਜੇ ਕਿਸੇ ਦਾ ਕਿਸ ਰਾਹ ਵੱਲ ਤੁਰਨਾ ਜ਼ਰੂਰੀ ਨਹੀਂ ਹੁੰਦਾ ਕਿ ਹਰ ਜਣਾ ਇਹੀ ਰਾਹ ਚੁਣੇ ਜੋ ਦਾਦਾ ਜਾਂ ਨਾਨੇ ਜਾਂ ਪਿਤਾ ਦਾ ਹੋਵੇ ਕਈ ਵਾਰ ਰਾਹ ਵੱਖ ਵੀ ਹੋ ਜਾਂਦੇ ਨੇ ਕਿਉਂਕਿ ਉਹਦੇ ਤੇ ਮਾਹੌਲ ਸਮਾਜ ਇਹਨਾਂ ਸਾਰੀਆਂ ਚੀਜ਼ਾਂ ਦਾ ਡੂੰਘਾ ਅਸਰ ਪੈਂਦਾ ਜੀ ਮੈਂ ਦਰਅਸਲ ਇੱਕ ਤਰ੍ਹਾਂ ਸਮਝ ਲਓ ਕਿ ਬਾਕੀ ਮਾਮੀਆਂ ਮਾਸੀਆਂ ਤੇ ਅਨੇਕ ਯਾਨੀ ਹੋਰ ਰਿਸ਼ਤੇਦਾਰਾਂ ਦੇ ਵਿੱਚ ਉਹ ਵੀ ਮੈਂ ਇੱਕ ਤਰੀਕੇ ਸਮਝ ਲਓ ਕਿ ਤੀਜੀ ਪੁਸ਼ਤ ਹੋ ਗਈ ਜਿਵੇਂ ਅੱਗੋਂ ਮੈਂ ਕੱਲ ਗੁਰਬਾਣੀ ਦੀ ਦਰਅਸਲ ਬਿਲਕੁਲ ਵੀ ਨਹੀਂ ਕੀਤੀ ਮੈਂ ਗੱਲ ਕੀਤੀ ਸਾਇੰਟਿਫਿਕ ਆਧਾਰ ਉੱਤੇ ਕਿ ਗੁਰਬਾਣੀ ਦੇ ਨਾਲ ਕਿਵੇਂ ਅਸੀਂ ਮਾਨਸਿਕ ਪੱਖੋਂ ਤੰਦਰੁਸਤ ਰਹਿ ਸਕਦੇ ਹਾਂ ਤੇ ਮੇਰਾ ਚਿੱਤ ਸੀ ਕਿ ਗੁਰੂ ਸਾਹਿਬ ਜੀ ਜੋ ਸਾਡੇ ਘਰ ਵਿੱਚ ਵੀ ਬਹੁਤ ਮੇਰੇ ਮਦਰ ਵੀ ਤੇ ਮੇਰੇ ਫਾਦਰ ਵੀ ਉਹਨਾਂ ਨੇ ਵੀ ਬਹੁਤ ਸਾਰੀ ਉਮਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਖੋਜ ਕੀਤੀ ਹੈ ਸੋ ਘਰ ਦੇ ਵਿੱਚ ਅਜਿਹਾ ਮਾਹੌਲ ਸੀ ਜਿਸ ਨੇ ਮੈਨੂੰ ਉੱਧਰ ਥੋੜਾ ਬਹੁਤ ਪ੍ਰੇਰਿਤ ਕਰ ਦਿੱਤਾ ਸੀ ਫਿਰ ਵੀ ਮੈਂ ਡੂੰਘੀ ਖੋਜ ਗੁਰਬਾਣੀ ਉੱਤੇ ਤਾਂ ਨਹੀਂ ਕੀਤੀ ਹੋਈ ਪਰ ਜੋ ਵਿਗਿਆਨਕ ਖੋਜਾਂ ਦੇ ਉੱਤੇ ਮੈਨੂੰ ਲੱਗਿਆ ਆਧਾਰਿਤ ਧਰਮ ਹੈ ਇਸੇ ਲਈ ਮੈਂ ਇਸ ਪਾਸੇ ਵੱਲ ਖਿੱਚੀ ਗਈ ਸਾਂ ਸਮਾਜ ਸੇਵਾ ਜਿਸ ਪਾਸੇ ਮੈਂ ਫਰੀ ਸੀ ਉਹਦੇ ਵਾਸਤੇ ਅਸਲ ਚ ਗੱਲ ਇਹ ਸੀ ਕਿ ਮੈਂ ਆਪ ਆਪਣੇ ਅੱਖੀ ਵੇਖਿਆ ਜੇ ਇੱਕ ਨਵਜਾਤ ਬੱਚੀ ਨੂੰ ਕੁੱਤਿਆਂ ਵੱਲੋਂ ਪਾੜੇ ਜਾਂਦੇ ਮੈਂ ਉਹ ਜਦੋਂ ਪਤਾ ਕੀਤਾ ਕੌਣ ਸੀ ਤਾਂ ਮੈਨੂੰ ਦੱਸਿਆ ਗਿਆ ਕਿ ਇਹ ਬੱਚੀ ਰੱਖੀ ਹੁੰਦੀ ਹੈ ਆਪਣੇ ਘਰ ਵਿੱਚ ਤੇ ਇਸ ਕਰਕੇ ਸਿੱਖ ਦਿੱਤੀ ਗਈ ਕਿ ਉਹਦੇ ਪਿਤਾ ਨੇ ਧਮਕੀ ਦਿੱਤੀ ਸੀ ਮਾਂ ਨੂੰ ਤੇ ਜੇ ਹੋਰ ਅੱਗੋਂ ਚੌਥੀ ਕੁੜੀ ਜੰਮੀ ਤਾਂ ਪਹਿਲੀਆਂ ਤਿੰਨੋਂ ਕੁੜੀਆਂ ਤੇ ਮਾਂ ਨੂੰ ਬਾਹਰ ਕੱਢ ਦੇਵੇਗਾ ਮੈਂ ਆਪਣੇ ਘਰ ਵਿੱਚ ਕਿਉਂਕਿ ਚੌਥੀ ਕੁੜੀ ਤੇ ਪੰਜਵਾਂ ਬੱਚਾ ਸੀ ਮੈਨੂੰ ਮਹਿਸੂਸ ਹੋਇਆ ਕਿ ਸ਼ਾਇਦ ਉਹ ਮੈਨੂੰ ਹੀ ਕੁੱਤੇ ਵੱਢ ਰਹੇ ਨੇ ਜੋ ਇਸੇ ਕਰਕੇ ਮੇਰਾ ਕਹਿ ਲਓ ਕਿ ਗੁਰੂ ਨੇ ਜਾਂ ਪਰਮਾਤਮਾ ਨੇ ਜਿਸ ਤਰੀਕੇ ਤੋੜਨਾ ਚਾਹਿਆ ਇੱਕ ਮਕਸਦ ਦੇ ਦਿੱਤਾ ਕਿ ਜ਼ਿੰਦਗੀ ਵਿੱਚ ਜੇ ਮੈਂ ਕਦੇ ਕੁਛ ਕਰ ਸਕਾਂ ਤਾਂ ਚਾਹੁੰਦੀ ਹਾਂ ਕਿ ਇਸ ਤਰ੍ਹਾਂ ਦੀਆਂ ਧੀਆਂ ਨਾ ਸੁੱਟੀਆਂ ਜਾਣ ਦਰਅਸਲ ਮੈਨੂੰ ਉਦੋਂ ਤੱਕ ਪਤਾ ਹੀ ਨਹੀਂ ਸੀ ਮੇਰੇ ਵਿਆਹ ਤੋਂ ਬਾਅਦ ਦੀ ਗੱਲ ਹੈ ਜਦੋਂ ਮੈਂ ਦੇਖਿਆ ਸੀ ਕੈਬ ਲਾਉਣ ਜਾਂਦੇ ਸਾਂ ਮੈਡੀਕਲ ਕਾਲਜ ਤੋਂ ਮੈਂ ਤੇ ਮੇਰੇ ਪਤੀ ਪ੍ਰੀ ਮੈਡੀਕਲ ਕੈਂਪ ਲਾਉਂਦੇ ਸਾਂ ਪਿੰਡਾਂ ਚ ਤੇ ਉਦੋਂ ਮੈਨੂੰ ਜਦੋਂ ਪਤਾ ਲੱਗਿਆ ਆਪਣੇ ਮਦਰ ਤੋਂ ਕਿ ਮੇਰੇ ਜੰਮਣ ਵੇਲੇ ਵੀ ਮੇਰੇ ਘਰ ਵਿੱਚ ਕੋਈ ਗੁਆਂਢੀਆਂ ਵੱਲੋਂ ਜਾਂ ਰਿਸ਼ਤੇਦਾਰੀ ਵੱਲੋਂ ਖੁਸ਼ੀ ਦਾ ਸੁਨੇਹਾ ਨਹੀਂ ਸੀ ਆਇਆ ਲੋਕਾਂ ਨੇ ਅਫਸੋਸ ਹੀ ਕੀਤਾ ਸੀ ਵੀ ਕੁੜੀ ਜੰਮੀ ਹੈ ਪਰ ਮੇਰੇ
ਪਿਤਾ ਨੇ ਉਦੋਂ ਸਟਰੋਂਗ ਕਦਮ ਚੁੱਕਿਆ, ਮੇਰੀ ਮਾਂ ਨੇ ਸਖਤ ਕਦਮ ਚੁੱਕੇ ਕਿ ਨਹੀਂ ਜੀ ਸਾਨੂੰ ਬਹੁਤ ਪਿਆਰੀ ਹੈ ਧੀ ਵੀ, ਤੇ ਮੇਰਾ ਨਾਮਕਰਨ ਵੀ ਉਦੋਂ ਕੀਤਾ ਗਿਆ ਸੀ ਕਿ ਸਾਡੇ ਘਰ ਤੇ ਖੁਸ਼ੀ ਆਈ ਹੈ, ਹਰਸ਼ ਇੰਦਰ ਖੁਸ਼ੀ ਦਾ ਦੇਵਤਾ ਸਾਡੇ ਘਰ ਅਫਸੋਸ ਕਰਨ ਨਾ ਆਓ। ਤਾਂ ਮੈਨੂੰ ਉਸ ਚੀਜ਼ ਨੇ ਹੋਰ ਬੜੀ ਪ੍ਰੇਰਨਾ ਦਿੱਤੀ ਕਿ ਜੇ ਮੇਰੇ ਮਾਂ ਪਿਓ ਲੜ ਸਕੇ ਸਨ ਉਸ ਮਾਹੌਲ ਵਿਚ, ਤਾਂ ਫਿਰ ਮੈਨੂੰ ਜ਼ਰੂਰ ਕੋਈ ਨਾ ਕੋਈ ਇਹੋ ਇਸੇ ਚੀਜ਼ ਵਾਸਤੇ ਹੋਰ ਅੱਗੋਂ ਜੁਟਣਾ ਚਾਹੀਦਾ। ਇਸ ਗੱਲ ਨੂੰ ਤੁਸੀਂ ਜਿੱਦਾਂ ਭਾਫ ਲਿਆ ਪਿਆ ਹਾ, ਪਰ ਇਹੋ ਆਮ ਤੌਰ ਤੇ ਤੁਸੀਂ ਗੁਰਬਾਣੀ ਦਾ, ਪਰ ਇੱਕ ਪ੍ਰੈਕਟਿਸ ਦੇ ਵਿੱਚੋਂ ਜਿਹੜੀ ਇਸ ਵੇਲੇ ਗੁਰੂ ਨਾਨਕ ਸਾਹਿਬ ਦਾ ਅਸੀਂ 550ਵਾਂ ਸਾਲ ਜਿਹੜਾ ਆ ਜਨਮ ਦਿਨ ਮਨਾ ਰਹੇ ਹੈਗੇ ਹਾਂ, ਉਹਦੇ ਵਿੱਚੋਂ ਇੱਕ ਜਿਹੜੀ ਆ ਹਰ ਗੁਰੂ ਘਰਾਂ ਵਿੱਚ ਤੁਸੀਂ ਜਾਂਦੇ ਹੈਗੇ ਆ, 550 ਸਾਲਾਂ ਦੇ ਦਿਵਸ ਤੇ ਬਹੁਤ ਸਵਾਗਤ ਹੋ ਰਿਹਾ ਹੈਗਾ, ਬੜਾ ਸੈਲੀਬ੍ਰੇਸ਼ਨ ਹੋ ਰਹੀ ਆ ਭਈ ਸੋ ਕਿਉਂ ਮੰਦਾ ਆਖੀਏ ਜਿੱਤ ਜੰਮੇ ਰਜਾਨ, ਇਹ ਜਿਹੜੇ ਬਹੁਤ ਅਸੀਂ ਇੱਕ ਮੰਤਰ ਵਾਂਗੂ ਪੜ੍ਹੀ ਜਾ ਰਹੇ ਹੈਗੇ ਹਾਂ। ਪਰ ਜਦੋਂ ਅੱਜ ਪੰਜਾਬ ਦੇ ਫਿਰ ਅਸੀਂ ਅੰਕੜੇ ਦੇਖੋ ਤਾਂ ਅਸੀਂ ਪੰਜਾਬੀ ਲੋਕ ਕਾਫੀ ਪਿੱਛੇ ਹੈਗੇ ਹਾਂ ਜਿਹੜੀ ਰੇਸ਼ੋ ਹੈਗੀ ਆ ਪੁਰਸ਼ਾਂ ਦੀ ਤਾਂ ਇਸਤਰੀਆਂ ਦੀ, ਤੇ 550 ਸਾਲ ਦੇ ਬੀਤ ਜਾਣ ਦੇ ਬਾਵਜੂਦ ਵੀ ਅਸੀਂ ਮੰਤਰ ਵਾਂਗੂ ਪਾਠ ਤਾਂ ਕਰੀ ਜਾ ਰਹੇ ਹੈਗੇ ਹਾਂ, ਉਹ ਪ੍ਰੈਕਟਿਸ ਵਜੋਂ ਅਸੀਂ ਕਿਉਂ ਨਹੀਂ ਅਪਣਾ ਸਕੇ? ਸਾਡੇ ਕੁਛ ਸਰੋਤਿਆਂ ਨਾਲ ਇਹੋ ਜਿਹੀਆਂ ਗੱਲਾਂ ਵੀ ਤੁਹਾਡੇ ਕੋਲ ਸੁਣਨੀਆਂ ਚਾਹੁੰਦੇ ਹੈਗੇ ਆ ਵੀ ਕੀ ਗੱਲ ਹੈਗੀ ਆ ਵੀ ਇਹ ਸਾਰਾ ਕੁਛ। ਕਾਰਨ ਸਿਰਫ ਇੱਕੋ ਇਹ ਕਿ ਅਸੀਂ ਗੁਰੂ ਦੀ ਬਾਣੀ ਨੂੰ ਸਮਝ ਨਹੀਂ ਸਕੇ, ਓਨੀ ਡੂੰਘਾਈ ਨਾਲ ਨਾ ਅਪਣਾ ਸਕੇ। ਜ਼ਿੰਦਗੀ ਨੂੰ ਢਾਲਣ ਲਈ ਸਾਨੂੰ ਬਹੁਤ ਕੁਛ ਗੁਰਬਾਣੀ ਤੇ ਗ੍ਰਹਿਣ ਕਰਨਾ ਪੈਂਦਾ, ਜਿਹਦੇ ਵਿੱਚ ਕਾਮ ਕ੍ਰੋਧ ਲੋਭ ਮੋਹ ਹੰਕਾਰ ਤਿਆਗ ਕੇ, ਆਪਣੀ ਹਉਮੈ ਤਿਆਗ ਕੇ, ਇੱਥੋਂ ਤੱਕ ਕਿ ਮਾਇਆ ਦਾ ਉਹ ਵੀ ਕਈ ਵਾਰ ਤਿਆਗਣਾ ਪੈਂਦਾ। ਤੇ ਉਹਦੇ ਵਿੱਚ ਜਦੋਂ ਗੁਰੂ ਸਾਹਿਬ ਨੇ ਸਮਝਾਇਆ ਕਿ ਅਸੀਂ ਨੀਵਿਆਂ ਦੇ ਵੀ ਅੱਤ ਨੀਵੇਂ, ਤੇ ਉਹਦਾ ਮਤਲਬ ਸਮਝੋ ਕਿ ਸਿਰਫ ਉੱਥੇ ਤੱਕ ਸੀਮਤ ਨਹੀਂ, ਬਲਕਿ ਜਿੰਨੀਆਂ ਵੀ ਸਿੱਖਿਆਵਾਂ ਦਿੱਤੀਆਂ ਗਈਆਂ ਨੇ, ਜ਼ਿੰਦਗੀ ਜੀਣੀ ਕਿਵੇਂ ਚਾਹੀਦੀ ਹੈ, ਕਿਰਤ ਕਰਨੀ ਚਾਹੀਦੀ ਹੈ, ਵੰਡ ਛਕਣਾ, ਧਿਆਨ ਨਾਲ ਦੇਖਾਂਗੇ ਤਾਂ ਅਸੀਂ ਬਹੁਤ ਦੂਰ ਉਸ ਸਾਰੇ ਵਿੱਚੋਂ ਨਿਕਲ ਚੁੱਕੇ ਹੋਏ ਹਾਂ। ਆਪੋ ਆਪਣੀ ਅਸਲ ਚ ਜ਼ਿੰਦਗੀ ਹੁੰਦੀ ਜੇ ਹਰ ਕਿਸੇ ਦਾ ਢੰਗ ਹੈ ਜ਼ਿੰਦਗੀ ਜਿਉਣ ਦਾ। ਕਈਆਂ ਨੇ ਆਪਣੀ ਜ਼ਿੰਦਗੀ ਨੂੰ ਸਿਰਫ ਉੱਥੇ ਤੱਕ ਸੀਮਤ ਕਰ ਦਿੱਤਾ ਕਿ ਮੈਂ ਸੋਹਣੇ ਮਕਾਨ ਬਣਾ ਲਵਾਂ, ਰੱਜਿਆ ਪੁੱਜਿਆ ਰਵਾਂ, ਮੇਰੇ ਅੱਗੋਂ ਟੱਬਰ ਠੀਕ ਰਹਿਣ, ਮੇਰੇ ਬੱਚੇ ਵਧੀਆ ਰਹਿਣ, ਉਸ ਥਾਂ ਤੱਕ ਕਈ ਵਾਰ ਸੋਚ ਸੀਮਤ ਹੋ ਜਾਂਦੀ ਹੈ। ਮਾਹੌਲ ਹੁੰਦਾ ਜੇ ਕਈ ਵਾਰ ਕਿਸੇ ਦੇ ਹਾਲਾਤ ਇਸ ਹੁੰਦੇ ਨੇ, ਕਿਸੇ ਲਈ ਮਜਬੂਰੀ ਹੈ ਕਿ ਉਹਨੂੰ ਹੱਥ ਭੰਨਵੀ ਮਿਹਨਤ ਹੀ ਕਰਨੀ ਪੈ ਜਾਂਦੀ, ਉਮਰ ਭਰ ਉਹਨਾਂ ਲੈ ਨਹੀਂ ਸਕਦਾ ਜਿੰਨਾ ਹੋਵੇ। ਸੋ ਵੱਖੋ ਵੱਖਰੇ ਹਰ ਕਿਸੇ ਦੇ ਆਪਣੇ ਸੁਝਾਅ ਵੀ ਹੁੰਦੇ ਨੇ, ਵੱਖੋ ਵੱਖਰੇ ਢੰਗ ਵੀ ਹੁੰਦੇ ਨੇ, ਪਰ ਜੋ ਗੁਰੂ ਸਾਹਿਬ ਨੂੰ ਗ੍ਰਹਿਣ ਕਰਨ ਦਾ ਜੇ ਆਪਾਂ ਸਹੀ ਮਹਿਣਿਆਂ ਚ ਦੇਖੀਏ ਤਾਂ ਉਹਦੇ ਵਿੱਚ ਸਪਸ਼ਟ ਲਿਖਿਆ ਹੋਇਆ ਜੇ ਕਿ ਮੌਤ ਯਕੀਨੀ ਹੈ, ਇਹ ਆਉਣੀ ਹੀ ਆਉਣੀ ਹੈ, ਤੇ ਭਾਵੇਂ 6 ਵਰਿਆਂ ਤੇ ਆਵੇ, 10 ਵਰਿਆਂ ਤੇ ਆਵੇ, ਕਿ 40 ਤੇ ਆਵੇ, ਇਤਿਹਾਸ ਸਿਰਜਣ ਲਈ ਤੁਹਾਨੂੰ ਬਸ ਓਨੀ ਕੀ ਜ਼ਿੰਦਗੀ ਬਥੇਰੀ ਹੈ ਜਦੋਂ ਕੋਈ ਜ਼ਿੰਦਗੀ ਨੂੰ ਮਕਸਦ ਦੇ ਦਿੰਦੇ ਹੋ। ਮਕਸਦ ਦੇਣ ਦਾ ਮਤਲਬ ਇਹ ਹੁੰਦਾ ਕਿ ਕੰਮ ਕਾਰ, ਸਾਨੂੰ ਗੁਰੂ ਸਾਹਿਬ ਨੇ ਸਮਝਾਇਆ ਕਿ ਘਰ ਗ੍ਰਿਸਤੀ ਹੋਣੀ ਜ਼ਰੂਰੀ ਹੈ, ਪਰ ਉਹਦੇ ਵਿੱਚੋਂ ਕੀ ਅਸੀਂ ਕੁਝ ਸਮਾਂ ਗੁਰੂ ਨੂੰ ਸਮਝ ਸਕਣ ਲਈ ਲਾਇਆ, ਜਾਂ ਗੁਰੂ ਦੀ ਦਿੱਤੀ ਸਿੱਖਿਆ ਅਪਣਾ ਕੇ ਉਹ ਰਾਹ ਵੱਲ ਤੁਰੇ। ਬਹੁਤ ਸਾਰੇ ਲੋਕ ਨੇ ਜਿਹੜੇ ਇਹਨਾਂ ਮੁਲਕਾਂ ਵਿੱਚ ਵੀ ਮੈਂ ਵੇਖਿਆ ਕਿ ਸੰਸਥਾਵਾਂ ਬਣਾ ਕੇ ਆਪੋ ਆਪਣੇ ਥਾਂ ਕੰਮ ਕਰ ਰਹੇ ਨੇ, ਅਜੇ ਨਹੀਂ ਹੈ ਕਿ ਸਾਰੇ ਨਹੀਂ ਕਰ ਰਹੇ, ਬਹੁਤ ਵੱਡੀ ਗਿਣਤੀ, ਕਿਉਂਕਿ ਪੈਸਾ ਕਮਾਉਣ ਨੂੰ ਕਿਤੇ ਵੀ ਨਾ ਨਹੀਂ ਕੀਤੀ ਗਈ, ਸਿਰਫ ਇਹ ਕਿ ਉਹ ਪੈਸਾ ਗਲਤ ਤਰੀਕੇ ਨਾਲ ਕਮਾਇਆ ਗਿਆ ਹੋਵੇ ਤੇ ਉਹਦੇ ਵਿੱਚੋਂ ਦਸਵੰਧ ਕੱਢ ਲਿਆ ਗਿਆ ਹੋਵੇ ਤਾਂ ਜ਼ਿੰਦਗੀ ਸਫਲ ਹੋ ਜਾਂਦੀ। ਉਹਦਾ ਮਤਲਬ ਇਹ ਕਿ ਹੋਰ ਹੋਰ ਤੇ ਹੋਰ ਦੀ ਲਾਲਸਾ ਨਾਲੋਂ ਸਾਨੂੰ ਸੰਤੁਸ਼ਟੀ ਆ ਜਾਂਦੀ ਜੇ, ਸੰਤੁਸ਼ਟੀ ਜਦੋਂ ਹੋਏ ਤਣਾਅ ਘਟਦਾ ਜੇ, ਤਣਾਓ ਘਟਦੇ ਸਰ ਬਿਮਾਰੀਆਂ ਘਟ ਜਾਂਦੀਆਂ ਨੇ, ਉਮਰ ਲੰਬੀ ਹੋ ਜਾਂਦੀ ਹੈ। ਇਹ ਅਸਲ ਚ ਕਾਰਨ ਸੀ ਕਿ ਆਪਾਂ ਜੇ ਅਸੀਂ ਉਸੇ ਅਨੁਸਾਰ ਜ਼ਿੰਦਗੀ ਢਾਲ ਲਈਏ ਤਾਂ ਆਪਾਂ ਸਾਰਿਆਂ ਕੋਲ ਹੀ ਕਈ ਤਰੀਕੇ ਕਈ ਢੰਗ ਨੇ ਕਿ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੇ ਤੁਰਦਿਆਂ ਵੀ ਸਮਾਜ ਵਿੱਚ ਆਪਣਾ ਰੁਤਬਾ ਵੀ ਉੱਤੇ ਉਤਾਂਹ ਚੁੱਕ ਸਕਦੇ ਹਾਂ, ਆਪਣੇ ਮਨ ਵਿੱਚ ਤਸੱਲੀ ਵੀ ਪਾਲ ਸਕਦੇ ਹਾਂ। ਤੇ ਇਹ ਕਾਰਨ ਜੇ ਕਿ ਅਸੀਂ ਅੱਜ ਦੇ ਦਿਨ ਜਿਵੇਂ ਬੱਚਿਆਂ ਤੋਂ ਵੀ ਤਰ੍ਹਾਂ ਹੋ ਰਹੇ ਹਨ, ਬਾਹਰਲੇ ਮੁਲਕਾਂ ਵਿੱਚ ਤਾਂ ਆ ਚੁੱਕੇ ਹਾਂ, ਇਹਨਾਂ ਥਾਵਾਂ ਤੇ ਆ ਕੇ ਅਸੀਂ
ਕੰਮ ਕਾਰ ਕਰਦੇ ਇੱਥੇ ਪੈਰ ਟਿਕਾਉਂਦੇ ਕਿਤੇ ਨਾ ਕਿਤੇ ਕੋਈ ਕੋਤਾਹੀ ਜ਼ਰੂਰ ਕਰ ਜਾਂਦੇ ਆ ਭਾਵੇਂ ਬੱਚਿਆਂ ਵੱਲੋਂ ਤੇ ਭਾਵੇਂ ਇਹੋ ਜਿਹੀ ਸੋਚ ਵੱਲੋਂ ਪਰ ਫਿਰ ਵੀ ਮੈਂ ਸਲੂਟ ਕਰਦੀ ਹਾਂ ਇੰਨੀ ਵੱਡੀ ਗਿਣਤੀ ਲੋਕ ਇੱਥੇ ਨਾ ਸਿਰਫ ਜ਼ਬਾਨ ਸੱਭਿਆਚਾਰ ਸਾਂਭ ਰਹੇ ਨੇ ਹਾਂ ਬਥੇਰੇ ਇਹੋ ਜਿਹੇ ਵੀ ਨੇ ਨਹੀਂ ਗੁਰਦੁਆਰਿਆਂ ਚ ਵੀ ਨਹੀਂ ਆ ਰਹੇ ਪੰਜਾਬੀ ਜ਼ਬਾਨ ਨੂੰ ਵੀ ਤਿਲਾਂਜਲੀ ਦੇ ਚੁੱਕੇ ਨੇ ਸੱਭਿਆਚਾਰ ਵੀ ਇੱਥੋਂ ਦਾ ਅਪਣਾਉਣਾ ਚਾਹ ਰਹੇ ਨੇ ਵਾਹ ਭਲਾ ਉਹਨਾਂ ਦੀ ਜ਼ਿੰਦਗੀ ਉਹ ਵੀ ਖੁਸ਼ ਰਹਿਣ ਆਪਣੀ ਆਪਣੀ ਸੋਚ ਪਰ ਜੇ ਗੁਰੂ ਦੀ ਸੋਚ ਤੇ ਖਰੇ ਉਤਰਨਾ ਤਾਂ ਸਾਨੂੰ ਜ਼ਿੰਦਗੀ ਦਾ ਇਹ ਹਿੱਸਾ ਤਾਂ ਜ਼ਰੂਰ ਢਾਲਣਾ ਹੀ ਪੈਣਾ ਤਾਂ ਕਿ ਆਪਣੀ ਹੋਂਦ ਦਰਸਾ ਸਕੀਏ ਕਿ ਅਸੀਂ ਗੁਰੂ ਸਾਹਿਬ ਨਾਲ ਜੁੜੇ ਇਹਦਾ ਮਤਲਬ ਸਮਝੋ ਕਿ ਗੁਰੂ ਨੇ ਤਾਂ ਤੁਹਾਨੂੰ ਬਹੁਤ ਉਤਾਹ ਲੈ ਕੇ ਜਾਣਾ ਜਿਸ ਨੂੰ ਅਸੀਂ ਅੰਦਾਜ਼ਾ ਵੀ ਨਹੀਂ ਲਾ ਸਕਦੇ ਉਸ ਤੋਂ ਜਿੱਦਾਂ ਡਾਕਟਰ ਹਰਸ਼ਿੰਦਰ ਕੌਰ ਮੈਂ ਤੁਹਾਡੇ ਨਾਲ ਹੋਰ ਵੀ ਤੁਹਾਨੂੰ ਇਸ ਵੇਲੇ ਇਕੱਲੇ ਸਿੱਖ ਕਮਿਊਨਿਟੀ ਨਹੀਂ ਸੁਣ ਰਹੀ ਤੁਹਾਨੂੰ ਹਿੰਦੂ ਸਿੱਖ ਮੁਸਲਿਮ ਈਸਾਈ ਹਜ਼ਾਰਾਂ ਸਾਡੇ ਸਰੋਤੇ ਸੁਣ ਰਹੇ ਹੈਗੇ ਆ ਉਹਦੇ ਤੋਂ ਉੱਠ ਕੇ ਅਸੀਂ ਇੱਕ ਜਿਹੜੀ ਇੱਕ ਹੋਰ ਗੱਲ ਕਰਾਂਗੇ ਵੀ ਇਹੋ ਕੀ ਰੀਜ਼ਨ ਕੀ ਹੈਗਾ ਵੀ ਜਿਹੜੇ ਤੁਸੀਂ ਇੱਕ ਤਾਂ ਕਿਹਾ ਹੈਗਾ ਅਸੀਂ ਪ੍ਰੈਕਟਿਸ ਦੇ ਵਿੱਚ ਨਹੀਂ ਟਲੇ ਹੈਗੇ ਜਿਹੜਾ ਇੱਕ ਵਧੀਆ ਜ਼ਿੰਦਗੀ ਇੱਧਰ ਨੂੰ ਤੁਰ ਸਕਦੀ ਆ ਪਰ ਉਹਦੇ ਨਾਲ ਨਾਲ ਐਜੂਕੇਸ਼ਨ ਦਾ ਕਿੰਨਾ ਕੁ ਜਿਹੜੇ ਸਾਡੇ ਗੁਰਦੁਆਰਾ ਸਾਹਿਬਾਂ ਵਿੱਚ ਹਲੇ ਵੀ ਜਿਹੜੇ ਆ ਗੁਰਦੁਆਰਾ ਸਾਹਿਬਾਂ ਦੇ ਜਿਹੜੇ ਵਜ਼ੀਰ ਹੈਗੇ ਆ ਉਹ ਹਲੇ ਵੀ ਅਰਦਾਸਾਂ ਮੁੰਡਿਆਂ ਦੀਆਂ ਕਰੀ ਜਾਂਦੇ ਹੈਗੇ ਆ ਜਾਂ ਇੱਕ ਉਦਾਂ ਹੀ ਜਿਹੜਾ ਆ ਦਿਖਾਇਆ ਜ਼ਰੂਰ ਜਾਂਦਾ ਹੈਗਾ ਪੋਲੀਟੀਸ਼ੀਅਨਾਂ ਵੱਲੋਂ ਵੀ ਹਾਂ ਅਸੀਂ ਇਹੋ ਧੀਆਂ ਦੇ ਰਖਵਾਲੇ ਹਾਂ ਅਸੀਂ ਆਪਣੀਆਂ ਬੱਚੀਆਂ ਦੇ ਰਖਵਾਲੇ ਬਣਨਾ ਹੈਗਾ ਪਰ ਪ੍ਰੈਕਟਿਸ ਦੇ ਵਿੱਚ ਤਾਂ ਉਹ ਗੱਲ ਹਲੇ ਵੀ ਕੋਈ ਏਦਾਂ ਦੀ ਅਖਬਾਰ ਨਹੀਂ ਹੁੰਦੀ ਭਾਰਤ ਦੀ ਜਾਂ ਇੱਧਰ ਵੀ ਕਦੀ ਕਦੀ ਘਟਨਾਵਾਂ ਵਾਪਰ ਜਾਂਦੀਆਂ ਜਦੋਂ ਜਿਹੜੀਆਂ ਬੱਚੀਆਂ ਦੇ ਨਾਲ ਬਲਾਤਕਾਰਾਂ ਦੀਆਂ ਘਟਨਾ ਗੈਂਗ ਰੇਪ ਵਾਲੀਆਂ ਘਟਨਾਵਾਂ ਹੋਰ ਇਹੋ ਜਿਹੀਆਂ ਵੀ ਈਵਨ ਜਿਹੜੀਆਂ ਅਸੀਂ ਜਿਹੜੀ ਐਜੂਕੇਸ਼ਨ ਦਾ ਗੱਲ ਕਰੀਏ ਅਸੀਂ ਆਪਣੇ ਚੰਡੀਗੜ੍ਹ ਦੀ ਲੈ ਲਈਏ ਉੱਥੇ ਸਮਾਂ ਤੇ ਪੜ੍ਹੇ ਲਿਖੇ ਲੋਕ ਵੱਸਦੇ ਆ ਪੜ੍ਹੇ ਲਿਖਣਾ ਨੇ ਤਾਂ ਸਿਆਣੇ ਬਣਨਾ ਸੀਗਾ ਤੇ ਉਹ ਜਿਹੜੀ ਉੱਥੇ ਜਿਹੜੀ ਆ ਔਰਤ ਤੇ ਮਰਦ ਦੀ ਜਿਹੜੀ ਆ ਰੇਸ਼ੋ ਜੇ ਪੜ੍ਹੀ ਜਾਵੇ ਉੱਥੇ ਤਾਂ ਸਾਰੇ ਸਮੁੱਚੇ ਪੰਜਾਬ ਨਾਲੋਂ ਵੀ ਸਿਚੁਏਸ਼ਨ ਕਾਫੀ ਵਸਟ ਹੈਗੀ ਆ ਇਹ ਸਾਰਾ ਕੁਛ ਕੀ ਤੁਸੀਂ ਸਾਡੇ ਸਰੋਤਿਆਂ ਨੂੰ ਜਰਾ ਖੋਲ ਕੇ ਸਮਝਾਓ ਸਾਡੇ ਸਰੋਤੇ ਤੁਹਾਡੀ ਕਾਫੀ ਦੇਰ ਤੋਂ ਕਈ ਦਿਨਾਂ ਤੋਂ ਇੰਤਜ਼ਾਰ ਕਰ ਰਹੇ ਹੈਗੇ ਆ ਅਸੀਂ ਦੱਸਦੇ ਆ ਰਹੇ ਹੈਗੇ ਆ ਡਾਕਟਰ ਹਰਸ਼ਿੰਦਰ ਕੌਰ ਹੁਣੀ ਤੁਹਾਡੇ ਨਾਲ ਖੁੱਲ ਕੇ ਵਿਚਾਰ ਕਰਨਗੇ ਉਹਨਾਂ ਨੂੰ ਵੀ ਅਸੀਂ ਅਪਰਚੁਨਿਟੀ ਦੇਵਾਂਗੇ ਜੇ ਕੋਈ ਕੁਐਸਚਨ ਕਰਨਾ ਹੈਗਾ ਤੁਹਾਡੇ ਨਾਲ ਜੀ ਦਰਅਸਲ ਜੀ ਮੈਂ ਦੋ ਤਿੰਨ ਚੀਜ਼ਾਂ ਸਪਸ਼ਟ ਕਰਦੇ ਹਾਂ ਕਿ ਸਾਡੇ ਕੋਲ ਇਤਿਹਾਸ ਜਿਹੜਾ ਪੁਰਾਣਾ ਹਿਸਟਰੀ ਜਿੱਥੇ ਜਦੋਂ ਤੋਂ ਕੁੜੀਆਂ ਮਾਰੀਆਂ ਜਾਂਦੀਆਂ ਰਹੀਆਂ ਨੇ ਮੈਂ ਅਫਸੋਸ ਨਾਲ ਹੀ ਕਹਿਣਾ ਚਾਹੁੰਦੀ ਹਾਂ ਕਿ ਉਹਦੇ ਵਿੱਚ ਕੋਈ ਵੀ ਧਰਮ ਕਿਸੇ ਵੀ ਥਾਂ ਤੇ ਦੁਨੀਆਂ ਭਰ ਵਿੱਚ ਔਰਤ ਪ੍ਰਤੀ ਸੁਹਿਰਦ ਨਹੀਂ ਹੈ ਇਹ ਮੇਰੀ ਵਰਸ਼ਨ ਨਹੀਂ ਜੇ ਇਹ ਵਰਸ਼ਨ ਹੈ ਯੂਨਾਈਟਿਡ ਨੇਸ਼ਨ ਦੀ ਬੀਜਿੰਗ ਡੈਕਲਰੇਸ਼ਨ ਦੀ ਜਿਹਦੇ ਵਿੱਚ ਸਪਸ਼ਟ ਕੀਤਾ ਗਿਆ ਸੀ ਜਿੱਥੇ ਵੀ ਕਿਤੇ ਔਰਤ ਹੈ ਭਾਵੇਂ ਉਹ ਆਪਣੇ ਬੈਕਯਾਰਡ ਵਿੱਚ ਹੈ ਪਰ ਉਹ ਕੋਈ ਧਰਮ ਵੀ ਉਹਨੂੰ ਸੁਰੱਖਿਆ ਨਹੀਂ ਦੇ ਸਕਿਆ ਨਾ ਕਿਸੇ ਵੀ ਥਾਂ ਤੇ ਕੋਈ ਸਰਕਾਰ ਉਹਨੂੰ ਸੁਰੱਖਿਆ ਦੇ ਸਕੀ ਹਰ ਥਾਈ ਕ੍ਰਾਈਮ ਅਗੇਂਸਟ ਵੁਮਨ ਇਨਕਰੀਜ਼ ਇੰਨੀ ਹੱਦ ਤੱਕ ਹੋ ਚੁੱਕਿਆ ਕਿ ਇਸ ਵੇਲੇ 2019 ਦੇ ਜੋ ਅੰਕੜੇ ਦੱਸਦੇ ਨੇ ਕਿ 312% ਪਿਛਲੇ 10 ਸਾਲਾਂ ਵਿੱਚ ਕ੍ਰਾਈਮ ਵਧਿਆ ਜੇ ਜਿਹਦੇ ਵਿੱਚ ਕੁੱਖ ਵਿੱਚ ਮਾਰੀਆਂ ਜਾਂਦੀਆਂ ਧੀਆਂ ਜੋ ਕਿ ਹਰ ਥਾਂ ਹੋ ਰਿਹਾ ਇੰਗਲੈਂਡ ਦੇ ਇੱਥੇ ਫਿਗਰਸ ਵੀ ਨੇ ਪੰਜਾਬ ਦੇ ਨੇ ਹਿੰਦੁਸਤਾਨ ਦੇ ਸਾਰੇ ਹਿੱਸਿਆਂ ਦੇ ਨੇ ਇਹਨਾਂ ਤੋਂ ਇਲਾਵਾ ਚਾਈਨਾ ਵਿੱਚ ਨੇ ਅਰਜਨਟੀਨਾ ਵਿੱਚ ਨੇ ਸਾਡੇ ਕੋਲ ਕੈਨੇਡਾ ਦੇ ਨੇ ਯਾਨੀ ਜਿਹੜੇ ਉੱਥੋਂ ਦੇ ਇੱਥੇ ਨੇ ਉਹ ਕਿਸੇ ਵੀ ਥਾਂ ਤੇ ਜਾ ਕੇ ਕਰਾਉਣ ਨੂੰ ਤਿਆਰ ਨੇ ਜੰਮਣ ਤੋਂ ਬਾਅਦ ਧੀਆਂ ਸੁੱਟੀਆਂ ਜਾ ਰਹੀਆਂ ਨੇ ਡੋਮੈਸਟਿਕ ਵਾਇਲੈਂਸ ਇਸ ਕਦਰ ਵਧੀ ਹੋਈ ਹੈ ਕਿ ਕਿਸੇ ਵੀ ਮੁਲਕ ਵਿੱਚ ਜੋ ਕਿ ਹੁਣ ਇੱਥੇ ਵੀ ਇੰਗਲੈਂਡ ਚ ਮੈਂ ਦੇਖੇ ਨੇ ਜੋ ਮੈਜਿਸਟ੍ਰੇਟਸ ਦੇ ਕੋਲ ਕੇਸਿਸ ਪਹੁੰਚ ਰਹੇ ਨੇ ਉਹਨਾਂ ਦੇ ਰਿਕਾਰਡ ਮੇਰੇ ਕੋਲ ਨੇ ਬਹੁਤ ਜ਼ਿਆਦਾ ਵੱਧ ਚੁੱਕਾ ਜੇ ਇਹਦੇ ਨਾਲ ਜਿਹੜਾ ਹੁਣ ਡੋਮੈਸਟਿਕ ਵਾਇਲੈਂਸ ਜਦੋਂ ਹੁੰਦੀ ਜੇ ਉਸ ਘਰ ਵਿੱਚ ਜਿਹੜੇ ਬੱਚੇ ਹੁੰਦੇ ਨੇ ਜੋ ਦੇਖਦੇ ਨੇ ਸਭ ਕੁਛ ਵਾਪਰਦਿਆਂ ਉਹ ਵੀ ਸਟੱਡੀ ਆ ਚੁੱਕੀ ਹੈ ਕਿ ਉਹਨਾਂ ਵਿੱਚੋਂ ਵੀ ਅੱਗੋਂ 64% ਅਜਿਹੇ ਨੇ ਜਿਹੜੇ ਵੱਡੇ ਹੋ ਕੇ ਫਿਰ ਡੋਮੈਸਟਿਕ ਵਾਇਲੈਂਸ ਐਪ ਕਰਦੇ ਨੇ ਉਹਨਾਂ ਵਿੱਚੋਂ ਵੀ ਕਈ ਅਜਿਹੇ ਨੇ ਜਿਹੜੇ ਸੈਕਸੁਅਲ ਵਾਇਲੈਂਸ ਕਰਨ ਲੱਗ ਜਾਂਦੇ ਨੇ ਤੇ ਸਿਰਫ ਧੀਆਂ ਨਹੀਂ ਮੈਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਕਿ ਇਸ ਵੇਲੇ ਸਾਡੇ ਨਿੱਕੇ ਬੱਚੇ ਮੁੰਡੇ ਵੀ
ਸੈਕਸੁਅਲ ਵਾਇਲੈਂਸ ਦੇ ਸ਼ਿਕਾਰ ਹੋ ਰਹੇ ਨੇ, ਜਿਨ੍ਹਾਂ ਦਾ ਇਲਾਜ ਕਰਨ ਲਈ ਨਹੀਂ ਲਿਆਇਆ ਜਾ ਰਿਹਾ। ਨਤੀਜੇ ਵਜੋਂ ਉਹ ਜਦੋਂ ਵੱਡੇ ਹੁੰਦੇ ਨੇ ਉਹ ਵੀ ਇਸੇ ਤਰ੍ਹਾਂ ਪ੍ਰੈਡੇਟਰ ਬਣ ਜਾਂਦੇ ਨੇ, ਸੈਕਸੁਅਲ ਵਾਇਲੈਂਸ ਕਰਦੇ ਨੇ, ਡੋਮੈਸਟਿਕ ਵਾਇਲੈਂਸ ਕਰਦੇ ਨੇ। ਉਹ ਸਗੋਂ ਇੱਕ ਅਸੀਂ ਸਰਕਲ ਛੱਡੇ ਤੇ ਉਹੀ ਸਦੀਆਂ ਪੁਰਾਣੀ ਸੋਚ ਕੇ ਔਰਤ ਸਾਡੇ ਅਧੀਨ ਹੈ, ਅਸੀਂ ਵਿਕਸਿਤ ਮੁਲਕਾਂ ਵਿੱਚ ਛੱਡੀ, ਧਰਮ ਵਿੱਚ ਇਹ ਛੱਡੀ ਜਾ ਸਕੀ। ਅਫਸੋਸ ਹੈ ਕਿ ਕਿਸੇ ਵੀ ਥਾਂ ਘਟੀ ਹੋਈ ਅੱਜ ਦੇ ਦਿਨ ਦਿਖ ਨਹੀਂ ਰਹੀ। ਤੁਸੀਂ ਹੈਰਾਨ ਹੋਗੇ ਜੇ ਮੈਂ ਪਾਪੂਆ ਤੇ ਨਿਊ ਗਿਨੀ ਦੇ ਅੰਕੜੇ ਦੱਸਾਂ। ਹਾਂਜੀ, ਉਹਨਾਂ ਥਾਵਾਂ ਤੇ ਕ੍ਰਾਈਮ ਅਗੇਂਸਟ ਵੁਮਨ 84% ਵੱਧ ਗਿਆ ਸੀ। ਤੇ ਜਦੋਂ ਉੱਥੇ ਫੈਸਲਾ ਲਿਆ ਇੱਕ ਵਾਰ ਔਰਤਾਂ ਨੇ ਕਿ ਹਰ ਪਹਿਲਾ ਜੰਮਿਆ ਮੁੰਡਾ ਹੀ ਅਸੀਂ ਮਾਰ ਦੇਵਾਂ, ਕ੍ਰਾਈਮ ਅਗੇਂਸਟ ਵੁਮਨ ਘੱਟ ਕੇ 23% ਰਹਿ ਗਿਆ ਸੀ। ਜਦੋਂ ਹੋਸ਼ ਆਈ ਸਾਰਾ ਉੱਥੋਂ ਦੇ ਐਡਮਿਨਿਸਟ੍ਰੇਟਰ, ਫੇਰ ਉਹਨਾਂ ਨੇ ਇਹਦੇ ਖਿਲਾਫ ਸਖ਼ਤ ਕਦਮ ਚੁੱਕੇ ਤੇ ਉਦੋਂ ਜਾ ਕੇ ਇਹ ਕ੍ਰਾਈਮ ਘਟਣ ਲੱਗਿਆ ਤੇ ਫਿਰ ਇਹ ਮੁੰਡਿਆਂ ਦੀ ਮੌਤ ਵੀ ਬੰਦ ਕੀਤੀ ਗਈ। ਮੈਂ ਨਹੀਂ ਚਾਹੁੰਦੀ ਕਿ ਮੁੰਡੇ ਮਾਰਨੇ ਸ਼ੁਰੂ ਕਰ ਦਿੱਤੇ ਜਾਣ, ਉੱਕਾ ਹੀ ਇਸ ਚੀਜ਼ ਦੇ ਮੈਂ ਵਿਰੋਧ ਹਾਂ, ਪਰ ਗੱਲ ਇਹ ਹੈ ਕਿ ਕੁੜੀਆਂ ਵੀ ਕਿਉਂ ਮਾਰੀਆਂ ਜਾਣ। ਜਿੰਨੀ ਗਿਣਤੀ ਘਟੀ ਜਾਏਗੀ ਉਹਦਾ ਮਤਲਬ ਇਹ ਸਗੋਂ ਜ਼ੁਲਮ ਹੋਰ ਵਧੇਗਾ, ਕਿਉਂਕਿ ਜੋ ਨਾਰਮਲ ਸੈਕਸੁਅਲ ਡਿਜ਼ਾਇਰਸ ਹੋਣਗੀਆਂ ਉਹਨਾਂ ਨੂੰ ਪੂਰੀਆਂ ਕਰਨ ਲਈ ਰੇਪਸ ਦੀ ਹੋਰ ਗਿਣਤੀ ਵਧੀ ਜਾਏਗੀ। ਸੋ ਲੋੜ ਹੈ ਇਸ ਸਮੇਂ ਜਿੰਨੇ ਚੰਗੇ ਬੰਦੇ ਨੇ, ਮੈਂ ਫਿਰ ਦੁਹਰਾ ਦਿਆਂ ਕਿ ਹਰ ਬੰਦਾ ਇਹ ਚੀਜ਼ ਨਹੀਂ ਕਰ ਰਿਹਾ, ਜਿੰਨੇ ਵੀ ਅੰਕੜੇ ਮਿਲ ਰਹੇ ਨੇ ਸਾਡੇ ਕੋਲ ਕਿਤੇ ਵੀ 100% ਨਹੀਂ ਹੈ। ਬਹੁਤ ਸਾਰੇ ਨੇ ਜਿਹੜੇ ਚੰਗੇ ਮਾਹੌਲ ਵਿੱਚ ਆਪਣੀਆਂ ਧੀਆਂ ਭੈਣਾਂ ਰੱਖ ਰਹੇ ਨੇ, ਜਿਨ੍ਹਾਂ ਦੀਆਂ ਮਾਵਾਂ ਸੁਰੱਖਿਅਤ ਨੇ, ਕਿਉਂਕਿ ਇਹਨਾਂ ਮੁਲਕਾਂ ਵਿੱਚ ਮੈਂ ਦੇਖਿਆ ਕਿ ਕਈ ਵਾਰ ਬਜ਼ੁਰਗ ਸੁੱਟ ਦਿੱਤੇ ਜਾਂਦੇ ਨੇ ਘਰੋਂ ਬਾਹਰ। ਮੈਨੂੰ ਇਹ ਵੀ ਖਬਰ ਮਿਲੀ ਕਿ ਉਹਨਾਂ ਦੀ ਮੌਤ ਹੋ ਜਾਣ ਬਾਅਦ ਤੱਕ ਵਾਪਸ ਨਹੀਂ ਲਿਆਇਆ ਜਾ ਰਿਹਾ। ਇਹ ਮਾੜੀ ਗੱਲ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਦੱਸ ਰਹੇ ਹਾਂ ਕਿ ਸਾਡੇ ਜਦੋਂ ਅਸੀਂ ਬਜ਼ੁਰਗ ਹੋਵਾਂਗੇ ਸਾਡੇ ਨਾਲ ਇਹੋ ਵਿਵਹਾਰ ਹੋਣਾ ਚਾਹੀਦਾ। ਸੋ ਇਹ ਚੀਜ਼ ਸਾਨੂੰ ਇਕਦਮ ਬੰਦ ਕਰਨੀ ਚਾਹੀਦੀ ਹੈ। ਪਰ ਨਾਲੋ ਨਾਲ ਜਿਹੜਾ ਔਰਤ ਨੂੰ ਬਣਦਾ ਰੁਤਬਾ ਜੇ ਨਹੀਂ ਦੇਵਾਂਗੇ ਤਾਂ ਯਕੀਨਨ ਇਹ ਕ੍ਰਾਈਮ ਕਿਸੇ ਦਿਨ ਭਿਆਨਕ ਰੂਪ ਅਖਤਿਆਰ ਕਰੇਗਾ, ਹਰ ਇੱਕ ਦੀ ਧੀ ਭੈਣ ਚੱਪ ਜਾਏਗਾ। ਸੋ ਜ਼ਰੂਰੀ ਹੈ ਚੰਗੇ ਲੋਕ ਆਪਣੀ ਚੁੱਪ ਤੋੜਨ ਤੇ ਇਹਦੇ ਹੱਕ ਵਿੱਚ ਆਵਾਜ਼ ਚੁੱਕਣ ਕਿ ਜਿਹੜਾ ਵੀ ਕਿਤੇ ਕੋਈ ਆਪਣੇ ਘਰ ਵਿੱਚ ਮਾਰ ਕੁਟਾਈ ਕਰ ਰਿਹਾ ਹੈ ਔਰਤ ਨੂੰ, ਬੱਚੀ ਕੁੱਖ ਵਿੱਚ ਮਾਰਨਾ ਹੁੰਦਾ, ਜੇ ਘੱਟੋ ਘੱਟ 10 ਬੰਦੇ ਉਸ ਇਲਾਕੇ ਦੇ ਇਕੱਠੇ ਹੋ ਕੇ ਉਹਨੂੰ ਜੇ ਸਮਝਾਉਣ ਇਹ ਚੀਜ਼ ਤੇ ਰੋਕ ਲੈਣ ਤੇ ਫਿਰ ਉਹ ਸਾਡੇ ਲਈ ਸਾਰਥਕ ਕਦਮ ਹੋ ਜਾਏਗਾ। ਡਾਕਟਰ ਹਰਸ਼ਿੰਦਰ, ਮੈਂ ਤੁਹਾਡੇ ਕੋਲ ਹੋਰ ਵੀ ਇਹੋ ਤੁਸੀਂ ਡਿਟੇਲ ਵਿੱਚ ਚਾਹਾਂਗਾ। ਤੁਸੀਂ ਕਾਫੀ ਜਿਹੜੀਆਂ ਗੱਲਾਂ ਕੋਟ ਕਰਦੇ ਹੈਗੇ ਆ ਵੀ ਸਾਡੀਆਂ ਸਮਾਜ ਦੀਆਂ ਇੰਨੇ ਵੱਡੇ ਪੱਧਰ ਤੇ ਤੁਸੀਂ ਪ੍ਰਚਾਰ ਕਰ ਰਹੇ ਹੈਗੇ ਆ, ਪੰਜਾਬ ਵਿੱਚ ਇਹ ਨਹੀਂ ਇਕੱਲਾ ਕੋਈ ਸਟੇਜਾਂ ਤੇ ਉਚਰੇ, ਪੰਜਾਬ ਦੇ ਮੀਡੀਆ ਨੂੰ ਇਹ ਇਕੱਲਾ ਐਡਰੈਸ ਕੀਤਾ, ਤੁਸੀਂ ਇੰਟਰਨੈਸ਼ਨਲ ਲੈਵਲ ਤੇ ਇਸ ਵੇਲੇ ਵਿਚਰੇ ਹੈਗੇ ਆ, ਇੰਟਰਨੈਸ਼ਨਲ UNO ਦੀਆਂ ਯੂਨਾਈਟਿਡ ਨੇਸ਼ਨ ਦੀਆਂ ਕਾਨਫਰੰਸਾਂ ਨੂੰ ਅਟੈਂਡ ਕਰਦੇ ਆ, ਉੱਥੇ ਵੋਇਸ ਰੇਜ ਕਰਦੇ ਹੈਗੇ ਆ ਔਰਤਾਂ ਦੇ ਲਈ, ਹੋਰ ਜਿਹੜੀ ਮਸਲਿਆਂ ਵਾਸਤੇ, ਤੇ ਈਵਨ ਜਿਹੜੀਆਂ ਹੋਰ ਜਿਹੜੀਆਂ ਇੰਗਲੈਂਡ, ਅਮਰੀਕਾ, ਕੈਨੇਡਾ ਜਿੱਥੇ ਵੀ ਗਏ ਹੈਗੇ ਆ, ਤੁਹਾਨੂੰ ਕਾਫੀ ਲੋਕ ਹੰਗਾਰਾ ਦੇ ਰਹੇ ਹੈਗੇ ਆ, ਤਾਂ ਪਰ ਓਦਾਂ ਪ੍ਰੈਕਟਿਸ ਦੇ ਵਿੱਚ ਤੁਹਾਨੂੰ ਕਿੱਦਾਂ ਲੱਗਦਾ ਹੈਗਾ ਵੀ ਕਿੰਨੀ ਕੁ ਚੇਂਜਿਸ ਜਿਹੜੀਆਂ ਤੁਹਾਡੇ ਪਿਛਲੇ ਟਾਈਮ ਚ ਆਈਆਂ ਹੈਗੀਆਂ, ਜਾਂ ਕੁਛ ਪੋਸੀਬਿਲਿਟੀ ਹੈਗੀ ਆ? ਅਸੀਂ ਜਦੋਂ 550 ਗੁਰੂ ਨਾਨਕ ਸਾਹਿਬ ਦਾ ਜਨਮ ਦਿਨ ਮਨਾ ਰਹੇ ਹੈਗੇ ਆ ਕਿ ਅਸੀਂ ਫਿਰ ਵੀ ਹਲੇ ਦਹਾਕਿਆਂ ਤੱਕ ਸਦੀਆਂ ਤੱਕ ਇਹੋ ਹੀ ਗਾਈ ਜਾਵਾਂਗੇ, ਸੋ ਕਿਉਂ ਮੰਦਾ ਆਖੀਏ, ਜੇ ਪ੍ਰੈਕਟਿਸ ਵਿੱਚ ਨਾ ਅਪਣਾਵਾਂਗੇ ਤਾਂ ਫਿਰ ਕਿੱਦਾਂ? ਤੁਸੀਂ ਇਹਨੂੰ ਕਿੰਨਾ ਕੁ ਕੈਲਕੂਲੇਸ਼ਨ ਕਰਦੇ ਆ ਵੀ ਸਾਨੂੰ ਕਿੰਨੀ ਕੁ ਸਕਸੈਸ ਹਲੇ ਮਿਲੀ ਹੈਗੀ? ਜੀ, ਦੋ ਤਿੰਨ ਚੀਜ਼ਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਦਿਆਂ। ਪਹਿਲੀ ਚੀਜ਼ ਤਾਂ ਗੁਰੂ ਨਾਨਕ ਸਾਹਿਬ ਦੀ ਇਹ ਤੁਕ ਜਿੱਥੋਂ ਤੁਸੀਂ ਗੱਲ ਸ਼ੁਰੂ ਕੀਤੀ ਦੇ ਨਾਲ ਦੁਨੀਆਂ ਭਰ ਦੇ ਸਾਰੇ ਲੋਕ ਗੁਰੂ ਨਾਨਕ ਸਾਹਿਬ ਨਾਲ ਨਹੀਂ ਜੁੜੇ ਸਨ। ਇਹਦਾ ਮਤਲਬ ਇਹ ਹੈ ਕਿ ਹਰ ਬੰਦੇ ਦੀ ਸੋਚ ਆਪਣੀ, ਜੇ ਉਹਦੀ ਮਰਜ਼ੀ, ਜੇ ਮੈਂ ਕਿਸ ਪਾਸੇ ਚੱਲਣਾ, ਮੈਂ ਮੰਨਣਾ ਹੈ ਜਾਂ ਨਹੀਂ ਮੰਨਣਾ। ਸੋ ਇਸ ਤਰ੍ਹਾਂ ਦੇ ਖਰਬਾਂ ਜੀਵ ਨੇ ਜੋ ਆਪਾਂ ਸਾਰੇ ਫਿਰ ਰਹੇ ਹਾਂ। ਹੁਣ ਇਸੇ ਸੋਚ ਨਾਲ ਜੁੜੇ ਜੇ ਆਪਾਂ ਵੇਖੀਏ ਤਬਦੀਲੀਆਂ, ਜੇ 100% ਉਦੋਂ ਵੀ ਨਹੀਂ ਸੀ ਬਦਲ ਸਕੇ ਤਾਂ 80,000 ਦੇ ਜਦੋਂ ਇਕੱਠ ਵਿੱਚੋਂ ਖਾਲਸਾ ਸਾਜਿਆ ਗਿਆ ਸੀ ਉਦੋਂ ਵੀ ਬਾਕੀ ਸਾਰੇ 5 ਜਣਿਆਂ ਨੂੰ ਛੱਡ ਕੇ 80,000 ਚੋਂ ਕੋਈ ਨਾਲ ਨਹੀਂ ਸੀ ਜੁੜਿਆ ਕਿ ਅਸੀਂ ਸਿਰ ਨਹੀਂ ਵਾਰਨਾ ਚਾਹੁੰਦੇ।
ਯਾਨੀ ਸੋਚ ਹਰ ਕਿਸੇ ਦੀ ਵੱਖ ਹੁੰਦੀ ਜੇ, ਪਰ ਸਾਡਾ ਕੰਮ ਹੁੰਦਾ ਜੇ ਕਿ ਅਸੀਂ ਆਪਣਾ ਫਰਜ਼ ਨਿਭਾਇਆ ਕਿ ਨਹੀਂ, ਜੇ ਸਿਰਫ ਇਸ ਚੀਜ਼ ਨੂੰ ਸੋਚ ਕੇ ਟਿਕ ਗਏ ਕਿ ਕਿੰਨੇ ਬਦਲੇ ਕਿੰਨੇ ਨਹੀਂ ਤੇ ਸਾਨੂੰ ਕੰਮ ਨਹੀਂ ਕਰਨਾ ਚਾਹੀਦਾ, ਫਿਰ ਤਾਂ ਇਹ ਚੀਜ਼ ਕਦੇ ਕੋਈ ਅਵੇਅਰਨੈਸ ਕੈਂਪੇਨ ਦੁਨੀਆ ਚ ਸੰਭਵ ਹੋ ਹੀ ਨਹੀਂ ਸਕਦੀ। ਮੈਂ ਦੱਸ ਦਿੰਦੀ ਹਾਂ ਕਿ ਇੱਕ ਪਿੰਡ ਵਿਚ ਜਿੱਥੇ 5 ਸਾਲ ਅਸੀਂ ਲਾਏ ਨੇ ਪਟਿਆਲਾ ਦੇ ਨੇੜੇ, ਉੱਥੇ ਉਦੋਂ ਜਦੋਂ ਅਸੀਂ ਸ਼ੁਰੂ ਕੀਤਾ ਸੀ ਕੰਮ 83 ਕੁੜੀਆਂ ਸੀ 100 ਮੁੰਡਿਆਂ ਦੇ ਪਿੱਛੇ। 5 ਸਾਲ ਲਗਾਤਾਰ ਉਹਨਾਂ ਨੂੰ ਅਵੇਅਰਨੈਸ ਕਰਾ ਕੇ ਉੱਥੇ ਦਿਖਾਈ ਤਾਂ ਉਦੋਂ 103 ਕੁੜੀਆਂ ਹੋ ਗਈਆਂ ਸੀ 100 ਮੁੰਡਿਆਂ ਪਿੱਛੇ। ਯਾਨੀ ਸਿਰਫ ਅਵੇਅਰਨੈਸ ਦਾ ਸਮਝਾਉਣ ਦਾ ਢੰਗ ਸੀ। ਜੋ ਮੈਂ ਤੁਹਾਡੇ ਸਾਰਿਆਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਅਸੀਂ ਦਰਅਸਲ ਕੁੜੀ ਮਾਰ ਕੇ ਆਪਣੀ ਨਸਲ ਕੁਸ਼ੀ ਕਰ ਰਹੇ ਹੁੰਦੇ ਆ। ਜਦੋਂ ਕੁੱਖ ਵਿਚ ਕੁੜੀ ਮਾਰਦੇ ਆ ਤਾਂ ਮੈਂ ਸੌਖੇ ਤਰੀਕੇ ਸਮਝਾਉਣ ਲਈ ਤੁਹਾਡੇ ਤੁਹਾਨੂੰ ਵਿਚ ਇੱਕ ਐਗਜ਼ਾਮਪਲ ਲੈਣੀ ਆ ਕਿ ਤੁਹਾਡੇ ਸਰੀਰ ਅੰਦਰ ਇੱਕ ਐਕਸ ਤੇ ਇੱਕ ਵਾਈ ਕ੍ਰੋਮੋਸੋਮ ਹੈ, ਤੇ ਇਸੇ ਤਰ੍ਹਾਂ ਤੁਹਾਡੇ ਵਾਈਫ ਦੇ ਸਰੀਰ ਅੰਦਰ 2 X ਕ੍ਰੋਮੋਸੋਮ ਹੁੰਦੇ ਨੇ। ਯਾਨੀ ਕਿਸੇ ਵੀ ਹਾਲਤ ਵਿਚ ਔਰਤ ਮੁੰਡਾ ਜੰਮ ਹੀ ਨਹੀਂ ਸਕਦੀ ਜਦ ਤੱਕ ਕਿ ਮਰਦ ਵੱਲੋਂ ਵਾਈ ਕ੍ਰੋਮੋਸੋਮ ਉਹਦੇ ਸਰੀਰ ਵੱਲ ਨਾ ਆਏ, ਕਿਉਂਕਿ ਇਹ ਆਮ ਹੀ ਇਲਜ਼ਾਮ ਲਾ ਦਿੱਤਾ ਜਾਂਦਾ ਹੈ ਕਿ ਔਰਤ ਕੁੜੀਆਂ ਜੰਮਦੀ ਹੈ, ਔਰਤ ਹੀ ਲਗਾਤਾਰ ਨੁਕਸ ਉਹਦੇ ਚ ਕੱਢ ਕੇ ਬਾਹਰ ਕੱਢ ਦਿੱਤਾ ਜਾਂਦਾ, ਜਦਕਿ ਇਹ ਜ਼ਿੰਮੇਵਾਰੀ ਮਰਦ ਦੇ ਸਿਰ ਦਿੱਤੀ ਹੋਈ। ਜਦੋਂ ਵੀ ਕਿਸੇ ਦੇ ਘਰ ਇੱਕ ਵਾਰ ਜੇ ਮੈਂ ਹੋਰ ਸੌਖੇ ਸਮਝਾਵਾਂ ਕਿ ਨਸਲ ਕੁਸ਼ੀ ਕਿਵੇਂ ਕਰ ਰਹੇ ਹਾਂ, ਕਿ ਜਿਵੇਂ ਤੁਹਾਡਾ ਪੁੱਤਰ ਜੇ ਅੱਗੋਂ ਜੰਮਦਾ ਜੇ ਤੇ ਉਹਦੇ ਚ ਵੀ ਨੈਚੁਰਲੀ ਐਕਸ ਵਾਈ ਹੋਏਗਾ, ਤੇ ਐਕਸ ਉਹਦੀ ਮਾਂ ਵੱਲੋਂ ਆਇਆ ਹੋਏਗਾ, ਵਾਈ ਤੁਹਾਡੇ ਵੱਲੋਂ ਆਇਆ ਹੋਏਗਾ। ਤੇ ਜੇ ਅੱਗੋਂ ਹੁਣ ਫੇਰ ਮੁੰਡਾ ਜੰਮਦਾ ਜੇ ਤਾਂ ਜ਼ਾਹਰ ਹੈ ਕਿ ਤੁਹਾਡਾ ਵਾਈ ਜੋ ਤੁਹਾਡੇ ਪੁੱਤਰ ਰਾਹੀਂ ਅੱਗੇ ਫਿਰ ਪੋਤਰੇ ਵਿਚ ਚਲਾ ਜਾਏਗਾ। ਪਰ ਜੇ ਕੁੜੀ ਜੰਮਦੀ ਏ ਤਾਂ ਤੁਹਾਡੀ ਵਾਈਫ ਦਾ ਐਕਸ ਕ੍ਰੋਮੋਸੋਮ ਜੋ ਤੁਹਾਡੇ ਪੁੱਤਰ ਦੇ ਵਿਚ ਸੀ ਉਸ ਦੇ ਸਰੀਰ ਚੋਂ ਸਿਰਫ ਕੁੜੀ ਵਿਚ ਜਾ ਸਕਦਾ ਹੈ। ਤਾਂ ਇਹਦਾ ਮਤਲਬ ਸਪਸ਼ਟ ਹੈ ਕਿ ਜਿਸ ਘਰ ਵਿਚ ਦਾਦੀ ਕਵੇ ਮੈਨੂੰ ਪੋਤੀ ਨਹੀਂ ਚਾਹੀਦੀ, ਦਾ ਮਤਲਬ ਉਹ ਆਪਣੇ ਟੱਬਰ ਦੇ ਸਾਰੇ ਜਿੰਨੇ ਉਹਦੇ ਨਾਲ ਐਕਸ ਕ੍ਰੋਮੋਸੋਮ ਨਾਲ ਜੁੜੇ ਗਿਬਿਤ ਸੀ ਸਾਰੇ ਦੇ ਸਾਰੇ ਖਤਮ ਕਰ ਰਹੀ ਏ, ਤੇ ਉਸ ਟੱਬਰ ਦਾ ਸਮਝ ਲਓ ਕਿ ਭੋਗ ਪੈ ਗਿਆ ਤੇ ਉਹ ਹਮੇਸ਼ਾ ਲਈ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਣਗੇ। ਹੁਣ ਤੱਕ 383 ਜਾਤੀਆਂ ਨੇ ਜੋ ਇਸ ਦੁਨੀਆਂ ਵਿਚ ਹੁਣ ਨਹੀਂ ਦਿਸਦੀਆਂ, ਸਿਰਫ ਇਸ ਕਰਕੇ ਕਿ ਸਾਰੀਆਂ ਕੁੜੀਆਂ ਮਾਰ ਦਿੰਦੇ ਸਨ। ਪਰ ਹੁਣ ਜੇ ਅਸੀਂ ਵੀ ਇਹੋ ਕੁਝ ਕਰੀ ਗਏ ਤਾਂ ਫਿਰ ਸਾਨੂੰ ਵਾਰਨਿੰਗ ਤਾਂ ਆਲਰੇਡੀ ਇਸ਼ੂ ਹੋ ਚੁੱਕੀ ਹੈ ਕਿ ਵਰਲਡ ਹੈਲਥ ਆਰਗੇਨਾਈਜੇਸ਼ਨ ਵੱਲੋਂ ਕਿ ਜੇ ਇਸੇ ਤਰ੍ਹਾਂ ਕੁੜੀਆਂ ਮਾਰਦੇ ਰਹੇ ਤੇ ਇਨ੍ਹਾਂ ਦੀ ਕੌਮ ਦੇ ਵੀ ਜੈਨੇਟਿਕ ਚੇਂਜਿਸ ਜੋ ਦਿਸਣ ਲੱਗ ਪਏ ਹੋਏ ਨੇ ਖਤਮ ਹੋ ਜਾਣਗੇ। ਆਖਿਰ ਕਦੇ ਤਾਂ ਅਸੀਂ ਸੰਭਲਾਂਗੇ ਵੀ ਸਾਨੂੰ ਇਹ ਚੀਜ਼ ਹੁਣ ਰੋਕ ਲੈਣੀ ਚਾਹੀਦੀ। ਹਾਂਜੀ ਡਾਕਟਰ ਸਾਹਿਬ, ਇੱਕ ਮੈਂ ਤੁਹਾਡੇ ਨਾਲ ਇਹ ਵੀ ਸ਼ੇਅਰ ਕਰਨਾ ਚਾਹਾਂਗਾ, ਤੁਸੀਂ ਇਹ ਵਰਣਨ ਕੀਤਾ ਹੈਗਾ ਭਈ ਗੁਰੂ ਨਾਨਕ ਸਾਹਿਬ ਦੇ ਜਿਹੜੇ ਸੋ ਕਿਉਂ ਮੰਦਾ ਆਖੀਏ ਜਿੱਤ ਜਾਂ ਮਰੇ ਜਾਣ, ਭਈ ਸਾਰੀ ਦੁਨੀਆਂ ਨਹੀਂ ਇਹਦੇ ਨਾਲ ਹੈਗੀ, ਇਹ ਸਹਿਮਤ ਨਹੀਂ ਹੈਗੀ ਜਾਂ ਉਹਨਾਂ ਨੂੰ ਮੰਨਦੀ ਨਹੀਂ ਹੈਗੀ, ਪਰ ਇੱਥੇ ਪ੍ਰੈਕਟਿਸ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਔਰਤਾਂ ਦੇ ਵਾਸਤੇ ਕਾਫੀ ਵਿਸ਼ੇਸ਼ ਕਾਨੂੰਨ ਬਣਾਏ ਹੈਗੇ ਆ। ਉਹਨਾਂ ਦੀ ਸੁਰੱਖਿਆ ਵਾਸਤੇ ਕੋਈ ਵੀ ਗੱਲ ਹੋਵੇ ਇਕਦਮ ਤੁਸੀਂ ਇੱਥੋਂ ਕਾਲ ਕਰਦੇ ਹੈਗੇ ਆ, ਇਕਦਮ ਪੁਲਿਸ ਆਉਂਦੀ ਹੈਗੀ ਆ, ਪੁੱਛਗਿੱਛ ਕਰਦੀ ਆ, ਉਹਨਾਂ ਨੂੰ ਜਿਹੜੇ ਬੰਦੇ ਕ੍ਰਿਮੀਨਲ ਹੈਗੇ ਆ ਇੱਦਾਂ ਦੇ ਉਹਨਾਂ ਨੂੰ ਪ੍ਰੋਸੀਕਿਊਟ ਕੀਤਾ ਜਾਂਦਾ ਹੈਗਾ। ਪਰ ਇਹੋ ਜਿਹੜੀਆਂ ਗੱਲਾਂ ਬਾਤਾਂ ਉੱਥੇ ਭਾਰਤ ਦੇ ਵਿੱਚ ਜਿੱਥੋਂ ਸਾਡੇ ਅਸੀਂ ਕਾਫੀ ਕੰਸਰਨ ਰੱਖਦੇ ਹਾਂ, ਉੱਥੇ ਕੀ ਗੱਲ ਇਹੋ ਜਿਹੜੀਆਂ ਜਬਰ ਜਨਾਹ ਦੀਆਂ ਘਟਨਾਵਾਂ ਉਹ ਜਿਹੜੀਆਂ ਬੱਚਿਆਂ ਨੂੰ ਕੁੱਖ ਚ ਮਾਰਨ ਵਾਲੀਆਂ ਗੱਲਾਂ ਹੈਗੀਆਂ, ਉਹ ਕਾਫੀ ਤਾਦਾਦ ਵਿੱਚ ਹਰ ਰੋਜ਼ ਹੀ ਕਿਸੇ ਨਾ ਕਿਤੇ ਅਖਬਾਰਾਂ ਦਾ ਸ਼ਿੰਗਾਰ ਬਣਦੀਆਂ ਗੱਲਾਂ ਉਹ ਮੁੱਖ ਪੰਨਿਆਂ ਤੇ ਛਪਦੀਆਂ। ਇਹ ਕੀ ਗੱਲ ਕੀ ਉੱਥੇ ਉਹ ਸਰਕਾਰਾਂ ਕਾਨੂੰਨ ਨਹੀਂ ਬਣਾਉਂਦੀਆਂ ਜਾਂ ਕੋਈ ਲਾਗੂ ਨਹੀਂ ਹੁੰਦੇ ਜਾਂ ਕੀ ਗੱਲ ਹੈਗੀ ਆ, ਜਾਂ ਉੱਥੇ ਲੋਕ ਹੀ ਇਹੋ ਸਿਸਟਮ ਚ ਢਲ ਚੁੱਕੇ ਹੈਗੇ ਆ, ਕਿਸ ਤਰ੍ਹਾਂ ਤੁਸੀਂ ਉਹਨੂੰ ਸਮਝਦੇ ਆ? ਹੈਲੋ ਭਾਜੀ, ਜੇ ਅਸੀਂ ਥੋੜਾ ਜਿਹਾ ਖਿਆਲ ਕਰੀਏ ਕਿ ਜਿਸ ਔਰਤ ਦਾ ਬਲਾਤਕਾਰ ਹੋਇਆ ਹੋਏ ਉਹ ਕਿਸ ਹਾਲ ਤੋਂ ਲੰਘਦੀ ਹੈ, ਤਾਂ ਸ਼ਾਇਦ ਸਾਨੂੰ ਸਮਝ ਆ ਸਕਦੀ ਹੈ ਕਿ ਅਸੀਂ ਉਹਦੇ ਤੇ ਭਾਲ ਰਹੇ ਹਾਂ ਜਾਂ ਕਿਸ ਤਰੀਕੇ ਉਹ ਜਦੋਂ ਕੋਰਟ ਵਿਚ ਜਾਣਾ ਤੇ ਕਿਸ ਤਰੀਕੇ ਵਾਰ ਵਾਰ ਉਹਨੇ ਬਲਾਤਕਾਰ ਕਰਵਾਉਣਾ। ਉਹ ਔਰਤ ਭਾਵੇਂ ਕਿੰਨੇ ਵੀ ਵਿਕਸਿਤ ਮੁਲਕ ਵਿਚ ਹੋਏ, ਪਹਿਲਾਂ ਪਹਿਲੀ ਲੜਾਈ ਉਹਦੀ ਆਪਣੇ ਆਪ ਨਾਲ ਹੁੰਦੀ ਹੈ ਕਿ ਮੈਂ ਇੱਕ ਵਾਰ ਜ਼ਲੀਲ ਹੋ ਚੁੱਕੀ ਹੋਰ ਕਿੰਨੀ ਵਾਰ ਪਬਲਿਕਲੀ ਜ਼ਲੀਲ ਹੋਵਾਂ। ਸਾਡੇ ਲੋਕਾਂ ਦੀ ਸੋਚ ਅਜਿਹੀ ਹੈ
ਕਿ ਜਿਸ ਦਾ ਬਲਾਤਕਾਰ ਹੋ ਚੁੱਕਿਆ ਹੋਵੇ ਅਸੀਂ ਨੁਕ ਸੋਸੇ ਚ ਕੱਢ ਦਿੰਦੇ ਹਾਂ, ਕਦੇ ਇਹ ਨਹੀਂ ਗੱਲ ਕਰਦੇ ਕਿ ਨਿਆਂ ਨੂੰ ਮਿਲਣ ਦੀ ਲੋੜ ਹੈ ਜਾਂ ਲੋਕਾਂ ਦੀ ਸੋਚ ਜਾਂ ਸਮਾਜ ਸੁਹਿਰਦ ਹੋ ਗਿਆ ਅਜਿਹੀ ਔਰਤ ਪ੍ਰਤੀ, ਇਸ ਤਰ੍ਹਾਂ ਦੇ ਅਸੀਂ ਹਾਂ ਨਹੀਂ। ਬਲਾਤਕਾਰ ਤੋਂ ਬਾਅਦ ਵੀ ਉਹ ਔਰਤ ਸਾਰੀ ਉਮਰ ਦਲਾਲਤ ਹੀ ਰਹਿੰਦੀ ਹੈ, ਤੇ ਇਹੀ ਕਹਿੰਦੇ ਕਿ ਅਸੀਂ ਵਿਕਸਿਤ ਮੁਲਕਾਂ ਵਿੱਚ ਪਹੁੰਚ ਕੇ ਵੀ ਵੱਡੀ ਗਿਣਤੀ ਜੋ ਸੱਚਮੁੱਚ ਜ਼ੁਲਮ ਸਹਿ ਰਹੀਆਂ ਨੇ ਉਹ ਸਮਾਜਿਕ ਸ਼ਰਮ ਕਾਰਨ ਅਜੇ ਵੀ ਦੱਬੀਆਂ ਪਈਆਂ ਨੇ, ਤੇ ਭਾਵੇਂ ਉਹ ਵਿਕਸਿਤ ਮੁਲਕ ਹੋਵੇ ਜਾਂ ਇੱਥੋਂ ਦੀਆਂ ਵਸਨੀਕ ਹੋਣ ਜਾਂ ਏਸ਼ੀਅਨ ਇੱਥੇ ਆ ਕੇ ਵਸੇ ਹੋਣ, ਉਹਨਾਂ ਵਿੱਚ ਹੋਣ ਬਹੁਤ ਔਰਤਾਂ ਬੱਚਿਆਂ ਆਪਣਿਆਂ ਦੇ ਖਾਤਰ ਇਹ ਸਭ ਦੜ ਵੱਟ ਕੇ ਸਹਿੰਦੀਆਂ ਰਹਿੰਦੀਆਂ ਨੇ, ਤੇ ਜਿਹੜੀਆਂ ਨਿਕਲਦੀਆਂ ਵੀ ਨੇ ਜਦੋਂ ਉਹਨਾਂ ਨੂੰ ਤੁਸੀਂ ਘਰੋਂ ਬਾਹਰ ਹੀ ਕੱਢ ਦੇਣਾ ਅਜਿਹੀ ਔਰਤ ਨੂੰ ਕਿਸੇ ਥਾਂ ਤੇ ਜਿਸ ਥਾਂ ਤੇ ਉਹਨੂੰ ਸੁਰੱਖਿਅਤ ਮਹਿਸੂਸ ਕੀਤਾ ਜਾਂਦਾ, ਜੇ ਉੱਥੇ ਜੇ ਇਹੋ ਜਿਹਾ ਕਾਨੂੰਨ ਇੱਥੇ ਉਹਨਾਂ ਨੂੰ ਬਾਹਰ ਕੱਢ ਦਿੰਦਾ, ਤੇ ਉਹਨੂੰ ਫਿਰ ਵੀ ਕੱਲੀ ਬੈਠੀ ਨੂੰ ਇਹੋ ਮਹਿਸੂਸ ਹੁੰਦਾ ਰਹਿੰਦਾ ਕਿ ਮੈਂ ਆਖਰ ਇਹਨਾਂ ਮੁਲਕਾਂ ਵਿੱਚ ਆ ਕੇ ਵੀ ਕੀ ਖੱਟਿਆ। ਸੋ ਇਹ ਪੀੜ ਮੈਂ ਇਹਨਾਂ ਦੇ ਰਿਫਿਊਜ ਵਿੱਚ ਬੈਠੀਆਂ ਔਰਤਾਂ ਦੀ ਵੀ ਸੁਣੀਏ ਸਮਝੀਏ, ਇਹ ਕੋਈ ਇੰਨਾ ਸੌਖਾ ਕੰਮ ਨਹੀਂ ਹੁੰਦਾ। ਅਸਲ ਜਿਹੜਾ ਜ਼ੁਲਮ ਸਹਿ ਰਿਹਾ ਹੋਵੇ ਉਸੇ ਦੀ ਹੀ ਦਰਦ ਜਿਹੜੀ ਹੈ ਉਹ ਜਦੋਂ ਤੱਕ ਅਸੀਂ ਉਸ ਤੇ ਮੱਲਮ ਨਹੀਂ ਲਾਉਂਦੇ ਇਹ ਭੁੱਲ ਜਾਓ ਕਿ ਅਸੀਂ ਕਿਸੇ ਪਾਸੇ ਕਦੇ ਵੀ ਸੋਚ ਸਕਦੇ ਹਾਂ ਕਿ ਭਾਵੇਂ ਵਿਕਸਿਤ ਹੈ ਜਾਂ ਵਿਕਾਸਸ਼ੀਲ ਮੁਲਕ ਹੈਗਾ ਉਹਨਾਂ ਥਾਵਾਂ ਤੇ ਔਰਤ ਨੂੰ ਵਾਕਈ ਨਿਆਂ ਮਿਲਦਾ ਰਹੇਗਾ। ਉਹ ਇਹ ਜ਼ੁਲਮ ਸਹੀ ਜਾਏਗੀ ਜਦ ਤੱਕ ਸਮਾਜ ਸੁਹਿਰਦ ਨਹੀਂ ਹੁੰਦਾ, ਤੇ ਚੰਗੀ ਲੋਕ ਇਹੋ ਜਿਹੀਆਂ ਸੁਸਾਇਟੀਆਂ ਬਣਾ ਕੇ ਗਾਹ ਨਹੀਂ ਆਉਂਦੇ ਜਿੱਥੇ ਉਹਨੂੰ ਸਾਈਕੋਲੋਜੀਕਲ ਸਪੋਰਟ ਮਿਲੇ, ਮੈਂਟਲ ਸਪੋਰਟ ਮਿਲੇ, ਤੇ ਸਮਾਜ ਵਿੱਚ ਵਾਪਿਸ ਖੜੇ ਹੋਣ ਲਈ ਇੱਕ ਪਿੱਛੇ ਤਾਕਤ ਖੜੀ ਹੋਈ ਮਿਲੇ। ਤੁਹਾਡੀ ਗੱਲ ਤਾਂ ਇਹ ਬਿਲਕੁਲ 100% ਸਾਡੇ ਜਿਹੜੇ ਅੰਕੜੇ ਵੀ ਦੱਸਦੇ ਹੈਗੇ ਆ, ਇੱਥੇ ਦੀਆਂ ਏਜੰਸੀਆਂ ਨੇ ਵੀ ਸਰਟੀਫਾਈ ਕੀਤਾ ਹੈਗਾ ਕਿ ਰੀਅਲ ਫਿਗਰ ਜਿਹੜੀਆਂ ਹੁੰਦੀਆਂ ਇਹੋ ਇੱਦਾਂ ਦੇ ਕ੍ਰਾਈਮ ਬਾਰੇ ਰੀਅਲੀ ਮੱਚ ਮੋਰ ਹਾਇਰ ਹੁੰਦੀਆਂ ਹੈਗੀਆਂ, ਤੇ ਇਹ ਕੇਸਿਸ ਉਹ ਹੀ ਆਉਂਦੇ ਹੈਗੇ ਆ ਜਿਹੜੇ ਕਈ ਬਹੁਤ ਜ਼ਿਆਦਾ ਇੱਦਾਂ ਦੇ ਹੋ ਜਾਂਦੇ। ਪਰ ਭਾਰਤ ਦੇ ਵਿੱਚ ਵੱਲ ਮੈਂ ਤੁਹਾਨੂੰ ਲੈ ਚੱਲਦਾ ਹੈਗਾ, ਜਿੱਥੇ ਪਿੰਡ ਦੇ ਵਿੱਚ ਕਿਸੇ ਵੇਲੇ ਜਾਂ ਲੋਕਲ ਕਸਬੇ ਵਿੱਚ ਕੋਈ ਘਟਨਾ, ਉੱਥੇ ਤਾਂ ਉੱਥੇ ਦੇ ਰਿਲੀਜੀਅਸ ਆਗੂ ਕੀ ਉਸ ਗੱਲ ਨੂੰ ਤੇ ਮਿੱਟੀ ਪਾਉਣੀ ਚਾਹੋਗੇ, ਗਾਹਾਂ ਨਹੀਂ ਲਿਜਾਣ ਦਿੰਦੇ, ਜਾਂ ਉੱਥੇ ਦੇ ਕੜਾਮ ਚੌਧਰੀ ਹੈਗੇ ਆ, ਉੱਥੇ ਕਿੱਦਾਂ ਇਹੋ ਲੋਕ ਅੱਗੇ ਆਉਣ, ਕਿਸ ਤਰ੍ਹਾਂ ਉੱਥੇ ਤਾਂ ਜ਼ਿਆਦਾ ਇਹਦੇ ਨਾਲੋਂ ਮੱਚ ਮੋਰ ਜ਼ਿਆਦਾ ਜਿਹੜੀ ਆ ਵਸਟ ਸਿਚੁਏਸ਼ਨ ਹੈਗੀ ਆ। ਅਸੀਂ ਰੈਕੋਗਨਾਈਜ ਕਰਦੇ ਹਾਂ ਵੈਸਟ ਵਿੱਚ ਇਹ ਪ੍ਰੋਬਲਮਾਂ ਠੀਕ ਹੈਗੀਆਂ, ਜਿਹੜੀਆਂ ਅਸਲੀ ਅੰਕੜੇ ਨਹੀਂ ਆ ਰਹੇ, ਪਰ ਭਾਰਤ ਵਰਗੇ ਮੁਲਕ 'ਚ ਜਿਹੜੇ ਇੰਨੇ ਵਿਕਸਿਤ ਨਹੀਂ ਹੋਏ, ਜਾਂ ਕਿਸ ਤਰ੍ਹਾਂ ਉੱਥੇ ਕੀ ਗੱਲ ਕੀ ਜਿਹੜੀਆਂ ਸੋਸ਼ਲ ਆਰਗੇਨਾਈਜੇਸ਼ਨਾਂ ਨੇ ਕੰਮ ਕਰਦੀਆਂ ਜਾਂ ਸਾਡੇ ਰਿਲੀਜੀਅਸ ਬਾਡੀਆਂ ਨੇ ਪ੍ਰੋਪਰ ਕੰਮ ਕਰਦੀਆਂ, ਇਹੋ ਕੀ ਕਾਰਨ ਕੀ ਹੈਗੇ ਆ ਉਹਦੇ 'ਚ ਥੋੜਾ ਜਿਹਾ ਹੋਰ ਸਾਨੂੰ। ਮੈਨੂੰ ਖਿਮਾ ਕਰਿਓ, ਹਕੀਕਤ ਕੌੜੀ ਬੜੀ ਹੁੰਦੀ ਜੇ, ਪਰ ਬਹੁਤ ਵਾਰ ਅਜਿਹਾ ਕਾਰਾਂ ਕਰਨ ਵਾਲੇ ਹੁੰਦੇ ਹੀ ਪੋਲੀਟਿਕਲੀ ਵੈਲ ਕਨੈਕਟਡ ਹੁੰਦੇ ਨੇ, ਸੋ ਉਹਨਾਂ ਨੂੰ ਕਿਸੇ ਪਾਸੇ ਜਿਨ੍ਹਾਂ ਦੇ ਅੱਗੇ ਪੁਲਿਸ ਗੋਡੇ ਟੇਕਦੀ ਹੈ, ਧਰਮ ਉਹਨਾਂ ਦੇ ਪੈਰਾਂ 'ਚ ਬੈਠਾ ਹੈ, ਤਾਂ ਧਾਰਮਿਕ ਆਗੂ ਵੀ ਨਾ ਸਪੋਰਟ ਲਈ ਅੱਗੇ ਆਏ ਨਾ ਪੁਲਿਸ ਅੱਗੇ ਆਈ, ਤਾਂ ਮੈਨੂੰ ਦੱਸੋ ਨਿਆਣਾ ਕਿ ਕਿੱਥੋਂ ਘਾਲਣ ਕੇ ਕਾਨੂੰਨ ਦੇ ਵਿੱਚ ਜੋ 20-25 ਸਾਲ ਕੇਸ ਵੀ ਲਟਕਦੇ ਨੇ, ਤੇ ਜੋ ਸਮਾਜ ਉੱਥੇ ਦਾ ਅਸੀਂ ਬਣਾਇਆ ਹੋਇਆ ਉੱਥੇ ਤਾਂ ਔਰਤ ਨੂੰ ਅਜੇ ਤੱਕ ਇਨਸਾਨ ਦਾ ਦਰਜਾ ਹੀ ਨਹੀਂ ਦਿੱਤਾ ਗਿਆ, ਤੇ ਉੱਥੇ ਅਸੀਂ ਕਿਸ ਤਰ੍ਹਾਂ ਇਹ ਸੋਚ ਸਕਦੇ ਹਾਂ ਕਿ ਕਿਸੇ ਵੀ ਪਾਸਿਓਂ ਨਿਆਂ ਮਿਲ ਸਕਦਾ, ਚੰਗੀ ਭਲੀ ਔਰਤ ਵੀ ਘਰ ਵਿੱਚ ਕਿਸੇ ਦੀ ਇੱਕ ਦੂਜੇ ਨਾਲ ਵੀ ਕੋਈ ਅਣਬਣ ਹੋ ਜਾਏ, ਤੇ ਸਭ ਤੋਂ ਪਹਿਲਾਂ ਮਿਹਣਾ ਇਹੀ ਪੈਂਦਾ ਕਿ ਉਹਦੀ ਔਰਤ ਚੁੱਕ ਲਓ, ਉਹਦਾ ਉਧਾਲਾ ਕਰ ਦਿਓ, ਤੇ ਉਹ ਯਾਨੀ ਇੱਕੋ ਢੰਗ ਹੀ ਰਹਿ ਗਿਆ ਕਿ ਜੇ ਬਦਲਾ ਲੈਣਾ ਜੇ ਤਾਂ ਸਿਰਫ ਉਸ ਘਰ ਦੀ ਔਰਤ ਨੂੰ ਖਤਮ ਕਰ ਦਿਓ, ਉਹਨੂੰ ਦਲੀਲ ਕਰੋ, ਇਹੀ ਇੱਕ ਰਾਹ ਲੱਭ ਲਿਆ। ਜਿੱਥੇ ਨਾ ਪੋਲੀਟੀਕਲ ਸਪੋਰਟ ਹੈ, ਜਿੱਥੇ ਵੱਡੀ ਗਿਣਤੀ ਪੋਲੀਟੀਸ਼ੀਅਨ ਆਪ ਇਸ ਪਾਸੇ ਨੂੰ ਤੁਰਦੇ ਹੋਣ ਜਾਂ ਉਹਨਾਂ ਦੀ ਸ਼ਹਿਦ ਹੇਠ ਲੋਕ ਕਰਦੇ ਹੋਣ, ਤੇ ਪੁਲਿਸ ਤਾਂ ਉਂਗਲ ਤੱਕ ਨਹੀਂ ਹਿਲਾਉਂਦੀ ਜਦ ਤੱਕ ਉੱਪਰੋਂ ਕੁਛ ਨਾ ਆਇਆ ਹੋਵੇ, ਮੈਨੂੰ ਸਮਝਾਓ ਕਿ ਉਸ ਥਾਂ ਤੇ ਲੜਾਈ ਲੜਨੀ ਕਿੰਨੀ ਕੁ ਔਖੀ ਹੋ ਸਕਦੀ ਹੈ, ਜਿੱਥੇ ਕੰਮ ਹੀ ਮੇਰਾ ਉਸੇ ਥਾਂ ਤੇ ਜੋ ਮੈਂ ਲੜ ਰਹੀ ਹਾਂ ਉਸਦੇ ਲਈ ਸੀ। ਇਸ ਪਰ ਉਹਨਾਂ ਵਿੱਚ ਸਮਝ, ਮੇਰਾ ਖਿਆਲ ਹੈ ਜਿੰਨੇ ਸਰੋਤੇ ਸੁਣ ਸਕਦੇ ਨੇ ਉਹਨਾਂ ਨੂੰ ਸਮਝ ਆ ਸਕਦੀ ਹੈ ਕਿ ਕਿੰਨੇ ਔਖੇ ਸਮੇਂ ਵਿੱਚੋਂ ਮੈਂ ਲੰਘੀ ਹੋਈ, ਆਵਾਜ਼ ਚੁੱਕਣੀ ਹੁੰਦੀ ਹੈ, ਤੇ ਕੀ ਮੈਂ ਸਿਆ, ਕਿੰਨਾ ਕੁ ਕਹਿਰ ਸਰਕਾਰਾਂ ਮੇਰੇ ਤੇ ਢਾ ਰਹੀਆਂ ਹੋਣਗੀਆਂ।
ਅਸੀਂ ਪ੍ਰੋਗਰਾਮ ਜਿਸ ਤਰ੍ਹਾਂ ਪਹਿਲਾਂ ਹੈਗਾ ਸਾਡਾ ਚੱਲ ਰਿਹਾ ਉਸ ਤਰ੍ਹਾਂ ਹੀ ਜਾਰੀ ਰੱਖਦੇ ਹੈਗੇ ਹਾਂ। ਪ੍ਰੋਗਰਾਮ ਦੇ ਦੂਜੇ ਭਾਗ ਵਿੱਚ ਪਹੁੰਚ ਚੁੱਕੇ ਹਾਂ। ਦੂਜੇ ਭਾਗ ਵਿੱਚ ਫਿਰ ਸੀਤਲ ਸਿੰਘ ਗਿੱਲ ਤੁਹਾਡਾ ਨਿੱਘਾ ਸਵਾਗਤ ਕਰਦਾ ਹੈਗਾ। ਅਸੀਂ ਚੱਲਦੇ ਹਾਂ ਡਾਕਟਰ ਹਰਸ਼ਿੰਦਰ ਕੌਰ ਹੁਣਾਂ ਵੱਲ ਫਿਰ ਦੁਬਾਰਾ। ਡਾਕਟਰ ਹਰਸ਼ਿੰਦਰ ਕੌਰ, ਆਪਾਂ ਮੈਂ ਤੁਹਾਡੇ ਨਾਲ ਫਿਰ ਆ ਰਿਹਾ ਹੈਗਾ, ਅਸੀਂ ਉੱਥੋਂ ਹੀ ਗੱਲ ਥੋੜੀ ਸ਼ੁਰੂ ਕਰਦੇ ਹੈਗੇ ਹਾਂ ਕਿ ਸਾਡਾ ਉੱਥੇ ਦਾ ਭਾਰਤ ਦਾ ਕੀ ਸਿਸਟਮ ਹੈਗਾ, ਕੀ ਉਹਦੇ ਚ ਨੁਕਸ ਹੈਗੇ ਆ, ਜਿੱਥੇ ਕਿ ਔਰਤਾਂ ਦੀ ਆਵਾਜ਼ ਜਿਹੜੀ ਆ ਕਿਸੇ ਪਿੰਡ ਵਿੱਚ ਕਿਸੇ ਪੰਚਾਇਤ ਦੇ ਵਿੱਚ ਵੀ ਮਸਲਾ ਆ ਜਾਵੇ, ਉੱਥੇ ਜਿਹੜਾ ਮਸਲੇ ਉਹਨਾਂ ਦੇ ਉੱਦਾਂ ਹੀ ਉਲਝ ਕੇ ਰਹਿ ਜਾਂਦੇ ਆ। ਇੱਥੇ ਕੋਈ ਮਸਲਾ ਆਉਂਦਾ ਹੈਗਾ, ਜੇ ਓਪਨ ਆ ਗਿਆ ਤਾਂ ਉਹ ਪੁਲਿਸ ਦੇ ਵਿੱਚ ਕਿਸੇ ਨੇ ਕਿਸੇ ਦੀ ਸੁਣਨੀ ਨਹੀਂ ਹੈਗੀ, ਕਿਸੇ ਪੋਲੀਟੀਸ਼ੀਅਨ ਦੀ ਚੱਲਣੀ ਨਹੀਂ, ਕਿਸੇ ਹੋਰ ਕੋਈ ਉੱਥੇ ਪ੍ਰੈਸ਼ਰ ਨਹੀਂ ਪੈਣਾ ਹੈਗਾ। ਇੱਥੇ ਅਸੀਂ ਮੱਚ ਮੋਰ ਸੇਫਰ ਇਸ ਗੱਲੋਂ ਫੀਲ ਕਰਦੇ ਹੈਗੀਆਂ, ਸਾਡੀਆਂ ਔਰਤਾਂ ਸਾਡੀਆਂ ਬੱਚੀਆਂ ਫੀਲ ਕਰਦੀਆਂ ਹੈਗੀਆਂ। ਪਰ ਉਹ ਕੀ ਗੱਲ ਹੈਗੀ ਆ ਭਾਰਤ ਦੇ ਵਿੱਚ, ਸਾਨੂੰ ਥੋੜੀਆਂ ਹੋਰ ਗੱਲਾਂ ਸਮਝਾਓ ਇਹਦੇ ਬਾਰੇ। ਦਰਅਸਲ ਜਿਹੜੇ ਭਾਰਤ ਦਾ ਕੰਮ ਜੇ ਉੱਥੇ ਬਹੁਤੀ ਵਾਰ ਅਜਿਹਾ ਕਾਰਾ ਕਰਨ ਵਾਲੇ ਸਪੋਰਟਡ ਬਾਏ ਪੋਲੀਟੀਸ਼ੀਅਨਸ ਹੁੰਦੇ ਨੇ। ਬਹੁਤੀ ਵਾਰ ਕੋਈ ਸਰਕਾਰੀ ਵੱਡਾ ਅਹੁਦੇਦਾਰ ਅਫਸਰ ਉਹ ਵੀ ਸ਼ਾਮਲ ਹੁੰਦੇ ਨੇ। ਇਹਨਾਂ ਤੋਂ ਇਲਾਵਾ ਪੁਲਿਸ ਕਾਫੀ ਵਾਰ ਵਿੱਚ ਨਾਲ ਸ਼ਾਮਲ ਹੋਈ ਹੁੰਦੀ, ਜੇ ਬੜੇ ਕੇਸਿਸ ਸਾਹਮਣੇ ਆ ਚੁੱਕੇ ਨੇ ਜਿੱਥੇ ਰੇਪ ਕਰਨ ਵਾਲੇ ਵੀ ਪੁਲਿਸ ਅਫੀਸ਼ੀਅਲ ਸਨ, ਜਿੱਥੇ ਧਰਮ ਅੱਖਾਂ ਮੋੜ ਲੈਂਦਾ ਜੇ, ਕਿਉਂਕਿ ਬਹੁਤੀ ਵਾਰ ਧਰਮ ਵੀ ਤੁਸੀਂ ਦੇਖਿਆ ਹੀ ਹੋਣਾ ਕਿ ਸਿਆਸਤਦਾਨਾਂ ਦੇ ਅੱਗੇ ਗੋਡੇ ਟੇਕਿਆ ਬੈਠਾ ਹੁੰਦਾ। ਸੋ ਇਹਨਾਂ ਇਸ ਮਾਹੌਲ ਵਿੱਚ ਜਿੱਥੇ ਔਰਤ ਨੂੰ ਅਜੇ ਬਰਾਬਰੀ ਦਾ ਦਰਜਾ ਤੇ ਛੱਡੋ ਜਾਨਵਰ ਤੋਂ ਥੱਲੇ ਰੱਖਿਆ ਗਿਆ ਹੋਵੇ, ਤੇ ਜਿੱਥੇ ਕੋਈ ਸਪੋਰਟ ਸਿਸਟਮ ਹੀ ਨਾ ਬਣਿਆ ਹੋਵੇ, ਉੱਥੇ ਔਰਤ ਬੜੀ ਬੁਰੀ ਤਰੀਕੇ ਦੱਬੀ ਕੁਚਲੀ ਜਾਂਦੀ ਹੈ। ਰੇਪ ਕੀਤੀ ਬੱਚੀ ਦੇ ਅੱਗੇ ਰਾਹ ਹੀ ਕੋਈ ਨਹੀਂ ਰਹਿੰਦਾ ਕਿ ਸਿਵਾਏ ਖੁਦਕੁਸ਼ੀ ਕਰਕੇ ਆਪਣੇ ਆਪ ਨੂੰ ਖਤਮ ਕਰੇ, ਤੇ ਜੇ ਉਹ ਲੜਨ ਦਾ ਫਿਰ ਵੀ ਦਮ ਰੱਖੇ ਤੇ ਉਹਦਾ ਪੂਰਾ ਖਾਨਦਾਨ ਤਬਾਹ ਕਰ ਦਿੱਤਾ ਜਾਂਦਾ ਜੇ, ਝੂਠੇ ਕੇਸ ਪਾ ਕੇ ਅੰਦਰ ਡੱਕ ਦਿੱਤਾ ਜਾਂਦਾ ਜੇ, ਪਰ ਕਿਸੇ ਵੀ ਹਾਲ ਵਿੱਚ ਸੱਚਾਈ ਅੱਗੇ ਨਹੀਂ ਆਣ ਦਿੱਤੀ। ਬਹੁਤ ਵੱਡੀ ਗਿਣਤੀ ਸਮਾਜਿਕ ਜੋ ਸਾਡੀ ਸੋਚ ਵਿਗੜੀ ਹੈ ਉਹ ਔਰਤ ਰੀਤੀ ਨੁਕਸ ਕੱਢ ਕੇ ਉਸੇ ਨੂੰ ਕੁਲਹਿਣੀ ਕਹਿ ਕੇ ਉਸੇ ਨੂੰ ਨੀਵਾਂ ਕਰਕੇ ਦਿਖਾਉਣਾ ਚਾਹੁੰਦੀ ਜੇ। ਉਸ ਤੋਂ ਇਲਾਵਾ ਵੀ ਜਿਹੜਾ ਸਾਡੇ ਮਾਹੌਲ ਅਜਿਹਾ ਬਣ ਚੁੱਕਾ ਹੋਇਆ ਤੇ ਉਹਨੂੰ ਖੁਦਕੁਸ਼ੀ ਤੋਂ ਜੇ ਕੋਈ ਕੋਸ਼ਿਸ਼ ਕਰਦਾ ਨਾਲ ਜੁੜ ਕੇ ਬਚਾਉਣ ਲਈ ਉਹਦੇ ਉੱਤੇ ਵੀ ਓਨਾ ਹੀ ਕਹਿਰ ਢਾ ਦਿੱਤਾ ਜਾਂਦਾ। ਤਾਂ ਤੁਸੀਂ ਸਮਝ ਸਕਦੇ ਇਸ ਮਾਹੌਲ ਵਿੱਚ ਜੇ ਮੈਂ ਉੱਥੇ ਬਹਿ ਕੇ ਕੰਮ ਕਰ ਰਹੀ ਹਾਂ ਤੇ ਕਿੰਨਾ। ਹੈਲੋ, ਹਾਂਜੀ ਡਾਕਟਰ ਸਾਹਿਬ ਤੁਹਾਡੇ ਲਾਈਨ ਤੇ ਆ ਤੁਸੀਂ? ਹਾਂਜੀ ਅੱਛਾ, ਹਾਂਜੀ ਹਾਂਜੀ, ਕੈਰੀ ਆਨ ਕਰੋ ਆਪਣੀ ਗੱਲ ਕਹਿਣੀ। ਉਸ ਮਾਹੌਲ ਵਿਚ ਮੈਂ ਤੁਹਾਨੂੰ ਸਿਰਫ ਇਹ ਦੱਸਣਾ ਚਾਹ ਰਹੀ ਹਾਂ ਕਿ ਮੇਰੇ ਵਰਗਾ ਜਦੋਂ ਲੜਦਾ ਜੇ ਉਹਦੇ ਲਈ ਮੁਸੀਬਤ ਇਹ ਹੁੰਦੀ ਹੈ ਕਿ ਉਹਨੂੰ ਆਪਣੀ ਨੌਕਰੀ ਦਾਅ ਤੇ ਲਾਣੀ ਪੈਂਦੀ ਜੇ, ਇਹ ਸਭ ਕੁਛ ਇਨਕੁਆਇਰੀਆਂ ਵੀ ਭੁਗਤਣੀਆਂ ਪੈਂਦੀਆਂ ਜੇ, ਸਾਰਾ ਕੁਛ ਕਰਦਿਆਂ ਵੀ ਜੇ ਡਟੇ ਰਹਿ ਸਕਦੇ ਆ ਵੀਰ, ਤਾਂ ਮੀਡੀਆ ਦਾ ਬਹੁਤ ਵੱਡਾ ਅਜੇ ਵੀ ਰੋਲ ਹੈ। ਹਾਲਾਂਕਿ ਕੁਝ ਹੱਦ ਤੱਕ ਇਸ ਵੇਲੇ ਦੁਨੀਆਂ ਜਾਣਦੀ ਹੈ ਕਿ ਉੱਥੋਂ ਦਾ ਮੀਡੀਆ ਵੀ ਵਿਕਾਊ ਹੋ ਚੁੱਕਿਆ ਹੈ, ਅਸਰ ਰਸੂਖ ਹੇਠ ਪੋਲੀਟੀਸ਼ੀਅਨ ਤੇ ਆ ਚੁੱਕਿਆ ਹੈ, ਜੋ ਕਿ ਤੁਸੀਂ ਸਪਸ਼ਟ ਅਖਬਾਰਾਂ ਵਿਚ ਵੀ ਦੇਖ ਸਕਦੇ ਹੋ, ਟੀਵੀ ਮੀਡੀਆ ਰਾਹੀਂ ਵੀ ਦੇਖ ਸਕਦੇ ਹੋ ਕਿ ਕਿਸ ਦਾ ਰਾਗ ਗਾਇਆ ਜਾ ਰਿਹਾ। ਪਰ ਫਿਰ ਵੀ ਉਹਨਾਂ ਵਿਚੋਂ ਅਜੇ ਵੀ ਲਗਭਗ ਮੇਰਾ ਖਿਆਲ ਹੈ 50% ਤਾਂ ਜ਼ਰੂਰ ਹੋਣਗੇ ਜਿਹੜੇ ਅਜੇ ਵੀ ਲੜਾਈ ਜਾਰੀ ਰੱਖ ਰਹੇ ਨੇ ਇਸ ਮਾਹੌਲ ਵਿਚ ਵੀ, ਅਜਿਹੇ ਕੇਸ ਵੀ ਉਜਾਗਰ ਕਰਦੇ ਨੇ, ਫਾਈਟ ਵੀ ਕਰਦੇ ਨੇ ਸਿਰਫ ਮੀਡੀਆ ਖਾਤਰ ਜੇ, ਜਿਹੜਾ ਮਾੜਾ ਮੋਟਾ ਡਰ ਰਹਿ ਗਿਆ ਜੇ, ਵਰਨਾ ਸ਼ਾਇਦ ਔਰਤ ਤਾਂ ਹੁਣ ਤਾਂ ਖਤਮ ਹੀ ਕਰ ਦਿੰਦੇ ਹੋ ਇਸ ਹਾਲ ਤੇ ਪਹੁੰਚਿਆ ਹੋਇਆ ਕੰਮ। ਮੇਰਾ ਫਿਰ ਦੁਬਾਰਾ ਤੁਹਾਡੇ ਰਾਹੀਂ ਇਹੀ ਸੁਣਿਆ ਰਹਿਣਾ ਜੇ ਕਿ ਤੁਸੀਂ ਘੱਟੋ ਘੱਟ ਚੁੱਪ ਤਾਂ ਤੋੜੋ ਜਿਹੜੇ ਚੰਗੇ ਲੋਕ ਹੋ, ਤਾਂ ਕਿ ਰਲ ਮਿਲ ਕੇ ਇੱਕ ਵੱਡਾ ਗਰੁੱਪ ਸਾਹਮਣੇ ਆਏ ਕਿ ਉੱਥੇ ਜੇ ਕੋਈ ਲੜ ਰਿਹਾ ਤਾਂ ਆਸਟ੍ਰੇਲੀਆ ਚੋਂ ਵੀ ਆਵਾਜ਼ ਉੱਠੇ, ਕੈਨੇਡਾ ਚੋਂ ਵੀ ਉੱਠੇ, ਇੰਗਲੈਂਡ ਚੋਂ ਵੀ ਉੱਠੇ, ਸਾਰੇ ਥਾਂ ਤੇ ਜਦੋਂ ਰਲ ਕੇ ਆਵਾਜ਼ ਉੱਠੇਗੀ ਤਾਂ ਇਹੋ ਜਿਹੀ ਚੰਗੀ ਸੋਚ ਬਿਲਕੁਲ ਕਿਸੇ ਹਾਲ ਚ ਟੱਪੀ ਨਹੀਂ ਜਾ ਸਕਦੀ। ਭੈਣ ਜੀ, ਫਿਰ ਇਹੋ ਜਿਹੜਾ ਇੱਕ ਤੁਸੀਂ ਹਾ ਵੇ ਆਊਟ ਦੱਸਿਆ ਹੈ ਭੇ ਇੱਦਾਂ ਵੋਇਸ ਉੱਠੇ, ਕੋਈ ਉੱਥੇ ਜਿਹੜੀ ਹੈਗੀ ਆ ਕੋਈ ਧਾਰਮਿਕ ਸੰਸਥਾ ਜਾਂ ਕੋਈ ਧਰਮ ਸਪੋਰਟ ਨਹੀਂ ਕਰਦਾ ਹੈਗਾ ਇਸਤਰੀ ਜਾਤੀ ਦੇ ਹੱਕਾਂ ਦੇ ਵਾਸਤੇ ਕੋਈ, ਜਿਹੜੀਆਂ ਇਹਦੇ ਤੋਂ ਫਿਰ ਜਿਹੜੀ ਆਹ ਤੁਹਾਡੀ ਹੈਗੀ ਆ
ਵੀ ਇਹੋ ਉੱਠਣ ਦੀ ਗੱਲ ਇਹ ਇੱਕ ਬਹੁਤ ਵੱਡੀ ਜਿਹੜੀ ਹੈਗੀ ਗੱਲ ਪਈ ਸੰਸਾਰ ਲੈਵਲ ਤੇ ਜਾਂ ਭਾਰਤ ਲੈਵਲ ਤੇ ਕੋਈ ਔਰਤਾਂ ਦੀ ਸੁਰੱਖਿਆ ਵਾਸਤੇ ਕੋਈ ਖਾਸ ਯਤਨ ਜਿਹੜੀ ਕੋਈ ਖਾਸ ਸੰਸਥਾ ਉੱਠਣੀ ਤਾਂ ਜਥੇਬੰਦਕ ਤੌਰ ਤੇ ਜਿਹੜੀ ਸੰਘਰਸ਼ ਕਰਨੇ ਪਿੰਡ ਪਿੰਡ ਜਾ ਕੇ ਹੋਕਾ ਦੇਣਾ ਤੇ ਜਿਹੜੇ ਕੋਈ ਕ੍ਰਿਮੀਨਲ ਟਾਈਪ ਬੰਦੇ ਆ ਉਹਨਾਂ ਨੂੰ ਲੋਕਾਂ ਵਿਚ ਨੰਗੇ ਕਰਨਾ ਇਹੋ ਤੁਹਾਡਾ ਇਧਰ ਨੂੰ ਨੀ ਇਸ਼ਾਰਾ ਪੇ ਇਹਦੇ ਵਿਚ ਚੇਂਜ ਲਿਆਉਣ ਨੂੰ ਉਸ ਸਿਸਟਮ ਦੇ ਵਿਚ ਬਹੁਤ ਵੱਡੇ ਸਾਨੂੰ ਉਪਰਾਲੇ ਕਰਨੇ ਪੈਣਗੇ ਕਿਉਂਕਿ ਪ੍ਰੈਜੈਂਟ ਸਿਸਟਮ ਆ ਉਸ ਕੰਟਰੀ ਦਾ ਗੁੱਡ ਨਹੀਂ ਹੈਗਾ ਜਿੱਥੇ ਕੋਈ ਔਰਤਾਂ ਦੇ ਹੱਕਾਂ ਦੀ ਕੋਈ ਗੱਲ ਨਹੀਂ ਕੀਤੀ ਜਾ ਰਹੀ ਅੱਜ ਵੀ ਲੋਕ ਕੁੱਖਾਂ ਚ ਕੁੜੀਆਂ ਮਾਰ ਰਹੇ ਹੈਗੇ ਆ ਤਾਂ ਇਹਦੇ ਵਿਚ ਕਿਸ ਤਰ੍ਹਾਂ ਤੁਸੀਂ ਇਹਨੂੰ ਹੋਰ ਥੋੜਾ ਜਿਹਾ ਸਾਡੇ ਸਰੋਤੇ ਤੁਹਾਡੀਆਂ ਕਿਉਂਕਿ ਤੁਹਾਡੀ ਜਿਹੜੀ ਪਾਵਰਫੁਲ ਵੋਇਸ ਆ ਤੁਹਾਡੇ ਤੁਹਾਨੂੰ ਕੁਛ ਸੁਣਨਾ ਚਾਹੁੰਦੇ ਹੈਗੇ ਆ ਵੀ ਅਸੀਂ ਵਿਦੇਸ਼ਾਂ ਚ ਬੈਠ ਕੇ ਵੋਇਸ ਹੀ ਇਕੱਲੀ ਰੇਜ ਕਰੀਏ ਜਾਂ ਕੋਈ ਹੋਰ ਜਿਹੜੇ ਆ ਜਾਂ ਭਾਰਤ ਵਿਚ ਲੋਕ ਵੱਸਦੇ ਆ ਉਹ ਕੀ ਕਿੱਧਰ ਨੂੰ ਉਧਰ ਨੂੰ ਤੋਰਨਾ ਚਾਹੁੰਦੇ ਆ ਉਹਨਾਂ ਨੂੰ ਤੁਸੀਂ ਜੀ ਬਿਲਕੁਲ ਪਹਿਲੀ ਜੋ ਪੋਜ਼ਿਟਿਵ ਚੀਜ਼ ਅਸੀਂ ਇਸ ਵਾਰ ਜੋ ਸਾਰਿਆਂ ਨੇ ਰਲ ਕੇ ਫੈਸਲਾ ਕੀਤਾ ਕਿ ਅਸੀਂ ਜੋ ਕਿਉਂ ਮੰਦਾ ਆਖੀਏ ਨਾਮ ਦੀ ਟਰੱਸਟ ਇੱਥੇ ਖੋਲ ਰਹੇ ਹਾਂ ਜਿਸ ਦੀ ਕਿ ਬ੍ਰਾਂਚਿਸ ਇੰਡੀਆ ਦੇ ਵਿਚ ਅਸਰ ਰਸੂਖ ਰੱਖਣਗੀਆਂ ਪਰ ਉਹ ਬਣ ਰਹੀਆਂ ਨੇ ਇੰਗਲੈਂਡ ਵਿਚ ਇੱਥੇ ਜਿਹਦੀ ਕਿ ਪਹਿਲੀ ਨੀਂਹ ਬਰਮਿੰਗਮ ਚ ਕੱਲ ਸਰਦੂਲ ਸਿੰਘ ਮਰਵਾਹ ਭਾਜੀ ਨੇ ਤੇ ਉੱਥੇ ਸਿੱਖ ਚੈਨਲ ਵਾਲੇ ਸਨ ਤੁਸੀਂ ਵੀ ਉਹਦਾ ਹਿੱਸਾ ਬਣ ਰਹੇ ਹੋ ਤੁਸੀਂ ਆਪ ਵੀ ਉੱਥੇ ਹਾਜ਼ਰ ਸੀ ਸੋ ਇਸੇ ਤਰ੍ਹਾਂ ਪੰਜ ਆਬੀ ਵਾਲੇ ਉਹ ਵੀ ਨਾਲ ਸ਼ਾਮਲ ਹੋਏ ਨੇ ਹੋਰ ਵੀ ਕਈ ਚੈਨਲ ਵਾਲੇ ਜੋ ਮੀਡੀਆ ਰਾਹੀਂ ਸੱਜਣ ਸਾਰੇ ਸ਼ਾਮਲ ਹੋਏ ਨੇ ਉਹ ਵੀ ਤੇ ਨਾਲੋ ਨਾਲ ਜਿਹੜੇ ਇੱਥੋਂ ਦੇ ਕੋਈ ਅਸਰ ਰਸੂਖ ਵਾਲੇ ਤੇ ਨੌਜਵਾਨ ਬੱਚੇ ਵੀ ਜੋ ਵਿੱਚ ਕੱਲ ਕਹਿੰਦੇ ਸਨ ਅਸੀਂ ਸ਼ਾਮਲ ਹੋਣੇ ਇਸੇ ਤਰ੍ਹਾਂ ਦੀ ਸੰਸਥਾ ਇੱਕ ਵਾਸ਼ਿੰਗਟਨ ਇੱਕ ਕੈਨੇਡਾ ਚ ਵੀ ਤੇ ਇਸੇ ਤਰ੍ਹਾਂ ਅਸੀਂ ਤਿਆਰ ਕਰਾਂਗੇ ਆਸਟ੍ਰੇਲੀਆ ਵਿਚੋਂ ਵੀ ਇਹ ਸੰਸਥਾ ਨਾ ਸਿਰਫ ਆਵਾਜ਼ ਚੁੱਕੇਗੀ ਕਿ ਅਸੀਂ ਇਹੋ ਜਿਹੇ ਜਿੱਥੇ ਵੀ ਕੋਈ ਯਾਨੀ ਭਾਵੇਂ ਰੇਪਸ ਨੇ ਭਾਵੇਂ ਨਾਬਾਲਗ ਬੱਚੀਆਂ ਦੇ ਤੇ ਭਾਵੇਂ ਜੰਮਣ ਤੋਂ ਬਾਅਦ ਛੁੱਟੀਆਂ ਜਾ ਰਹੀਆਂ ਬੱਚੀਆਂ ਉਹਨਾਂ ਲਈ ਵੀ ਅਸੀਂ ਜ਼ੋਰਦਾਰ ਆਵਾਜ਼ ਚੁੱਕਦੇ ਹਾਂ ਅਸੀਂ ਪਟੀਸ਼ਨ ਇੱਕ ਸ਼ੁਰੂ ਕੀਤੀ ਜੇ UN ਤੱਕ ਲਿਜਾਣ ਲਈ ਕਿ ਜੇ ਸਾਰੇ ਜਿਹੜੇ ਉਸ ਵੱਡੀ ਗਿਣਤੀ ਵਿਚ change.org ਤੇ ਜਾ ਕੇ ਸੋ ਕਿਉਂ ਮੰਦਾ ਆਖੀਏ ਉਹਦੇ ਵਿਚ ਸਾਈਨ ਕਰਨੇ ਸ਼ੁਰੂ ਕਰਨ ਜੇ ਅਸੀਂ ਤਾਂ ਯਕੀਨਨ ਅਸੀਂ ਇੰਟਰਨੈਸ਼ਨਲ ਲਾ ਬਣਾਉਣ ਵਿਚ ਮਦਦ ਕਰ ਸਕਦੇ ਹਾਂ ਕਿ ਉੱਥੋਂ ਉਸ ਮੁਲਕ ਤੇ ਸ਼ਿਕੰਜਾ ਕੱਸਿਆ ਜਾਵੇ ਜਿਸ ਥਾਂ ਤੇ ਕੁੜੀ ਜੰਮਣ ਤੋਂ ਬਾਅਦ ਸੁੱਟੀ ਜਾ ਰਹੀ ਹੈ ਤਾਂ ਕਿ ਉਹਦੀ ਅਡੋਪਸ਼ਨ ਸਗੋਂ ਪ੍ਰੋਪਰ ਤਰੀਕੇ ਕੀਤੀ ਜਾਵੇ ਇਸ ਤਰੀਕੇ ਦਾ ਮਾਰਨਾ ਕਿਸੇ ਵੀ ਹਾਲ ਵਿਚ ਬਰਦਾਸ਼ਤ ਨਹੀਂ ਹੋਣਾ ਚਾਹੀਦਾ ਇਹਦੇ ਤੇ ਕਤਲ ਦਾ ਮੁਕੱਦਮਾ ਦਰਜ ਹੋਣਾ ਚਾਹੀਦਾ ਹਰ ਪ੍ਰੈਗਨੈਂਸੀ ਰਜਿਸਟਰਡ ਹੈ DNA ਟੈਸਟਿੰਗ ਸਾਰੇ ਥਾਵਾਂ ਤੇ ਹੋ ਸਕਦੀ ਹੈ ਸਮਝਿਆ ਜਾ ਸਕਦਾ ਹੈ ਕਿਸ ਦਾ ਬੱਚਾ ਤੇ ਇਸ ਤਰ੍ਹਾਂ ਦਾ ਘੱਟੋ ਘੱਟ ਮਾਰਿਆ ਜਾਣਾ ਕੁੜੀ ਦਾ ਜੰਮਦੇ ਸਰ ਇਹ ਯਕੀਨਨ ਬੰਦ ਹੋਣਾ ਚਾਹੀਦਾ ਸੋ ਇਹ ਪਟੀਸ਼ਨ ਅਸੀਂ ਹੁਣ 8 ਮਾਰਚ ਨੂੰ UN ਚ ਲੈ ਕੇ ਜਾਣੀ ਹੈ ਉਸੇ ਲਈ ਇਹ ਅਸੀਂ ਇੱਕ ਸਾਰਥਕ ਕਦਮ ਜੋ ਮੈਂ ਸੱਚਮੁੱਚ ਫਿਰ ਸਲਿਊਟ ਕਰਦੀ ਹਾਂ ਸ਼ੁਰੂ ਕਰਵਾਇਆ ਗਿਆ ਗੁਰਜੀਤ ਸ਼ੁਰੂ ਕਰਵਾਇਆ ਗਿਆ ਸਿੱਖ ਚੈਨਲ ਨੇ ਤੇ ਮਾਰਫਤ ਜਦੋਂ ਮਰਵਾਹ ਭਾਜੀ ਨੇ ਸ਼ੁਰੂ ਕੀਤਾ ਸੀ ਤਾਂ ਮੈਨੂੰ ਲੱਗਿਆ ਕਿ ਸ਼ੁਕਰ ਕੋਈ ਆਵਾਜ਼ ਉੱਠਣ ਲੱਗੀ ਹੈ ਪਰ ਜਿਸ ਤਰੀਕੇ ਸਾਰੇ ਜੁੜੇ ਨੇ ਸਾਰੇ ਇੰਗਲੈਂਡ ਵਾਸੀਆਂ ਦਾ ਜਿੰਨੇ ਇੱਥੇ ਦੇ ਨਾਲ ਜੁੜ ਕੇ ਉਹਦੇ ਵਿਚ ਇਹ ਮੁਹਿੰਮ ਅੱਗੇ ਤੋਰਨ ਲੱਗੇ ਨੇ ਸਭਨਾਂ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਜਦੋਂ ਪਹਿਲਾ ਸਟੈਪ ਅਸੀਂ ਕੁੜੀ ਨੂੰ ਸੁੱਟੇ ਜਾਣ ਤੋਂ ਰੋਕ ਸਕਾਂਗੇ ਤਾਂ ਜ਼ਾਹਰ ਹੈ ਫਿਰ ਅੱਗੋਂ ਅਸੀਂ ਹੋਰ ਵੀ ਨੈਕਸਟ ਕਦਮ ਪੁੱਟ ਸਕਾਂਗੇ ਜਿਹਦੇ ਵਿਚ ਮੇਰੀ ਟਰੱਸਟ ਸੀ ਜਿਨ੍ਹਾਂ ਰਾਹੀਂ ਅਸੀਂ 413 ਅਜਿਹੀਆਂ ਬੱਚੀਆਂ ਨੇ ਜੋ ਕਿਸਾਨ ਖੁਦਕੁਸ਼ੀ ਕਰ ਚੁੱਕੇ ਉਹਨਾਂ ਦੀਆਂ ਧੀਆਂ ਦੀ ਸਕੂਲ ਦੀ ਫੀਸ ਅਸੀਂ ਇਸ ਵੇਲੇ ਦੇ ਰਹੇ ਹਾਂ ਜਿਹੜੀਆਂ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਰਹੀਆਂ ਨੇ ਤਾਂ ਕਿ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ ਆਪ ਕਮਾਈ ਕਰਨ ਯੋਗ ਹੋ ਸਕਣ ਤੇ ਅਣਖ ਦੀ ਜ਼ਿੰਦਗੀ ਜੀ ਸਕਣ ਸੋ ਉਹਨਾਂ ਧੀਆਂ ਦੀ ਸਪੋਰਟ ਵਾਸਤੇ ਜਿਸ ਤਰੀਕੇ ਕੱਲ ਸਰਦੂਲ ਸਿੰਘ ਮਰਵਾਹ ਭਾਜੀ ਤੇ ਸ਼ਿੰਦਰ ਪਾਲ ਭਾਜੀ ਸਿੱਖ ਚੈਨਲ ਤੇ ਸਾਰੇ ਜਿੰਨੇ ਸਮੂਹ ਸੱਜਣ ਉੱਥੇ ਹਾਜ਼ਰ ਸਨ ਸਭਨਾਂ ਦਾ ਫਿਰ ਧੰਨਵਾਦ ਜਿੰਨੇ ਗੁਰੂ ਘਰਾਂ ਵਿਚੋਂ ਸਾਰਿਆਂ ਨੇ ਇਸ ਚੀਜ਼ ਲਈ ਮਾਇਆ ਇਕੱਠੀ ਕੀਤੀ ਉੱਥੇ ਸੰਗਤ ਨੇ ਉਹ ਸਾਰੀਆਂ ਬੱਚੀਆਂ ਦੀ ਫੀਸਾਂ ਲਈ ਉਹਨਾਂ ਸਾਰਿਆਂ ਦਾ ਬਹੁਤ ਧੰਨਵਾਦ
ਤੇ ਜਿੰਨਾ ਮੀਡੀਆ ਦਾ ਧੰਨਵਾਦ ਮੈਂ ਕਰਾਂ ਮੇਰਾ ਖਿਆਲ ਮੇਰੇ ਕੋਲ ਸ਼ਬਦ ਹੀ ਨਹੀਂ ਕਿਉਂਕਿ ਸਾਰੇ ਜਿਹੜਿਆਂ ਨੇ ਜਿਸ ਤਰੀਕੇ ਰਲ ਕੇ ਇਹਦਾ ਇਹ ਸੁਨੇਹਾ ਵੀ ਦੂਰ ਤੱਕ ਪਹੁੰਚਾਇਆ ਜਿਸ ਤਰੀਕੇ ਵੱਡੀ ਗਿਣਤੀ ਲੋਕ ਜੁੜੇ ਨੇ ਕਿ ਅਸੀਂ ਔਰਤਾਂ ਦੇ ਹੱਕਾਂ ਦੀ ਰਾਖੀ ਲਈ ਇੱਥੇ ਵੀ ਇੱਕ ਸੰਸਥਾ ਬਣਾਵਾਂਗੇ ਤਿਆਰ ਕਰਾਂਗੇ ਜੋ ਇਸੇ ਨਾਮ ਹੇਠ ਤੋਂ ਮੰਦਾ ਆਖੀਏ ਦੇ ਤਹਿਤ ਅਸੀਂ ਆਪੋ ਵਿਚ ਰਲ ਮਿਲ ਕੇ ਬਹਿ ਕੇ ਅਜਿਹੇ ਟੱਪਰਾਂ ਨੂੰ ਸਮਝਾਈਏ ਜੋ ਕੁੜੀ ਮਾਰ ਰਹੇ ਨੇ ਜਾਂ ਜਿਸ ਘਰ ਵਿਚ ਡੋਮੈਸਟਿਕ ਵਾਇਲੈਂਸ ਹੈ ਕਿ ਅਜਿਹਾ ਕਰਨਾ ਠੀਕ ਨਹੀਂ ਹੈ। ਮਾਰ ਕੁਟਾਈ ਦੇ ਇਲਾਵਾ ਹੋਰ ਵੀ ਬੜੇ ਰਸਤੇ ਹੁੰਦੇ ਨੇ ਕਿ ਆਪਾਂ ਨਾਰਮਲ ਤਰੀਕੇ ਕੋਈ ਵੀ ਗੁੰਝਲ ਸੁਲਝਾ ਸਕਦੇ ਹਾਂ। ਸੋ ਇਸ ਤਰ੍ਹਾਂ ਦਾ ਜੇ ਚਾਈਨੀਜ਼ ਕਰ ਸਕਦੇ ਨੇ ਤਾਂ ਕਿਉਂ ਨਹੀਂ ਆਪਾਂ ਇੱਥੇ ਕਰੀਏ। ਇੱਕ ਔਰਤ ਕਿਉਂ ਜੁੜਨ ਪਈ ਜਾਵੇ ਸਿਰਫ ਇਸ ਕਰਕੇ ਕਿ ਕੋਈ ਬੰਦਾ ਰਾਤ ਨੂੰ ਸ਼ਰਾਬ ਪੀ ਕੇ ਆਉਂਦਾ ਵਾਪਸ ਤੇ ਕੁੱਟ ਮਾਰ ਕਰ ਦਿੰਦਾ, ਇਹ ਤਾਂ ਕਿਸੇ ਹਾਲ ਵਿਚ ਜਾਇਜ਼ ਨਹੀਂ ਹੈ। ਇਹੋ ਜਿਹੀ ਚੀਜ਼ ਮੈਨੂੰ ਇੱਥੇ ਵੀ ਕਈ ਭੈਣਾਂ ਨੇ ਦੁੱਖ ਸ਼ੇਅਰ ਕੀਤਾ। ਮੈਂ ਉਹਨਾਂ ਨੂੰ ਕਿਹਾ ਕਿ ਮੈਂ ਤੁਹਾਡੇ ਨਾਲ ਹਾਂ, ਜਿੱਥੇ ਤੱਕ ਮੇਰੀ ਲੋੜ ਹੋਵੇ ਮੈਨੂੰ ਹਮੇਸ਼ਾ ਤੁਸੀਂ ਉੱਥੇ ਸਮਝੋ, ਮੈਂ ਤੁਹਾਡੇ ਨਾਲ ਹੀ ਹਾਂ। ਪਰ ਫਿਰ ਵੀ ਮੈਂ ਵੀਰ ਧੰਨਵਾਦ ਕਰਦੀ ਹਾਂ ਉਹਨਾਂ ਸਾਰੇ ਵੀਰਾਂ ਦੀ ਜਿਹੜੇ ਆਪ ਖੁੱਲ ਕੇ ਅੱਗੇ ਆਏ ਨੇ, ਕਿਉਂਕਿ ਵੀ ਇਹੋ ਜਿਹੇ ਜੋ ਬੰਦਾ ਇਸ ਤਰ੍ਹਾਂ ਕਰ ਰਿਹਾ ਉਹ ਸਮਝਾਉਣ ਦੀ ਕੋਸ਼ਿਸ਼ ਵੀ ਕਰਾਂਗੇ। ਸੋ ਤੁਸੀਂ ਸਮਝ ਸਕਦੇ ਹੋ ਕਿੰਨਾ ਪੋਜ਼ਿਟਿਵ ਬੁਲਾਰਾ ਜੀ ਕਿ ਮੇਰੀ ਰੂਹ ਅੰਦਰੋਂ ਵੀ ਤੁਹਾਡੇ ਸਾਰਿਆਂ ਲਈ ਸਿਰਫ ਅਰਦਾਸਾਂ ਤੇ ਦੁਆਵਾਂ ਹੀ ਨਿਕਲਦੀਆਂ ਨੇ ਕਿ ਜਿਉਂਦੇ ਵਸਦੇ ਰਹੋ ਤੁਸੀਂ ਸਾਰੇ। ਕਈ ਵਾਰ ਕੋਈ ਲੋਕ ਕਹਿ ਦਿੰਦੇ ਨੇ ਮੇਰਾ ਸੁਪਨਾ ਇੱਥੇ ਆ ਕੇ ਸੱਚ ਹੋਇਆ, ਪਰ ਫਿਰ ਦੱਸੋ ਭਰਾ ਇਹੋ ਜਿਹਾ ਤਾਂ ਸੁਪਨਾ ਵੀ ਮੈਂ ਨਹੀਂ ਸੁਣਿਆ ਕਿ ਇੰਨੀ ਜ਼ੋਰਦਾਰ ਸਪੋਰਟ ਇੱਥੇ ਮਿਲ ਸਕਦੀ ਹੈ। ਮੈਂ ਅੰਦਾਜ਼ੇ ਮੇਰੇ ਤੋਂ ਵੀ ਬਾਹਰ ਹੈ। ਸੋ ਮੈਂ ਸੱਚਮੁੱਚ ਦਿਲੋਂ ਤੁਹਾਡੀ ਸਭ ਦੀ ਫਿਰ ਸ਼ੁਕਰ ਗੁਜ਼ਾਰ ਹਾਂ। ਪਰ ਇਹ ਸੰਸਥਾ ਇੱਥੇ ਜਿਉਂਦੀ ਰਹਿਣੀ ਚਾਹੀਦੀ ਹੈ, ਧੜਕਦੀ ਰਹਿਣੀ ਚਾਹੀਦੀ ਹੈ ਕਿ ਸਾਡੇ ਅੰਦਰ ਜਾਗਰਤੀ ਆ ਚੁੱਕੀ ਹੈ ਤੇ ਅਸੀਂ ਇਹ ਘੱਟੋ ਘੱਟ ਇਸ ਸਾਡੇ 5-2 ਸਾਲਾਂ ਦੇ ਵਿੱਚ ਇਸ ਸਾਲ ਦੇ ਵਿੱਚ ਇਹ ਅਸੀਂ ਜ਼ਰੂਰ ਪੋਜ਼ਿਟਿਵ ਕਦਮ ਚੁੱਕ ਕੇ ਦਿਖਾਵਾਂਗੇ ਗੁਰੂ ਸਾਹਿਬ ਵੱਲੋਂ ਜੋ ਸਾਨੂੰ ਸੁਨੇਹਾ ਦਿੱਤਾ ਸੀ, ਸੋ ਕਿ ਉਹ ਮੰਦਾ ਆਖੀਏ ਦੇ ਉੱਤੇ ਅਸੀਂ ਖਰੇ ਉੱਪਰ ਕਰਾਂਗੇ। ਸੋ ਕੋਸ਼ਿਸ਼ ਤਾਂ ਜ਼ਰੂਰ ਅਸੀਂ ਕਰ ਹੀ ਸਕਦੇ ਹਾਂ। ਦਸਵੰਧ ਬਹੁਤ ਦੁਨੀਆਂ ਕੱਢ ਰਹੀ ਹੈ, ਗੁਰੂ ਘਰ ਸਾਡੇ ਮਸ਼ਹੂਰ ਹਰ ਥਾਂ ਤੇ ਨੇ ਜਿੱਥੇ ਲੰਗਰ ਖੁੱਲ੍ਹਾ ਜੇ ਦਿਨ ਰਾਤ ਜਿਹੜਾ ਮਰਜ਼ੀ ਆ ਕੇ ਛੱਕ ਸਕਦਾ ਜੇ। ਸਾਡੇ ਦਿਲ ਖੁੱਲ੍ਹੇ ਨੇ ਕਿ ਜਿਹੜਾ ਮਰਜ਼ੀ ਆਏ ਅਸੀਂ ਆਓ ਭਗਤ ਕਰਾਂਗੇ ਜੀ, ਬਹੁਤ ਖੁਸ਼ੀ ਕਰਦੇ ਹਾਂ। ਪਰ ਇਹ ਪੱਖ ਜੋ ਅਸੀਂ ਦੇਖਾ ਜੀ ਹੈ ਇਹਦੇ ਪ੍ਰਤੀ ਜ਼ਰੂਰ ਅਸੀਂ ਸਾਰੇ ਸੁਚੇਤ ਹੋਈਏ। ਭੈਣ ਜੀ, ਇੱਕ ਤਾਂ ਤੁਸੀਂ ਆਹ ਜਿਹੜੀ ਸੋ ਕਿਉਂ ਮੰਦਾ ਆਖੀਏ ਜਿਤਰੀ ਮੈਂ ਰਜਾਨ ਇਹੋ ਸੰਸਥਾ ਦੀ ਗੱਲ ਕੀਤੀ ਹੈਗੀ ਆ, ਦੂਸਰੀ ਤੁਸੀਂ ਇੱਕ ਥੋੜਾ ਉਸ ਇਸ਼ੂ ਨੂੰ ਛੂਹਿਆ ਜਿਹਦੇ ਵਿੱਚ ਜਿਹੜਾ ਤੁਸੀਂ ਇਹਨਾਂ ਧੀਆਂ ਦੀ ਉਹਨਾਂ ਬੱਚੀਆਂ ਦੀ ਹੈਲਪ ਕਰ ਰਹੇ ਹੈਗੇ ਆ ਜਿਨ੍ਹਾਂ ਦੀਆਂ ਫੀਸਾਂ ਵਗੈਰਾ, ਤੁਸੀਂ ਇੱਕ ਜਿਹੜਾ ਟਰੱਸਟ ਬਣਾਇਆ ਹੈਗਾ ਚੈਰੀਟੇਬਲ ਟਰੱਸਟ ਹੈਗਾ ਜਾਂ ਉਹਦੇ ਬਾਰੇ ਸਾਨੂੰ ਥੋੜਾ ਜਿਹਾ ਦੱਸੋ ਵੀ ਉਹਦਾ ਕੀ ਭਵਿੱਖ ਕੀ ਹੈਗਾ ਜਾਂ ਉਹ ਉਹਦਾ ਕੀ ਮੇਨ ਹੋਰ ਜਿਹੜੀਆਂ ਗੱਲਾਂ ਕਿਹੜੀਆਂ ਕਿਹੜੀਆਂ ਤੁਸੀਂ ਸ਼ਾਮਿਲ ਕੀਤੀਆਂ ਉਹਨਾਂ ਬੱਚੀਆਂ ਵਾਸਤੇ, ਕੰਪੇਨ ਵੀ ਸ਼ਾਮਿਲ ਹੈਗੀ ਆ ਜਾਂ ਕਿਸ ਤਰ੍ਹਾਂ ਇਹਦੇ ਵਿੱਚ, ਕਿਉਂਕਿ ਸਾਡੇ ਜਿਹੜੇ ਪੰਜਾਬੀ ਆ ਵਿਦੇਸ਼ਾਂ ਚ ਵਾਸਤੇ ਜੇ ਕੋਈ ਰਾਜਨੀਤਿਕ ਪਾਰਟੀ ਆਈ ਆ ਕੋਈ ਵਧੀਆ ਰਾਜਨੀਤਿਕ ਪ੍ਰਬੰਧ ਦੇਣ ਦੀ ਉਹਨਾਂ ਨੇ ਗੱਲ ਕੀਤੀ ਉਹਨਾਂ ਦੀ ਖੁੱਲ ਕੇ ਮਦਦ ਕੀਤੀ ਆ, ਜੇ ਕੋਈ ਇੱਦਾਂ ਦੀ ਵੀ ਸੰਸਥਾ ਜੇ ਕੋਈ ਵੀ ਜਿਹੜੀ ਤੁਸੀਂ ਕਰ ਰਹੇ ਹੈਗੇ ਆ, ਇੱਥੇ ਰਾਤ ਲਾਸਟ ਨਾਈਟ ਜਿਹੜਾ ਫੰਕਸ਼ਨ ਸੀ ਮੈਂ ਦੇਖ ਰਿਹਾ ਸੀ ਉੱਥੇ ਵੀ ਪੰਜਾਬੀਆਂ ਦੇ ਦਿਲ ਖੁੱਲ੍ਹੇ ਆ ਗਿਆ ਵੀ ਆਪਣੀ ਭੈਣ ਜੇ ਸਾਡੀ ਤੁਰੀ ਆ ਤੇ ਅਸੀਂ ਉਹਦੇ ਨਾਲ ਭੈਣ ਦੇ ਨਾਲ ਮੋਢੇ ਨਾਲ ਮੋਢਾ ਲਾ ਕੇ ਅੱਗੇ ਵਧੀਏ। ਇਹ ਤੁਹਾਡਾ ਹੀ ਇਕੱਲਾ ਕਾਰਜ ਨਹੀਂ, ਇਹ ਸਾਡਾ ਸਾਰਿਆਂ ਦਾ ਹੀ ਕਾਰਜ ਆ, ਸਾਡੇ ਹੀ ਤੁਸੀਂ ਅਗਵਾਈ ਕਰ ਰਹੇ ਹੈਗੇ ਆ। ਤਾਂ ਉਹਦੇ ਵਿੱਚ ਉਹ ਟਰੱਸਟ ਬਾਰੇ ਸਾਨੂੰ ਸਾਡੇ ਸਰੋਤੇ ਜਾਣਨਾ ਚਾਹਣਗੇ ਵੀ ਉਹ ਕੀ ਹੈਗਾ ਕਿੱਦਾਂ ਆ, ਤੁਸੀਂ ਉਹਦੇ ਬਾਰੇ ਸਾਡੇ ਸਰੋਤਿਆਂ ਨਾਲ ਸਾਂਝ ਕਰੋ ਭਾਓ। ਸਾਡੀ ਉਹ ਟਰੱਸਟ ਜੇ ਜੋ ਕਿ ਕੋਈ ਵੀ ਜਿਹੜਾ ਨੈਟ ਤੇ ਖੋਲ ਕੇ ਦੇਖ ਸਕਦਾ ਹੈ, ਡਾਕਟਰ ਹਰਸ਼ ਚੈਰੀਟੇਬਲ ਟਰੱਸਟ ਦੇ ਨਾਂ ਤੇ ਜੇ ਤੁਸੀਂ ਕਰੋਗੇ ਤੁਸੀਂ ਗੂਗਲ ਦੇ ਵਿੱਚ ਤੁਹਾਨੂੰ ਇਹਦੇ ਬਾਰੇ ਲੱਭ ਜਾਏਗਾ। ਅਸੀਂ ਇਹ ਟਰੱਸਟ ਦਰਅਸਲ ਉਹਨਾਂ ਬੱਚਿਆਂ ਲਈ ਸ਼ੁਰੂ ਕੀਤੀ ਸੀ ਜਿਨ੍ਹਾਂ ਦੇ ਪਿਤਾ ਖੁਦਕੁਸ਼ੀ ਕਰ ਗਏ ਸਨ ਜਾਂ ਜਿਨ੍ਹਾਂ ਦੇ ਕੋਈ ਕੈਂਸਰ ਪੀੜਤ ਤੇ ਜਾਂ ਫਿਰ ਜਿਨ੍ਹਾਂ ਦੇ ਕੋਈ ਮੇਜਰ ਐਕਸੀਡੈਂਟ ਨਾਲ ਮੌਤ ਹੋ ਚੁੱਕੀ ਜਾਂ ਅਪੰਗ ਹੋ ਚੁੱਕੇ, ਕੋਈ ਰਾਹ ਨਹੀਂ ਉਹਨਾਂ ਦੀ ਕਮਾਈ ਦਾ, ਉਹਨਾਂ ਦੀਆਂ ਬੱਚੀਆਂ ਨੂੰ ਅਸੀਂ ਅਸਲ ਚ ਤਾਂ ਕਿ ਪ੍ਰਾਈਵੇਟ ਸਕੂਲਾਂ ਵਿਚ ਪੜ੍ਹ ਕੇ ਉਹ ਆਪਣੇ ਪੈਰਾਂ ਤੇ ਖੜੀਆਂ ਹੋ ਸਕਣ, ਉਸ ਚੀਜ਼ ਲਈ ਅਸੀਂ ਉਹਨਾਂ ਨੂੰ ਮਹੀਨਾ ਵਾਰ ਫੀਸ ਭੇਜਦੇ ਹਾਂ। ਅੱਛਾ ਜੀ। ਤੇ ਇਸਦੇ ਵਿਚ ਅਸੀਂ ਦਰਅਸਲ ਇੱਕ ਸਿਰਫ ਬੈਂਕ ਅਕਾਊਂਟ ਬਣਾਇਆ ਜੀ ਜਿਹਦੇ ਵਿਚੋਂ ਕੈਸ਼ ਵਿਦਡਰੋਲ ਹੋ ਹੀ ਨਹੀਂ ਸਕਦਾ। ਅੱਛਾ ਜੀ। ਜਿੰਨੇ ਵੀ ਪੈਸੇ ਵਿਚ ਜਾਣਗੇ ਉਹ ਸਿਰਫ ਚੈੱਕ
ਇਸ਼ੂ ਹੋ ਸਕਦਾ ਜੇ ਉਸ ਪ੍ਰਿੰਸੀਪਲ ਦੇ ਨਾਲ ਜਿੱਥੇ ਬੱਚੀ ਪੜ ਰਹੀ ਹੈ, ਤਾਂ ਕਿ ਉਹ ਇੱਕ ਵੀ ਪੈਨੀ ਜਾਂ ਇੱਕ ਵੀ ਪੌਂਡ ਜਾਂ ਇੱਕ ਵੀ ਡਾਲਰ ਜੋ ਵਿੱਚ ਪੈਂਦਾ, ਜੇ ਉਹ ਕਿਸੇ ਕਾਗਜ਼ੀ ਕਾਰਵਾਈ ਲਈ ਜਾਂ ਕਿਸੇ ਆਫਿਸ ਦੇ ਖਰਚੇ ਲਈ ਜਾਂ ਕਿਸੇ ਪੈਟਰੋਲ ਦੇ ਖਰਚੇ ਤੇ ਨਹੀਂ ਲੱਗਦਾ, ਸਿਰਫ ਤੇ ਸਿਰਫ ਫੀਸ ਲਈ ਜਾਂਦਾ ਜੇ ਸਿੱਧਾ, ਤਾਂ ਕਿ ਉਹ ਬੱਚੀ ਪੜ੍ਹ ਲਿਖ ਕੇ ਆਪਣੇ ਪੈਰਾਂ ਤੇ ਖੜੀ ਹੋ ਸਕੇ। ਸੋ ਇਹ ਟਰੱਸਟ ਦਾ ਮਕਸਦ ਸਿਰਫ ਇਹੋ ਸੀ ਕਿ ਜਿੰਨੀ ਵੱਧ ਤੋਂ ਵੱਧ ਧੀਆਂ ਜੋ ਕਿ ਇਹਨਾਂ ਦੇ ਸਿਰ ਤੇ ਕਿਸੇ ਦੇ ਕੋਈ ਜਿਨ੍ਹਾਂ ਦੇ ਦੋਨੋਂ ਮਾਪੇ ਵੀ ਖੁਦਕੁਸ਼ੀ ਕਰ ਗਏ ਨੇ, ਕੋਈ ਭੂਆ ਕੋਲ ਰਹਿ ਰਹੀ ਹੈ, ਕੋਈ ਨਾਨੀ ਕੋਲ ਹੈ, ਉਹ ਬਜ਼ੁਰਗ ਨੇ, ਤਾਂ ਫਿਰ ਕਈ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀਆਂ ਨੇ ਉਹਨਾਂ ਦੀਆਂ ਮਾਵਾਂ, ਤੇ ਉਹਨਾਂ ਦੇ ਬੱਚੇ ਘੱਟੋ ਘੱਟ ਚੰਗੇ ਸਕੂਲਾਂ ਵਿੱਚ ਪੜ੍ਹ ਕੇ ਅਗਾਂਹ ਕੁਛ ਬਣ ਸਕਣ, ਇਹ ਮਕਸਦ ਨਾਲ ਸ਼ੁਰੂ ਕੀਤੀ ਹੋਈ ਸੀ। ਤੇ ਇਹਦੇ ਵਿੱਚ ਜੇ ਕੋਈ ਵੀ ਪਾਉਣਾ ਚਾਹੇ ਤਾਂ ਉਸ ਟਰੱਸਟ ਦੇ ਵਿੱਚ ਤੁਸੀਂ ਡਾਇਰੈਕਟ ਵੀ ਅਮਾਊਂਟ ਪਾ ਸਕਦੇ ਹੋ, ਤੇ ਉਹ ਲੋੜਵੰਦ ਨੂੰ ਫੀਸ ਸਿੱਧੀ ਅੱਗੋਂ ਚੈੱਕ ਰਾਹੀਂ ਅੱਗੇ ਤੋਂ ਅੱਗੇ ਜਾ ਸਕੇ। ਇਹੋ ਜਿਹੀਆਂ ਇਸ ਵੇਲੇ 413 ਬੱਚੀਆਂ ਨੇ ਸਾਡੇ ਕੋਲ, ਤੇ ਮੈਂ ਸੁਣਨ ਵਾਲਿਆਂ ਨੂੰ ਫਿਰ ਇੱਕ ਵਾਰ ਹੱਥ ਜੋੜ ਕੇ ਬੇਨਤੀ ਕਰਦੀ ਹਾਂ, ਤੁਹਾਡੇ ਪਿੱਛੇ ਰਿਸ਼ਤੇਦਾਰ ਜੇ ਕੋਈ ਹਨ, ਕਿਸੇ ਥਾਂ ਤੇ ਕੋਈ ਲੋੜੀਂਦੀ ਹੈ ਅਜੇ ਵੀ ਧੀ, ਜੇ ਕਿਸੇ ਥਾਂ ਤੇ ਉੱਥੇ ਉਹਨਾਂ ਨੂੰ ਪਤਾ ਜੇ, ਤਾਂ ਮੈਨੂੰ ਜ਼ਰੂਰ ਕਾਲ ਕਰ ਦੇਣਾ, ਅਸੀਂ ਟਰੱਸਟ ਰਾਹੀਂ ਉਹਦੀ ਫੀਸ ਦੇਣੀ ਸ਼ੁਰੂ ਕਰ ਦਿਆਂਗੇ। ਜੇ ਕੋਈ ਇਸ ਤਰ੍ਹਾਂ ਦਾ ਟੱਬਰ ਗਰੀਬ ਹੈ ਜਿਹਦਾ ਪਿਤਾ ਸਿਰ ਤੇ ਨਹੀਂ ਹੈ, ਮੈਨੂੰ ਜ਼ਰੂਰ ਇਨਫੋਰਮ ਕਰ ਦੇਣਾ, ਕਿਉਂਕਿ ਮੇਰੇ ਲਈ ਹੁਣ ਹਰ ਪਿੰਡ ਤੇ ਹਰ ਘਰ ਵਿੱਚ ਜਾਣਾ ਸੰਭਵ ਨਹੀਂ, ਪਰ ਜੇ ਤੁਸੀਂ ਮੇਰੀ ਇਸ ਪਾਸਿਓਂ ਮਦਦ ਕਰ ਸਕੋ, ਅਜਿਹੀ ਬੱਚੀ ਮੈਨੂੰ ਦੱਸੋ, ਤਾਂ ਜ਼ਰੂਰ ਅਸੀਂ ਟਰੱਸਟ ਸ਼ਾਮਲ ਕਰਾਂਗੇ। ਭੈਣ ਜੀ, ਇਹੋ ਤੁਹਾਡਾ ਬੜਾ ਕਮੈਂਡੇਬਲ ਵਰਕ ਹੈਗਾ, ਬਹੁਤ ਜ਼ਿਆਦਾ ਐਪਰੀਸ਼ੀਏਟ ਕੀਤਾ ਜਾ ਸਕਦਾ ਸੱਚਮੁੱਚੇ ਸਮੁੱਚੀ ਵਰਲਡ ਕਮਿਊਨਿਟੀ ਵੱਲੋਂ। ਉਹਦੇ ਵਿੱਚ ਮੈਂ ਇੱਕ ਹੋਰ ਲਾਸਟ ਵਿੱਚ ਇਹਦੇ ਬਾਰੇ ਤੁਹਾਡੇ ਇਸੇ ਤੇ ਕੁਐਸਚਨ ਚਾਹਾਂਗਾ, ਸਾਡੇ ਸੋਚਣ ਸਾਫ ਜੇ ਫਰਜ਼ ਕੀਤਾ ਅਸੀਂ ਉੱਥੇ ਜਾ ਕੇ ਤੁਹਾਡੀ ਕੋਈ ਆਪ ਵੀ ਆਪਣੇ ਕੋਈ ਹੈਲਪ ਕਰਨਾ ਚਾਹੁੰਦਾ ਹੈਗਾ ਜਾਂ ਤੁਹਾਡੇ ਦਫ਼ਤਰ ਨੂੰ ਕੋਈ ਵਿਜ਼ਿਟ ਕਰਨਾ, ਉਹ ਕਿੱਥੇ ਕਿਹੜੀ ਪਲੇਸ ਤੇ ਤੁਹਾਨੂੰ ਅਸੀਂ ਕੰਟੈਕਟ ਕਰ ਸਕਦੇ ਹਾਂ? ਮੈਂ ਜਿਵੇਂ ਦੱਸਿਆ ਕਿ ਇਹ ਸਿਰਫ ਅਕਾਊਂਟ ਦੇ ਤੇ ਧੀਆਂ ਆਪੋ ਆਪਣੇ ਘਰਾਂ ਵਿਚ ਰਹਿ ਰਹੀਆਂ ਨੇ, ਕੋਈ ਗੁਰਦਾਸਪੁਰ ਦੀਆਂ 53 ਕੁੜੀਆਂ ਗੁਰਦਾਸਪੁਰ ਦੀਆਂ ਨੇ, ਕੋਈ ਫਤਿਹਗੜ੍ਹ ਸਾਹਿਬ ਦੀ ਹੈ, ਅਨੰਦਪੁਰ ਸਾਹਿਬ ਹੈ, ਰੋਪੜ ਦੀ ਹੈ, ਤਰਨ ਤਾਰਨ, ਜਲੰਧਰ, ਇਸੇ ਤਰ੍ਹਾਂ ਵੱਖ ਵੱਖ ਪੰਜਾਬ ਦੇ ਵੱਖੋ ਵੱਖਰੇ ਸਿੱਖਾਂ ਦੇ ਨੇ, ਤਾਂ ਸਾਡੇ ਘਰ ਆਉਣ ਦੀ ਛੱਡ ਕੇ ਉਹਨਾਂ ਦੀ ਸਾਰੀਆਂ ਡਿਟੇਲ ਦੇਖ ਸਕਦੇ ਹੋ। ਸਾਡੇ ਤੋਂ ਇੱਕ ਵਾਰ ਅਸੀਂ ਬੈਠ ਕੇ ਸਾਰੀਆਂ ਬੱਚੀਆਂ ਦੀਆਂ ਡਿਟੇਲ ਚਾੜੀਆਂ ਸੀ, ਖਰਾਬ ਕੀਤਾ ਜੋ ਸਾਡੇ ਨਜ਼ਰੀ ਆਇਆ, ਇਸ ਕਰਕੇ ਅਸੀਂ ਉਹਨਾਂ ਤੇ ਕੋਈ ਕੁੜੀਆਂ ਦੀ ਅੱਗੋਂ ਟੱਬਰ ਦੀ ਜਾਣਕਾਰੀ ਨਹੀਂ ਪਾਈ ਹੋਈ, ਤਾਂ ਕਿ ਇਸ ਤਰ੍ਹਾਂ ਡਾਇਰੈਕਟ ਮਰਜ਼ੀ ਤੁਸੀਂ ਕੋਈ ਫਿਰ ਖਰਾਬ ਨਾ ਕਰੇ, ਤਾਂ ਤੁਸੀਂ ਸਾਡੇ ਕੋਲ ਆ ਕੇ ਪਟਿਆ ਲਓ, ਸ਼ਹਿਰ ਜ਼ਰੂਰ ਪਿੰਡ ਜ਼ਰੂਰ ਦੱਸ ਸਕਦੇ ਹਾਂ, ਘਰ ਦਾ ਐਡਰੈਸ ਬਿਲਕੁਲ ਨਹੀਂ ਦੇ ਸਕਦੀ ਕਿ ਮੈਂ ਨਹੀਂ ਚਾਹੁੰਦੀ ਦੁਬਾਰਾ ਕੋਈ ਬੱਚੀ ਫਿਰ ਖਰਾਬ ਹੋਏ। ਬਹੁਤ ਚੰਗੀ ਗੱਲ ਹੈ ਇਹ, ਤੁਸੀਂ ਸੁਰੱਖਿਅਤਤਾ ਦੇ ਵੀ, ਕਿਉਂਕਿ ਸਾਡਾ ਜੇਕਰ ਇਸ ਸਮਾਜ ਦੇ ਵਿੱਚ ਚੰਗੇ ਵਿਅਕਤੀ ਤਾਂ ਹੈਗੇ, ਕੁਛ ਮਾੜੇ ਅੰਸਰ ਵੀ ਆ ਸਕਦੇ ਆ ਜਿਹਦੇ ਵਿੱਚ ਕੁੜੀਆਂ ਦਾ ਬੱਚੀਆਂ ਦਾ ਨੁਕਸਾਨ ਹੋ ਸਕਦਾ। ਮੈਂ ਭੈਣ ਜੀ ਅੱਗੇ ਹੋਰ ਥੋੜਾ ਟਾਈਮ ਤੁਹਾਡਾ ਜ਼ਰੂਰ ਲਵਾਂਗਾ, ਮੈਨੂੰ ਪਤਾ ਤੁਸੀਂ ਕਾਫੀ ਬਿਜ਼ੀ ਹੈਗੇ ਆ ਤੁਹਾਡਾ ਸ਼ਡਿਊਲ। ਮੈਂ ਤੁਹਾਡੇ ਕੋਲ ਇਹ ਜਾਣਨਾ ਚਾਹਾਂਗੇ ਕਿ ਤੁਸੀਂ ਜਿਹੜਾ ਇਸ ਵੇਲੇ ਕਾਫੀ ਅਵਾਰਡ ਜਿੱਤ ਚੁੱਕੇ ਆ, ਕਾਫੀ ਸਨਮਾਨ ਮਿਲਦਾ ਹੈਗਾ ਤੁਹਾਨੂੰ, ਮੈਂ ਜਦੋਂ ਤੁਹਾਡਾ ਮੇਰੇ ਸਾਹਮਣੇ ਕੰਪਿਊਟਰ ਆ ਤੇ ਕਾਫੀ ਇਹਦੇ ਮੈਂ ਹੁਣ ਪ੍ਰਿੰਟ ਵੀ ਕਰਾਂ ਤੇ 5-6 ਪੇਜਿਸ ਤਾਂ ਲੱਗ ਜਾਣੇ ਆ ਤੁਹਾਡੇ ਸਾਰੇ ਇਨਾਮਾ ਸਨਮਾਨਾਂ। ਲਾਸਟ ਨਾਈਟ ਵੀ ਤੁਹਾਨੂੰ ਅਨਮੋਲ ਰਤਨ ਦਾ ਖਿਤਾਬ ਜਿਹੜਾ ਆ ਇੱਥੇ ਦਿੱਤਾ ਗਿਆ ਹੈਗਾ, ਤੇ ਤੁਸੀਂ ਇਹ ਕਿਸ ਤਰ੍ਹਾਂ ਫੀਲ ਕਰਦੇ ਆ, ਕਿੱਦਾਂ ਕਿੱਦਾਂ ਮਹਿਸੂਸ ਹੁੰਦਾ ਹੈਗਾ? ਤੁਸੀਂ ਐਡੇ ਵੱਡੇ ਇਸ ਵੇਲੇ ਸ਼ਖਸੀਅਤ ਹੈਗੇ ਆ ਸਾਡੀ ਸਮੁੱਚੀ, ਤੁਸੀਂ ਅਸੀਂ ਸੱਚਮੁੱਚ ਹੀ ਅਨਮੋਲ ਹੀਰਾ ਹੈਗੇ ਆ ਸਾਡੇ ਸਾਰੇ ਸਿੱਖ ਕਮਿਊਨਿਟੀ ਦਾ ਹੀ ਨਹੀਂ, ਸਾਰੀ ਸਮੁੱਚੀ ਵਰਲਡ ਕਮਿਊਨਿਟੀ ਦਾ ਹੀ ਮੈਂ ਕਹਾਂਗਾ, ਭਈ ਜਿਹਦੇ ਵਿੱਚ ਤੁਸੀਂ ਇਹਦੇ ਵਿੱਚ ਕਿਸ ਤਰ੍ਹਾਂ ਫੀਲ ਕਰਦੇ ਆ, ਇਹੋ ਕਿਸ ਤਰ੍ਹਾਂ ਮਹਿਸੂਸ ਹੁੰਦਾ ਹੈਗਾ ਤੁਹਾਨੂੰ? ਮੇਰੇ ਪਾਪਾ ਜੀ ਕਿਹਾ ਕਰਦੇ ਸਨ, ਜਦੋਂ ਕੋਈ ਮਾਨ ਸਨਮਾਨ ਮਿਲੇ ਤੇ ਦਿਮਾਗ ਨੂੰ ਚੜ ਜਾਏ ਤਾਂ ਪਰਵਾਦ ਨਹੀਂ ਗਈ, ਸਮਝ ਲਓ ਕਿ ਉਸ ਤੋਂ ਬਾਅਦ ਸਿਰਫ ਲਗਾਉਣ ਵੱਲ ਰਾਹ ਜਾਂਦਾ ਜੀ।
ਮੈਂ ਸੱਚਮੁੱਚ ਸਿਰ ਤੇ ਕਰਜ਼ੇ ਦਾ ਭਾਰ ਮੰਨਦੀ ਹਾਂ। ਹਰ ਇੱਕ ਆਵਾਜ਼ ਜਦੋਂ ਕੋਈ ਮੈਨੂੰ ਹੋਰ ਦਿੱਤਾ ਜਾਂਦਾ ਜੇ ਮੈਨੂੰ ਸਿਰ ਤੇ ਨਾਲ ਗੰਨੇ ਵਾਲਿਆਂ ਦੀ ਕੰਢ ਖੜੀ ਹੋ ਜਾਂਦੀ ਜੇ ਮੈਂ ਸੱਚਮੁੱਚ ਸਿਰ ਝੁਕ ਜਾਂਦਾ ਜੇ ਉਸ ਤੋਂ ਬਾਅਦ ਜੇ ਮੈਨੂੰ ਆਪਣੇ ਵੱਲੋਂ ਇਹ ਪਿਆਰ ਮਿਲਿਆ ਜੇ। ਬਾਹਰਲੇ ਮੁਲਕਾਂ ਦਾ ਜੋ ਅਸੀਂ ਕਹਿ ਦਿੰਦੇ ਹਾਂ ਕਿ ਅੰਗਰੇਜ਼ਾਂ ਨੇ ਕੋਈ ਅਵਾਰਡ ਦਿੱਤਾ ਜਾਂ ਕਿਸੇ ਥਾਂ ਤੇ ਕੈਨੇਡਾ ਦੀ ਪਾਰਲੀਮੈਂਟ ਮਿਲਿਆ, ਮੈਨੂੰ ਇਹ ਸਿਰ ਮੱਥੇ ਸਾਰੇ ਮਾਨ ਸਨਮਾਨ, ਪਰ ਸੱਚ ਦੱਸਾਂ ਦਿਲੋਂ ਮੈਂ ਦੱਸ ਰਹੀ ਹਾਂ ਕਿ ਜਦੋਂ ਆਪਣਿਆਂ ਦਾ ਨਿੱਜ ਤੇ ਪਿਆਰ ਮਿਲਦਾ ਜੇ ਨਾ, ਉਸ ਤੋਂ ਵੱਡਾ ਮਾਨ ਸਨਮਾਨ ਹੁੰਦਾ ਨੀ। ਤੇ ਖਾਸ ਕਰ ਜਦੋਂ ਆਪਣੀ ਕੌਮ ਦਿੰਦੀ ਹੈ ਨਾ, ਜਿਹੜੀ ਨਿੱਕੀ ਜੱਫੀ ਜਦੋਂ ਮਿਲਦੀ ਹੈ ਆਪਣਿਆਂ ਵੱਲੋਂ, ਕੋਈ ਕਹਿ ਦਿੰਦਾ ਸਾਡੀ ਭੈਣ ਹੈ, ਸਾਡੀ ਨੌਕਰੀ ਹੈ, ਸਾਡੀ ਧੀ ਹੈ, ਸੱਚ ਜਾਣੇ ਇਸ ਤੋਂ ਵੱਡਾ ਅਵਾਰਡ ਕੋਈ ਹੋ ਹੀ ਨਹੀਂ ਸਕਦਾ। ਇਹਦੇ ਸਾਹਮਣੇ ਮੈਨੂੰ ਪ੍ਰੈਜੀਡੈਂਟ ਅਵਾਰਡ ਵੀ ਉੱਥੇ ਮਿਲਿਆ ਸੀ। ਸੱਚ ਜਾਣੇ ਇੰਨੀ ਦਿਲੋਂ ਖੁਸ਼ੀ ਓਨੀ ਨਹੀਂ ਕਿ ਹੁਣ ਤੇ ਹਾਲ ਇਹ ਕਿ ਮੈਂ ਕੱਲ ਵੀ ਜਦੋਂ ਤੁਸੀਂ ਮੈਨੂੰ ਅਨਮੋਲ ਰਤਨ ਅਵਾਰਡ ਦਿੱਤਾ, ਮੈਂ ਬਹੁਤ ਚਾਹੁੰਦੇ ਹੋਇਆ ਵੀ ਮੇਰੇ ਅੱਖਾਂ ਚੋਂ ਹੁਣ ਵੀ ਰੁਕੇ ਨਹੀਂ ਖੁਸ਼ੀ ਦੇ ਸਨ, ਕਿਉਂਕਿ ਮੇਰੇ ਸੁਪਨਿਆਂ ਤੋਂ ਵੀ ਪਰਾਂ ਦੀ ਗੱਲ ਸੀ। ਮੈਂ ਇਹੋ ਜਿਹੇ ਅਵਾਰਡ ਕਦੇ ਨਾ ਸੋਚੇ ਸੀ ਨਾ ਵੇਖੇ ਸੀ। ਮੇਰਾ ਤਾਂ ਇੱਕ ਨਿਮਾਣੀ ਦਾ ਸਿਰਫ ਇੰਨਾ ਹੀ ਕੰਮ ਸੀ ਕਿ ਮੈਨੂੰ ਇੱਕ ਪੀੜ ਸੀ ਜੋ ਮੈਂ ਦਿਲ ਚ ਲੈ ਕੇ ਫਿਰੀ ਸਾਂ, ਤੇ ਮੈਂ ਦੁਰਕਾਰੀ ਗਈ ਸਾਂ, ਬਹੁਤ ਵਾਰ ਕਹੀ ਸਾਈ ਕਿ ਅਸੀਂ ਮਾਰ ਲਈ ਹੈ, ਬੜੀ ਵਾਰ ਦਿਲ ਵੀ ਟੁੱਟੇ, ਪਰ ਜਿਵੇਂ ਕਹਿ ਦਿਓ ਵੀ ਕੋਈ ਲਗਨ ਦੀ ਕੋਰੀ ਰੱਖਦੀ ਹੈ, ਨਹੀਂ ਅਜੇ ਵੀ ਹੋਰ ਲੜਨਾ, ਅਜੇ ਵੀ ਹੋਰ ਲੜਨਾ। ਮੈਨੂੰ ਪਤਾ ਨਹੀਂ ਸੀ ਕਿ ਮੈਂ ਕਿਸੇ ਹਾਲਤ ਕਿਤੇ ਸਫਲਤਾ ਮਿਲੇਗੀ ਵੀ, 26 ਵਰੇ ਕੋਈ ਥੋੜੇ ਨਹੀਂ ਹੁੰਦੇ। ਇਸੇ ਤਰ੍ਹਾਂ ਜਾ ਕੇ ਪਿੰਡਾਂ ਵਿੱਚ ਗੱਲ ਵਾਰ ਵਾਰ ਕਰਦੇ ਹਾਂ, ਪਰ ਫਿਰ ਵੀ ਮੇਰੇ ਪਿਤਾ ਨੇ ਇੱਕ ਗੱਲ ਕਹੀ ਸੀ ਕਿ ਜੋ ਲੋਕ ਦੁਰਕਾਰਦੇ ਨੇ ਉਸ ਤੋਂ ਬਾਅਦ ਵੀ ਜਿਹੜੇ ਤੁਰਦੇ ਰਹਿੰਦੇ ਨੇ ਉਹ ਸਫਲਤਾ ਨੂੰ ਚੁੰਮਦੇ ਹੁੰਦੇ ਨੇ ਜ਼ਰੂਰ। ਸੋ ਮੈਨੂੰ ਲੱਗਦਾ ਸ਼ਾਇਦ ਇਹ ਕਿਹਾ ਮੇਰੇ ਤੇ ਅਸਰ ਹੋਇਆ ਜਾਂ ਜਿਵੇਂ ਵੀ ਉਹਨੇ ਰਾਹ ਦਿਖਾਇਆ। ਇਸੇ ਤਰ੍ਹਾਂ ਮੈਂ ਹਰ ਸੁਣਨ ਵਾਲੇ ਵੀਰ ਭੈਣ ਨੂੰ ਇਹ ਕਹਿਣਾ ਚਾਹੁੰਦੀ ਹਾਂ, ਜ਼ਿੰਦਗੀ ਆਪਣਾ ਤਾਂ ਹੀ ਨਾਮ ਹੈ, ਔਖੀ ਜ਼ਿੰਦਗੀ ਦੇ ਵਿੱਚ ਕਿਤੇ ਹਾਸਲ ਹੁੰਦਾ ਨਹੀਂ, ਪਰ ਹਰ ਔਕੜ ਨੂੰ ਜੇ ਸਪੀਡ ਬ੍ਰੇਕਰ ਵਾਂਗ ਮੰਨ ਕੇ ਉਹਨੂੰ ਲੰਘ ਜਾਈਏ ਤਾਂ ਅੱਗੋ ਲੋਕ ਬਾਹਾਂ ਖਿਲਾਰ ਕੇ ਤੁਹਾਨੂੰ ਮਿਲਦੇ ਨੇ, ਜ਼ਰੂਰ ਨਾਲ ਜੁੜਦੇ ਵੀ ਨੇ, ਤੇ ਫਿਰ ਅਸੀਂ ਕੁਛ ਨਾ ਕੁਛ ਹਾਸਲ ਨਾਲ ਮਿਲ ਕੇ ਕਰ ਵੀ ਲੈਂਦੇ ਹਾਂ। ਇਸ ਤਰੀਕੇ ਦਾ ਕੱਲ ਤੁਸੀਂ ਸਾਰਿਆਂ ਨੇ ਮੈਨੂੰ ਕੋਈ ਵੀ ਅਜਿਹਾ ਨਹੀਂ ਸੀ ਜਿਹੜਾ ਨਾ ਕਹਿੰਦਾ ਸਾਡੀ ਉਹ ਭੈਣ ਹੈ ਤੇ ਸਾਡੇ ਨਾਲ ਵੀ ਹੈ। ਇੰਨਾ ਜ਼ਿਆਦਾ ਮਹਿਸੂਸ ਹੋਇਆ ਕਿ ਮੈਂ ਸੱਚਮੁੱਚ ਆਪਣੇ ਪੇਕੇ ਹੀ ਬੈਠੀ ਹੋਵਾਂ, ਤੇ ਸਕੇ ਭੈਣ ਭਰਾ ਇੱਕ ਦੂਜੇ ਨੂੰ ਨਹੀਂ ਜਰਦੇ, ਤੇਰੇ ਵਿੱਚ ਅੰਦਾਜ਼ਾ ਲਾ ਲਓ ਕਿ ਜਿੱਥੇ ਮੈਂ ਕਿਸੇ ਨੂੰ ਵੀ ਨਹੀਂ ਸੀ ਜਾਣਦੀ ਸਿਵਾਏ ਇੱਕ ਫਕੀਰ ਸਰਦੂਲ ਮਰਵਾ, ਜਿਨ੍ਹਾਂ ਨੇ ਸੱਦਾ ਦਿੱਤਾ ਕਿ ਆਓ ਤੇ ਮੈਂ ਉਹਨਾਂ ਦੀ ਜ਼ਬਾਨੀ ਸੁਣਾਉਣੀ ਚਾਹਵਾਂ, ਤਾਂ ਤੁਸੀਂ ਚੁਣ ਸਕੋਗੇ। ਤੇ ਮੈਂ ਉਹਨਾਂ ਨੂੰ ਇਹ ਕਿਹਾ ਸੀ ਕਿ ਮੈਨੂੰ ਕੋਈ ਜਾਣਦਾ ਹੀ ਨਹੀਂ, ਸਾਰੇ ਦਸ ਜਿਹੜੇ ਵੀ ਮੇਰੇ ਕੋਲ ਉੱਥੇ ਪਹੁੰਚਣਗੇ ਕਿ ਨਹੀਂ, ਤੇ ਮੇਰੇ ਵੀਰ ਨੇ ਆਖ ਕੇ ਕਿਹਾ ਸੀ ਕਿ ਦਸ ਇਹਦੇ ਅੱਗੇ ਏਕਾ ਹੋਰ ਲਾ ਲਾ, ਫਿਰ ਦੇਖਿਓ ਉੱਥੇ ਸੀਟ ਵੀ ਨਹੀਂ ਮਿਲਣੀ ਬਹਿਣ ਦੀ। ਤੇ ਮੇਰੇ ਇਹ ਸੁਪਨਿਆਂ ਤੋਂ ਪਰਾਂ ਦੀ ਗੱਲ ਸੀ, ਜਿੰਨਾ ਮਾਨ ਸਨਮਾਨ ਤੁਸੀਂ ਕੰਮ ਕੀਤਾ ਦਿੱਤਾ, ਮੈਂ ਰਹਿਣੀ ਆ ਤੇ ਮੇਰੇ ਲਈ ਜਦੋਂ ਵੀ ਤੁਹਾਡੇ ਵਿੱਚੋਂ ਕੋਈ ਆਵਾਜ਼ ਮਾਰੇਗਾ ਕਿ ਸਾਨੂੰ ਇੱਥੇ ਲੋੜ ਹੈ ਜਾਂ ਕਿਸੇ ਨੂੰ ਕੋਈ ਤਕਲੀਫ ਹੋਏ, ਮੈਂ ਹਮੇਸ਼ਾ ਉਹਦੇ ਲਈ ਹਾਜ਼ਰ ਹਾਂ। ਜਦੋਂ ਕਦੇ ਤੁਹਾਡਾ ਉੱਧਰ ਆਉਣਾ ਹੋਏ, ਸਭ ਤੋਂ ਖੁੱਲਾ ਸੱਦਾ ਮੇਰਾ ਘਰ ਖੁੱਲਾ ਜੀ, ਜ਼ਰੂਰ ਆਓ, ਜ਼ਰੂਰ ਮਿਲ ਕੇ ਜਾਇਓ। ਭੈਣ ਜੀ, ਮੈਂ ਤੁਹਾਨੂੰ ਪਦਮ ਸ਼੍ਰੀ ਦਾ ਅਵਾਰਡ ਵੀ ਪੰਜਾਬ ਸਰਕਾਰ ਨੇ ਜਿਹੜਾ ਹੈਗਾ ਤੁਹਾਡਾ ਨਾਂ ਫਾਰਵਰਡ ਕੀਤਾ ਹੈਗਾ, ਉਸ ਤੋਂ ਇਹੋ ਇਨਾਮਾਂ ਸਨਮਾਨਾਂ ਤੋਂ ਇਲਾਵਾ ਤੁਸੀਂ ਜਿਸ ਟੋਨ ਚ ਬੋਲਦੇ ਹੈਗੇ ਆ, ਕੋਈ ਕਿਸੇ ਵੀ ਕਿਸੇ ਜਿਹੜਾ ਵੀ ਕੋਈ ਅਪਰਾਧੀ ਹੈਗਾ ਜਾਂ ਕਿਸੇ ਤੁਸੀਂ ਆਈਡੈਂਟੀਫਾਈ ਕਰਦੇ ਆ, ਆਹ ਸਮਾਜ ਵਿਚ ਸਾਡੀ ਪ੍ਰੋਬਲਮ ਹੈਗੀ ਆ, ਔਰਤਾਂ ਦੇ ਦੀ ਐਕਸਪਲਾਈਟੇਸ਼ਨ ਹੋਵੇ ਜਾਂ ਕੋਈ ਹੋਰ ਵਿਸ਼ਾ ਹੋਵੇ, ਤੁਸੀਂ ਬਿਨਾਂ ਝਿਜਕ ਜਿਹੜਾ ਆ ਰਿਲੀਜੀਅਸ ਸਟੇਡਾਂ ਤੇ ਵੀ ਗੁਰਦੁਆਰਾ ਸਾਹਿਬਾਂ ਤੇ ਵੀ ਬੋਲਦੇ ਆ, ਕਦੀ ਤੁਹਾਡਾ, ਕਿਉਂਕਿ ਕਾਫੀ ਲੰਬੇ ਟਾਈਮ ਤੋਂ ਕੰਪੇਨ ਕਰ ਰਹੇ ਹੈਗੇ ਆ, ਤੁਹਾਨੂੰ ਇਹੋ ਕਿਉਂਕਿ ਸੱਚ ਨੂੰ ਕਾਫੀ ਸਾਹਮਣਾ ਕਰਨਾ ਪੈਂਦਾ ਹੈਗਾ, ਤੇ ਤੁਹਾਨੂੰ ਵੀ ਕਈ ਕਦੀ ਕੋਈ ਮੁਸ਼ਕਲ ਕਿਸੇ ਸਟੇਜ ਤੋਂ ਜਾਂ ਕਦੀ ਹੋਰ ਕਿਸੇ ਏਦਾਂ ਸਮਾਜ ਵਿਰੋਧੀ ਅੰਸਰ ਵੱਲੋਂ ਜਾਂ ਕੋਈ ਹੋਰ ਥਿੰਕਿੰਗ ਜਿਹੜੀ ਤੁਹਾਡੀ ਸਹਿਮਤ ਨਾ ਹੋਵੇ ਉਹਦੇ ਵੱਲੋਂ ਇੱਦਾਂ ਦਾ ਕੁਛ ਨਿਰਾਸ਼ਾ ਵੀ ਕਦੀ ਮਿਲੀ ਹੈਗੀ ਆ ਕਦੀ ਕਿੱਦਾਂ, ਜਾਂ ਤੁਸੀਂ ਠੀਕ ਹੀ ਤੁਹਾਨੂੰ ਸਾਰਾ ਐਟਮੋਸਫੇਅਰ ਮਿਲ ਰਿਹਾ?
ਚਾਹਾਂਗਾ ਕਿ ਸਾਡੇ ਸਰੋਤਿਆਂ ਨੂੰ ਇੱਕ ਤਾਂ ਜਿਹੜੀ ਕੰਪੇਨ ਇਸ ਵੇਲੇ ਚੱਲ ਰਹੀ ਹੈਗੀ ਹੈ, ਜਿਹੜੀ ਪਟੀਸ਼ਨ ਤੁਸੀਂ 8 ਮਾਰਚ ਨੂੰ ਯੂਨਾਈਟਿਡ ਨੇਸ਼ਨ ਵਿੱਚ ਦੇਣੀ ਹੈਗੀ ਆ, ਉਹਦਾ ਸਾਡਾ ਕੰਟੈਕਟ ਨੰਬਰ ਜਿੱਥੇ ਵੀ ਹੈਗਾ ਉਹਦਾ ਸਾਡੇ ਸਰੋਤਿਆਂ ਨੂੰ ਦੱਸ ਦੇਣ। ਸਾਡੇ ਸਰੋਤੇ ਬੜੇ ਸੂਝਵਾਨ ਆ, ਉਹ ਆਪ ਵੀ ਆਨਲਾਈਨ ਜਾ ਕੇ ਉਸ ਪਟੀਸ਼ਨ ਤੇ ਸਾਈਨ ਕਰਨਗੇ। ਦੂਸਰਾ ਤੁਹਾਡੇ ਕੋਲ ਇਹੋ ਲਾਸਟ ਵਿੱਚ ਸਾਡੇ ਕੋਹਿਨੂਰ ਦੇ ਹਜ਼ਾਰਾਂ ਸਰੋਤਿਆਂ ਨੂੰ ਕੀ ਮੈਸੇਜ ਦੇਣਾ ਚਾਹੋਗੇ, ਸਾਡੇ ਕੋਲ ਕੀ ਹੋਰ ਤੁਸੀਂ ਕੀ ਐਕਸਪੈਕਟ ਕਰਦੇ ਆ, ਤੁਹਾਡਾ ਕੀ ਹੈਗਾ ਭਈ ਤੁਸੀਂ ਇਹ ਤੋਂ ਵੱਧ ਹੋਰ ਕੀ ਕਰਨਾ ਚਾਹੋਗੇ, ਤਾਂ ਥੋੜਾ ਜਿਹਾ ਇਹੋ ਵੀ ਸਾਨੂੰ ਬਰੀਫਲੀ ਥੋੜਾ ਜਿਹਾ ਦੱਸੋ, ਅਸੀਂ ਸੁਣਨਾ ਚਾਹੋਗੇ। ਮੈਂ ਕੋਹਿਨੂਰ ਦੇ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਇੱਕ ਵਾਰ ਫਿਰ ਧੰਨਵਾਦ ਵੀ ਉਹਨਾਂ ਦਾ ਕਰਨਾ ਚਾਹੁੰਦੀ ਹਾਂ, ਤੇ ਉਮੀਦ ਕਰਦੇ ਹਾਂ ਕਿ ਸਾਰੇ ਜ਼ਰੂਰ ਆਪੋ ਆਪਣੀ ਥਾਂ ਆਪੋ ਆਪਣਾ ਜਿੰਨਾ ਵੀ ਉਹਨਾਂ ਦਾ ਯੋਗਦਾਨ ਪਾ ਸਕਣਗੇ, ਜ਼ਰੂਰ ਅਸੀਂ ਗੁਰੂ ਸਾਹਿਬ ਦੀ ਸਿੱਖਿਆ ਤੇ ਤੁਰ ਕੇ ਸਾਂਝੀ ਮਾਲਤਾ ਦਾ ਸੁਨੇਹਾ ਵੀ ਪਹੁੰਚਾਈਏ ਤੇ ਔਰਤ ਦੇ ਹੱਕ ਵਿੱਚ ਆਵਾਜ਼ ਚੁੱਕਣਾ ਸਿੱਖੀਏ, ਨਵ ਜੰਮੀਆਂ ਬੱਚੀਆਂ ਦੀ ਸੁਰੱਖਿਆ ਲਈ ਆਵਾਜ਼ ਚੁੱਕੀਏ ਤੇ ਅਣਜੰਮੀਆਂ ਬੱਚੀਆਂ ਨੂੰ ਨਾ ਮਾਰਨ ਲਈ ਵੀ ਚੇਤਾ ਦਈਏ। ਪਰ ਇਹ ਪਿਆਰ, ਇਹ ਦੁਲਾਰ, ਇਹ ਸਾਂਝੀ ਵਾਲਤਾ ਜੋ ਹੁਣ ਇਸ ਵੇਲੇ ਕੰਢੀ ਗਈ ਹੈ ਤੁਹਾਡੇ ਸਾਰਿਆਂ ਨਾਲ, ਮੈਂ ਚਾਹਾਂਗੀ ਜਦ ਤੱਕ ਜਿਉਂਦੇ ਆ ਇਹ ਇਸੇ ਤਰ੍ਹਾਂ ਬਣੀ ਰਹੇ। ਇੱਕ change.org ਜਦੋਂ ਓਪਨ ਕਰੋਗੇ ਸੋ ਕਿਉਂ ਮੰਦਾ ਆਖੀਏ ਤੁਹਾਨੂੰ ਦਿਸੇਗੀ ਉੱਥੇ ਇੱਕ ਪਟੀਸ਼ਨ, ਉਸ ਪਟੀਸ਼ਨ ਤੇ ਜੇ ਸਾਈਨ ਕਰੋਗੇ ਤਾਂ ਅਸੀਂ ਵੱਡੀ ਗਿਣਤੀ ਦਿਖਾ ਸਕਾਂਗੇ ਕਿ ਅਸੀਂ ਜੋ ਕਿ ਇਹਨੇ ਨਾਲ ਦੇ ਕਈ ਗੁਰਦੁਆਰਿਆਂ ਵਿੱਚ ਵੀ ਪੇਪਰ ਪਏ ਨੇ, ਸਿੱਖ ਚੈਨਲ ਵੱਲੋਂ ਵੀ ਕੈਂਪੇਨ ਸ਼ੁਰੂ ਕੀਤੀ ਗਈ ਹੈ ਤੇ ਮੈਂ ਦਾਅਵੇ ਨਾਲ ਕਹਿ ਸਕਦੀ ਹਾਂ ਕਿ ਅੱਜ ਤੋਂ ਕੋਹਿਨੂਰ ਰੇਡੀਓ ਤੇ ਵੀ ਇਸ ਬਾਰੇ ਜ਼ਰੂਰ ਹਰ ਵਾਰ ਜ਼ਿਕਰ ਹੋਏਗਾ। ਮੈਂ ਫਿਰ ਚਾਹ ਰਿਹਾ ਹੈਗਾ ਭੈਣ ਜੀ ਵੱਲ, ਭੈਣ ਜੀ ਹਰਸ਼ਿੰਦਰ ਕੌਰ ਹੋਣਾ ਵੱਲ, ਤੇ ਉਹਨਾਂ ਕੋਲ ਲਾਸਟ ਮੈਸੇਜ ਪ੍ਰੋਪਰ ਲੈ ਲਈਏ ਤਾਂ ਫਿਰ ਅਸੀਂ ਤੁਹਾਡੀਆਂ ਕੋਲਾਂ ਲਵਾਂਗਾ, ਤੇ ਸਾਨੂੰ ਕਾਫੀ ਕੋਲਾਂ ਆ ਰਹੀਆਂ ਹੈਗੀਆਂ
ਤੇ ਚਲੋ ਆਪਾਂ ਚਲਦੇ ਆ ਡਾਕਟਰ ਹਰਸ਼ਿੰਦਰ ਕੌਰ ਨਾਲ। ਡਾਕਟਰ ਹਰਸ਼ਿੰਦਰ, ਮੈਂ ਤੁਹਾਡੇ ਕੋਲ ਲਾਸਟ ਮੈਂ ਫੇਰ ਇੱਕ ਇਹ ਸੁਣਨਾ ਚਾਹਾਂਗਾ ਵੀ ਤੁਸੀਂ ਸਾਨੂੰ ਵੈਬਸਾਈਟ ਦਾ ਫੇਰ ਉਹ ਲਿੰਕ ਦੱਸ ਦਿਓ ਵੀ ਕੀ ਲਿੰਕ ਆ ਜਿੱਥੇ ਸਾਡੇ ਸਰੋਤੇ ਜਾ ਕੇ ਪਟੀਸ਼ਨ ਤੇ ਸਾਈਨ ਕਰ ਸਕਣ। ਜੀ ਇਹ ਤੁਸੀਂ change.org ਓਪਨ ਕਰੋਗੇ ਜਦੋਂ ਨੈਟ ਤੇ, ਓਹਦੇ ਵਿਚ ਸੋ ਕਿਉ ਮੰਦਾ ਆਖੀਏ ਤੁਹਾਡੇ, ਤੁਸੀਂ ਖੁੱਲ ਜਾਂਦੀ ਹੈ ਪਟੀਸ਼ਨ, ਉਸ ਪਟੀਸ਼ਨ ਦੇ ਉੱਤੇ ਤੁਸੀਂ ਸਾਈਨ ਕਰ ਸਕਦੇ ਹੋ। ਗੁਰੂ ਘਰਾਂ ਦੇ ਵਿਚ ਵੀ ਇਹ ਸਾਰੇ ਉੱਥੇ ਰਖਵਾਏ ਗਏ ਨੇ, ਕਾਗਜ਼ ਉੱਥੋਂ ਮਿਲ ਸਕਦੇ ਨੇ। ਸਿੱਖ ਚੈਨਲ ਇਹਦੇ ਵਿਚ ਸ਼ਾਮਲ ਹੋ ਚੁੱਕਿਆ ਇਸ ਮੁਹਿੰਮ ਵਿਚ, ਉੱਥੋਂ ਵੀ ਤੁਸੀਂ ਲੈ ਸਕਦੇ ਹੋ। ਸਰਦੂਰ ਸਿੰਘ ਮਰਵਾਹਾ ਵੀਰ ਕੋਲ ਵੀ ਇਹ ਪੇਪਰ ਉਹਨਾਂ ਕੋਲ ਮੌਜੂਦ ਨੇ, ਜੋ ਇਹ ਸਾਰੇ ਇਕੱਤਰ ਕਰਕੇ ਅੱਗੇ ਪਹੁੰਚਾਏ ਜਾਣਗੇ ਜਿੱਥੇ UN ਵਿਚ, ਉਹਨਾਂ ਕੋਲੋਂ ਲੈ ਸਕਦੇ ਹੋ, ਕਲੈਕਟ ਕਰ ਸਕਦੇ ਹੋ। ਤੇ ਮੈਂ ਯਕੀਨ ਤੇ ਕਰ ਸਕਦੀ ਹਾਂ, ਦਾਅਵੇ ਨਾਲ ਕਹਿ ਸਕਦੀ ਹਾਂ ਕਿ ਜਿਹੜਾ ਹੈਗਾ ਕੋਹਿਨੂਰ ਰੇਡੀਓ ਵੀ ਅੱਜ ਤੋਂ ਬਾਅਦ ਇਸ ਪਟੀਸ਼ਨ ਦੀ ਹਰ ਵਾਰ ਜ਼ਿਕਰ ਕਰੇਗਾ। ਤੇ ਮੈਨੂੰ ਜੋ ਸੁਨੇਹਾ ਆ ਰਿਹਾ ਹੈ ਕਿ ਆਪਣੇ ਤੁਸੀਂ ਟਰੱਸਟ ਦਾ ਤੁਸੀਂ ਨੰਬਰ ਦੱਸ ਦਿਓ, ਮੈਂ ਉਹਦਾ ਸਿਰਫ ਤੁਹਾਨੂੰ ਤੁਹਾਡੇ ਰਾਹੀਂ ਇੰਨਾ ਕੁ ਸੁਨੇਹਾ ਦੇ ਦਿੰਦੀ ਹਾਂ। ORBC01007900 ਅਕਾਊਂਟ ਨੰਬਰ ਹੈ ਜੀ, ISSC ਕੋਡ ਹੈ ਅਕਾਊਂਟ ਦਾ, ORBC01007900 ਹੈ ਜੀ, 0790215100 7583। ਮੈਂ ਦੁਹਰਾ ਦਿੰਦੀ ਹਾਂ, 0790215100 7583। ਇੱਥੇ ਜਿਹੜਾ ਵੀ ਸੱਜਣ, ਕੋਈ ਵੀਰ, ਕੋਈ ਭੈਣ, ਜੇ ਭਾਵੇਂ ਤੁਸੀਂ ਇੱਕ ਪੌਂਡ ਵੀ ਪਾਉਂਦੇ ਹੋ ਤਾਂ ਸਿਰਫ ਤੇ ਸਿਰਫ ਅੱਗੋਂ ਬੱਚਿਆਂ ਦੀ ਪੜ੍ਹਾਈ ਲਈ ਹੀ ਵਰਤਿਆ ਜਾਏਗਾ, ਹੋਰ ਕਿਤੇ ਨਹੀਂ ਜਾਏਗਾ। ਸੋ ਬੜੀ ਧੰਨਵਾਦੀ ਹੋਵਾਂਗੇ ਜੇ ਉਸ ਵਿਚ ਤੁਸੀਂ ਮਦਦ ਕਰਦੇ ਰਹੋ ਅੱਗੋਂ। ਬਹੁਤ ਇੱਕ ਵਾਰ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਰ। ਮੈਂ ਉਮੀਦ ਕਰਾਂਗੀ ਕਿ ਤੁਹਾਡੇ ਜਿੰਨੇ ਵੀ ਸੁਣ ਰਹੇ ਨੇ ਉਹ ਸਾਰੇ ਵੀਰ, ਭੈਣ, ਬਜ਼ੁਰਗ, ਬੱਚੇ ਜ਼ਰੂਰ ਇਸੇ ਤਰ੍ਹਾਂ ਹੀ ਨਿੱਘਾ ਸਾਥ ਮੇਰੇ ਨਾਲ ਬਣਾਈ ਰੱਖਣਗੇ। ਤੇ ਸਭ ਨੂੰ ਫਿਰ ਖੁੱਲਾ ਸੱਦਾ ਦਿੰਨੀ ਆ, ਜਦੋਂ ਕਦੇ ਪਟਿਆਲੇ ਆਉਣਾ ਹੋਏ ਤੇ ਜ਼ਰੂਰ ਆਪਣੀ ਇਸ ਭੈਣ ਨੂੰ ਮਿਲ ਕੇ ਆਇਓ। ਭੈਣ ਜੀ, ਤੁਹਾਡਾ ਬਹੁਤ ਧੰਨਵਾਦ ਕਰਦਾ ਹੈਗਾ। ਤੇ ਤੁਹਾਡੀ ਜਿਹੜੀ ਕੰਪੇਨ ਚੱਲ ਰਹੀ ਹੈਗੀ ਆ ਪਟੀਸ਼ਨ, ਉਹਦੇ ਵਿਚ ਅਸੀਂ ਕੋਹਿਨੂਰ ਜਿਹੜਾ ਰੇਡੀਓ ਆ ਬਿਲਕੁਲ ਸ਼ਾਮਿਲ ਹੈਗਾ, ਮੈਂ ਸ਼ਾਮਿਲ ਹੈਗਾ, ਅਸੀਂ ਸਾਡੇ ਸਾਰੇ ਜਿਹੜੇ ਹੈਗੇ ਆ, ਸਾਰਾ ਸਟਾਫ ਜਿਹੜਾ ਹੈਗਾ, ਇੱਦਾਂ ਦੀਆਂ ਕੰਪੇਨਾਂ ਦੀ ਸਪੋਰਟ ਕਰ ਭੇਜ ਦਿਆਂਗੀ। ਤੇ ਤੁਸੀਂ ਉਹਦੇ ਉੱਤੇ ਆਪਣਾ ਨਾਮ, ਰੇਡੀਓ ਦਾ ਨਾਮ ਲਿਖ ਕੇ ਆਪਣੇ ਸਰੋਤਿਆਂ ਵੱਲੋਂ ਜੇ ਇਹ ਹੋਏਗੀ ਉਹਦਾ ਵੱਖਰਾ ਇੱਕ ਤੁਸੀਂ ਤਿਆਰ ਕਰਕੇ ਨਾਲ ਉਹਦੇ ਵਿੱਚ ਐਡ ਕਰ ਸਕਾਂਗੇ ਕਿ ਇਹ ਸਾਰੇ ਇਸ ਰੇਡੀਓ ਰਾਹੀਂ ਵੀਰ ਭੈਣਾਂ ਨੇ ਇਸ ਨਿਆ ਭੇਜਿਆ ਜੀ। ਸੋ ਤੁਹਾਡਾ ਨਾਮ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ UN ਵਿਚ ਪਹੁੰਚੇਗਾ। ਤਾਂ ਅਸੀਂ ਕੰਪੇਨ ਦੇ ਵਿਚ ਡੈਫੀਨੇਟ ਜਿਹੜੀਆਂ ਔਰਤਾਂ ਦੇ, ਅਸੀਂ ਵਿਸ਼ੇਸ਼ ਤੌਰ ਤੇ ਹਰ ਤੀਸਰੇ ਚੌਥੇ ਹਫ਼ਤੇ ਸਾਡਾ ਇਹੋ ਜਿਹੇ ਵਿਸ਼ੇ ਤੇ ਪ੍ਰੋਗਰਾਮ ਹੁੰਦੇ ਹੈਗੇ ਆ, ਜਿਹੜਾ ਇਹੋ ਜਾਗਰਤੀ ਦੇ ਪ੍ਰੋਗਰਾਮ ਹੈਗੇ ਆ। ਅਸੀਂ ਆਉਣ ਵਾਲੇ ਸਮੇਂ ਚ ਵੀ ਤੁਹਾਡੇ ਨਾਲ ਕੀਪ ਇਨ ਟੱਚ ਰਹਾਂਗੇ। ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਹੈਗਾ, ਤੁਸੀਂ ਕਾਫੀ ਟਰੈਵਲ ਕਰ ਰਹੇ ਸੀਗੇ ਜਿਹਦੇ ਵਿਚ ਫੋਨ ਕਈ ਵਾਰ ਡਿਸਕਨੈਕਟ ਹੋ ਜਾਂਦਾ ਸੀ, ਕਈ ਵਾਰੀ ਵੋਇਸ ਨਹੀਂ ਸੀ ਆ ਰਹੀ, ਫਿਰ ਵੀ ਫਿਰ ਤੁਹਾਡਾ ਤਹਿ ਦਿਲੋਂ ਆਪਣੇ ਹਜ਼ਾਰਾਂ ਸਰੋਤਿਆਂ ਵੱਲੋਂ ਧੰਨਵਾਦ ਕਰ। ਤੇ ਮੈਂ ਉਡੀਕ ਕਰਾਂਗੀ, ਤੁਸੀਂ ਮੈਨੂੰ ਪਟਿਆਲੇ ਜਦੋਂ ਮੈਂ ਪਹੁੰਚਾਂਗੀ ਫਿਰ ਵੀ ਜ਼ਰੂਰ ਤੁਸੀਂ ਆਨਲਾਈਨ ਮੈਨੂੰ ਲਾਓਗੇ? ਹਾਂਜੀ, ਅਸੀਂ ਆਨਲਾਈਨ ਵੀ ਤੁਹਾਨੂੰ ਵਿਜ਼ਿਟ ਵੀ ਕਰਾਂਗੇ ਭੈਣ ਜੀ, ਸਾਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਤੁਹਾਨੂੰ ਮਿਲ ਕੇ, ਬਹੁਤ ਧੰਨਵਾਦ ਜੀ। ਹਾਂਜੀ, ਸਤਿ ਸ੍ਰੀ ਅਕਾਲ ਜੀ। ਇਹ ਸੀਗੇ ਮੇਰੇ ਸਤਿਕਾਰਯੋਗ ਭੈਣ ਜੀ ਹਰਸ਼ਿੰਦਰ ਕੌਰ, ਡਾਕਟਰ ਹਰਸ਼ਿੰਦਰ ਕੌਰ, ਜਿਨ੍ਹਾਂ ਕਿ ਬੜਾ ਅਸੀਂ ਬੜੇ ਮਾਣ ਨਾਲ ਉਹਨਾਂ ਦਾ ਨਾਮ ਮਹਿਸੂਸ ਕਰਦੇ ਹੈਗੇ ਹਾਂ, ਤੇ ਅੱਜ ਉਹ ਬਹੁਤ ਵਧੀਆ ਕੰਮ ਕਰ ਰਿਹਾ ਹੈਗਾ। ਅਸੀਂ ਡਾਕਟਰ ਹਰਸ਼ਿੰਦਰ ਕੌਰ ਹੁਣਾਂ ਨਾਲ ਗੱਲਬਾਤ ਕਰ ਰਹੇ ਸੀਗੇ, ਤੇ ਡਿਟੇਲ ਕੋਲ ਗੱਲਬਾਤ ਆਪਣੇ ਵੱਲੋਂ ਜਿੰਨੇ ਕੁ ਉਹਨਾਂ ਕੋਲ ਟਾਈਮ ਸੀ ਉਹਨਾਂ ਨੂੰ ਅਸੀਂ ਯੂਜ ਕਰਨ ਦੀ ਕੋਸ਼ਿਸ਼ ਕੀਤੀ ਆ। ਤੇ ਸਾਨੂੰ ਜਿਹੜਾ ਹੈਗਾ, ਮੈਂ ਫਿਰ ਸਾਰਿਆਂ ਨੂੰ ਅਪੀਲ ਕਰਦਾ ਹੈਗਾ, ਅਸੀਂ ਉਹਨਾਂ ਸਾਰੀਆਂ ਲੋਕ ਪੱਖੀ ਜਿਹੜੇ ਵੀ ਕੰਮ ਜਾਰੀ ਹੁੰਦੇ ਕੰਪੇਨਾਂ, ਉਹਨਾਂ ਸਾਰਿਆਂ ਵਿਚ ਕੋਹਿਨੂਰ ਰੇਡੀਓ ਹਮੇਸ਼ਾ ਸ਼ਾਮਲ ਹੁੰਦਾ ਹੈਗਾ। ਤੇ ਇਹ ਸਾਰਿਆਂ ਨੂੰ ਆਪਣਾ ਸਰੋਤਿਆਂ ਨੂੰ ਵੀ ਅਪੀਲ ਕਰਾਂਗੇ ਵੀ ਉਹ ਆਪਣੇ ਇਸ ਕੰਪੇਨ ਦੇ ਵਿਚ change.org ਤੇ ਜਾ ਕੇ ਆਪਣੇ ਪਟੀਸ਼ਨ ਤੇ ਸਾਈਨ ਕਰਨ, ਤਾਂ ਕਿ ਇੱਦਾਂ ਦੇ ਕਾਨੂੰਨ ਬਣ ਸਕਣ ਯੂਨਾਈਟਿਡ ਨੇਸ਼ਨ ਵੱਲੋਂ, ਜਿਹੜੀਆਂ ਔਰਤਾਂ ਦੇ ਵਿਚ ਜਿਨ੍ਹਾਂ ਨੂੰ ਕੁੱਖਾਂ ਦੇ ਵਿਚ ਬੱਚਿਆਂ ਨੂੰ ਮਾਰਿਆ ਜਾ ਰਿਹਾ ਹੈਗਾ, ਉਹ ਅਪਰਾਧੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਹੋਰ ਸਖ਼ਤ ਕਾਨੂੰਨ ਬਣਨ
ਤੇ ਉਹਦੇ ਵਿੱਚ ਸਾਰੇ ਇੱਦਾਂ ਦੀਆਂ ਕੰਪੇਨਾਂ ਦੇ ਵਿੱਚ ਸ਼ਾਮਲ ਜ਼ਰੂਰ ਹੋਣ ਤੇ ਇਹਦੇ ਵਿੱਚ ਹੋਰ ਜਿਹੜੀ ਕੋਈ ਜਾਣਕਾਰੀ ਹੋਈ ਅਸੀਂ ਆਉਣ ਵਾਲੇ ਸਮੇਂ 'ਚ ਦੱਸਦੇ ਜਾਵਾਂਗੇ ਤੇ ਸਾਡੇ ਸਾਨੂੰ ਜਿਹੜਾ ਆ ਜਸਵੀਰ ਕੌਰ ਭੈਣ ਜੀ ਬਹੁਤ ਹੀ ਪ੍ਰੋਗਰਾਮ ਦੀ ਸ਼ਲਾਘਾ ਕਰਕੇ ਗਏ ਹੈਗੇ ਆ ਬਹੁਤ ਧੰਨਵਾਦ ਕਰਦੇ ਹੈਗੇ ਆ ਹੋਰ ਵੀ ਕਿੰਨੀਆਂ ਬਹੁਤ ਹੀ ਮੈਸੇਜ ਪਹੁੰਚ ਰਹੇ ਹੈਗੇ ਆ ਸਾਡੇ ਨਾਲ ਓਂਕਾਰ ਜੀ ਵੀ ਅਗਲੇ ਲਾਈਨ ਤੇ ਉਹਨਾਂ ਦਾ ਵੀ ਬਰੀਫਲੀ ਮੈਸੇਜ ਲੈ ਲਈਏ ਉਹ ਕੀ ਕਹਿਣਾ ਚਾਹੁੰਦੇ ਆ ਓਂਕਾਰ ਜੀ ਬਹੁਤ ਧੰਨਵਾਦ ਕਰਦਾ ਸਵਾਗਤ ਕਰਦਾ ਤੁਸੀਂ ਅੱਜ ਦੇ ਵਿਸ਼ੇ ਬਾਰੇ ਕੀ ਅੱਜ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਨਾਲ ਗੱਲਬਾਤ ਕੀਤੀ ਕੀ ਕਹਿਣਾ ਚਾਹੋਗੇ ਮੈਂ ਥੋੜਾ ਹੀ ਟਾਈਮ ਲੈਣਾ ਹੈਗਾ ਹਾਂਜੀ ਥੋੜਾ ਹੀ ਦਊਂਗੇ ਜੀ ਮਤਲਬ ਕਿ ਜਿਹੜਾ ਪ੍ਰੋਗਰਾਮ ਤੁਸੀਂ ਕੰਡਕਟ ਕੀਤਾ ਹੈ ਬਹੁਤ ਹੀ ਸ਼ਲਾਘਾਯੋਗ ਰਿਹਾ ਇਹਦੇ ਵਿੱਚ ਮੈਂ ਤੁਹਾਡੀ ਸਾਰੀ ਟੀਮ ਦਾ ਸ਼ੁਕਰੀਆ ਅਦਾ ਕਰਦਾ ਕਿ ਤੁਸੀਂ ਟਾਈਮ ਕੱਢ ਕੇ ਇੱਦਾਂ ਦੇ ਲੋਕਾਂ ਨੂੰ ਲੈ ਕੇ ਆਉਂਦੇ ਆ ਰਬਰੂ ਲੈ ਕੇ ਤਾਂ ਸਾਡੇ ਨਾਲ ਉਹਨਾਂ ਦੀ ਗੱਲਾਂ ਬਾਤਾਂ ਤੁਸੀਂ ਸੁਣਾਉਣੇ ਜਿਹੜੀਆਂ ਕੀਤੀਆਂ ਹੈਗੀਆਂ ਬਹੁਤ ਹੀ ਚੰਗੀ ਲੇਡੀ ਹੈ ਸੋਰੀ ਮੈਂ ਰਾਤ ਨਹੀਂ ਜਾ ਸਕਿਆ ਕਿਉਂਕਿ ਮੇਰੀ ਅੱਖਾਂ ਦਾ ਆਪਰੇਸ਼ਨ ਹੋਇਆ ਸੀਗਾ ਵਾਈਫ ਦੀ AGM ਸੀਗੀ ਉਹ ਨਹੀਂ ਜਾ ਸਕਦੇ ਨਹੀਂ ਤਾਂ ਅਸੀਂ ਜ਼ਰੂਰ ਜਾਣਾ ਸੀ ਰਾਤ ਨੂੰ ਪ੍ਰੋਗਰਾਮ ਤੇ ਔਰ ਮੈਂ ਫਿਰ ਇੱਦਾਂ ਕਰਦਾ ਕਿ ਇਹ ਲੇਡੀ ਹੈਗੀ ਹੈ ਬੇਸ਼ੱਕ ਸਿੱਖ ਆ ਲੇਕਿਨ ਇਹ ਸਿੱਖਾਂ ਦੀ ਗੱਲ ਨਹੀਂ ਕਰ ਰਹੀ ਹੈ ਸਾਰੀ ਮਾਨਵਤਾ ਦੀ ਗੱਲ ਕਰ ਰਹੀ ਹੈ ਔਰ ਇੱਦਾਂ ਦੇ ਇਨਸਾਨ ਬਹੁਤ ਘੱਟ ਆ ਨਹੀਂ ਤਾਂ ਅਸੀਂ ਹਰੇਕ ਕੋਈ ਆਪਣਾ ਝੰਡਾ ਆਰਗੇਨਾਈਜੇਸ਼ਨ ਦਾ ਝੰਡਾ ਲੈ ਕੇ ਘੁੰਮਦੇ ਫਿਰਦੇ ਹਾਂ ਠੀਕ ਨੀ ਗੱਲ ਇਹ ਇੱਕ ਉੱਦਾਂ ਦੀ ਲੇਡੀ ਮੈਨੂੰ ਮਿਲੀ ਹੈ ਜਿਹੜੀ ਕਿ ਉਹਦਾ ਪਰਸਨਲ ਇੰਟਰਸਟ ਨਹੀਂ ਹੈ ਲੇਕਿਨ ਲੋਕਾਂ ਦਾ ਸਿੱਖ ਜਿਹਨੂੰ ਕਹਿੰਦੇ ਨਾ ਸਿੱਖ ਇਹ ਇੱਦਾਂ ਲੋਕ ਆ ਜਿਹੜੇ ਸਿੱਖ ਆ ਅਸਲ ਚ ਤੁਹਾਡਾ ਧੰਨਵਾਦ ਓਂਕਾਰ ਜੀ ਸਾਰੇ ਗੱਲ ਦਾ ਸ਼ਲਾਘਾ ਕਰਨ ਦਾ ਤੇ ਉਹਨਾਂ ਦੀ ਇਸ ਪ੍ਰੋਗਰਾਮ ਦੀ ਤਾਰੀਫ ਕਰਨ ਦਾ ਫਿਰ ਆਪਾਂ ਹੁਣ ਅਗਲੇ ਹਫ਼ਤੇ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ ਇਹ ਸੀਗੇ ਮੇਰੇ ਸਤਿਕਾਰਯੋਗ ਵੀਰ ਤੁਸੀਂ ਵੀ ਫੋਨ ਕਰਨਾ ਚਾਹੁੰਦੇ ਆ ਸਾਡਾ ਨੰਬਰ ਘੁਮਾਓ 0116273 5959 ਨੰਬਰ ਹੈਗਾ ਦੇਖਦੇ ਆ ਸਾਡੇ ਨਾਲ ਹੋਰ ਕੌਣ ਗੱਲ ਤੇ ਹੈਗੇ ਆ ਸਤਿ ਸ੍ਰੀ ਅਕਾਲ ਜੀ ਹਾਂਜੀ ਸੀਤਲ ਜੀ ਹਾਂਜੀ ਤੁਹਾਡਾ ਬਰੀਫਲੀ ਮੈਸੇਜ ਕੀ ਕਹਿਣਾ ਚਾਹੋਗੇ ਡਾਕਟਰ ਹਰਸ਼ਿੰਦਰ ਕੌਰ ਜਿਹੜਾ ਉਪਰਾਲਾ ਤੁਸੀਂ ਕੀਤਾ ਹੈਗਾ ਆਪਣਾ ਅੱਜ ਇੰਟਰਵਿਊ ਦਾ ਡਾਕਟਰ ਹਰਸ਼ਿੰਦਰ ਕੌਰ ਉਹਨਾਂ ਦਾ ਬਹੁਤ ਵਧੀਆ ਹੈਗਾ ਤੇ ਇਸ ਤੋਂ ਬਿਨਾਂ ਇਨਕੀ ਜਿਹੜਾ ਰਾਤੀ ਵੀ ਇਨਕੀ ਫੰਕਸ਼ਨ ਹੋਇਆ ਹੈਗਾ ਉੱਥੇ ਵੀ ਤੁਸੀਂ ਤੇ ਬੰਸਲ ਸਾਹਿਬ ਨੇ ਤੇ ਬਾਕੀ ਯਾਨੀ ਕਿ ਜਿਹੜੇ ਤੁਹਾਡੇ ਨਾਲ ਸਾਥੀ ਹੋਰ ਵੀ ਸੀ ਆਏ ਉਹਨਾਂ ਨੇ ਵੀ ਬਹੁਤ ਵਧੀਆ ਇਨਕੀ ਸ਼ਲਾਘਾਯੋਗ ਜਿਹੜਾ ਸੀਗਾ ਯੋਗਦਾਨ ਪਾਇਆ ਹੈਗਾ ਤੇ ਖਾਸ ਕਰਕੇ ਬੰਸਲ ਸਾਹਿਬ ਨੇ ਤਾਂ ਜਿਹੜਾ ਹੈਗਾ 1,00,000 ਰੁਪਈਆ ਵੀ ਜਿਹੜਾ ਹੈਗਾ ਉਹਨਾਂ ਨੂੰ ਦਿੱਤਾ ਤੇ ਪਲੱਸ ਇਨਕੀ ਤੁਸੀਂ ਸਾਰਿਆਂ ਨੇ ਜਿਹੜੀ ਉਹਨਾਂ ਨੇ ਕੰਟਰੀਬਿਊਸ਼ਨ ਲਾਈ ਸੀਗੀ ਉਹਦੇ ਵਿੱਚ ਵੀ ਤੁਸੀਂ ਹਿੱਸਾ ਪਾਇਆ ਤੇ ਮੈਂ ਦਿਲੋਂ ਵੀ ਯਾਨੀ ਕਿ ਤੁਹਾਡਾ ਵੀ ਇਸ ਕਰਕੇ ਜਾਤੀ ਤੌਰ ਤੇ ਧੰਨਵਾਦ ਕਰਨਾ ਚਾਹੁੰਦਾ ਕਿਉਂਕਿ ਮੈਂ ਤੁਹਾਨੂੰ ਯਾਨੀ ਕਿ ਤੁਹਾਨੂੰ ਵੀ ਤੇ ਬੰਸਲ ਸਾਹਿਬ ਨੂੰ ਤੇ ਬਾਕੀ ਸਾਥੀਆਂ ਨੂੰ ਸੱਜਿਆ ਸੀ ਤੁਸੀਂ ਯਾਨੀ ਕਿ ਮੇਰਾ ਜਿਹੜਾ ਮਾਣ ਰੱਖਿਆ ਤੇ ਨਾਲ ਹੀ ਯਾਨੀ ਕਿ ਜਿਹੜੇ ਮੇਰੇ ਹੋਰ ਬਾਕੀ ਸਾਥੀ ਸੀ ਸਾਨੂੰ ਤਾਂ ਇੱਕ ਟੇਬਲ ਸੀ ਪਰ ਸਾਨੂੰ 2 ਟੇਬਲ ਯਾਨੀ ਕਿ ਜਿਹੜਾ ਹੈਗਾ ਕਰਨੇ ਪਏ ਤੇ ਉਹ ਦਸਾਂ ਦੀ ਮੈਚ ਸੀ ਪਰ ਅਸੀਂ 17 ਤੋਂ ਯਾਨੀ ਕਿ ਜ਼ਿਆਦਾ ਯਾਨੀ ਜਿਹੜੇ ਬੰਦੇ ਸੀਗੇ ਉੱਥੇ ਲੈ ਕੇ ਆਏ ਤੇ ਮੈਂ ਇਸ ਚੀਜ਼ ਲਈ ਯਾਨੀ ਕਿ ਤੁਹਾਡੇ ਸਾਰਿਆਂ ਦਾ ਧੰਨਵਾਦ ਹੈ ਕਿਉਂਕਿ ਇਹ ਮੇਰਾ ਕੌਜ਼ ਨਹੀਂ ਹੈਗਾ ਤੇ ਭੈਣ ਜੀ ਦਾ ਇਕੱਲੇ ਕੌਜ਼ ਨਹੀਂ ਮੈਂ ਸਮਝ ਸਾਰੀ ਦੁਨੀਆਂ ਦਾ ਕੌਜ਼ ਹੈਗਾ ਜਿਹਦੇ ਲਈ ਉਹ ਡਾਕਟਰ ਹਰਸ਼ਿੰਦਰ ਕੌਰ ਯਾਨੀ ਕਿ ਵਿਚਾਰੀ ਉਹ ਲੱਗੀ ਹੈਗੀ ਆ ਤੇ ਉਹਨੂੰ ਵੀ ਕਈ ਤਰ੍ਹਾਂ ਦਾ ਉਹੋ ਜਿਹਾ ਸਾਹਮਣਾ ਕਰਨਾ ਪੈ ਰਿਹਾ ਹੈਗਾ ਮੁਸ਼ਕਲਾਂ ਦਾ ਜਿਹੋ ਜਿਹਾ ਯਾਨੀ ਕਿ ਇੱਥੇ ਸਾਨੂੰ ਵੀ ਕਈ ਵਾਰੀ ਬਹੁਤ ਯਾਨੀ ਕਿ ਸਾਹਮਣਾ ਕਰਨਾ ਪੈਂਦਾ ਤੇ ਮੈਂ ਮਹਿਸੂਸ ਕਰਦਾ ਲਿਆ ਵੀ ਜਿਹੜੀ ਉਹਨਾਂ ਨੇ ਇੱਕ ਕੰਪੇਨ ਯਾਨੀ ਕਿ ਸ਼ੁਰੂ ਕੀਤੀ ਹੈ ਇੱਕ ਤਾਂ ਸਾਨੂੰ ਉਹਦੇ ਵਿੱਚ ਵੱਧ ਚੜ ਕੇ ਵੱਧ ਤੋਂ ਵੱਧ ਜਿਹੜਾ ਹੈਗਾ ਉਹਦੇ ਵਿੱਚ ਸਾਇੰਸ ਕਰਨੇ ਚਾਹੀਦੇ ਹੈਗੇ ਰਾਤੀ ਵਿਆਪਕ ਕੀਤੇ ਦੇਖੋ ਅਸੀਂ ਸਾਰੇ ਆਪਣੇ ਸਰੋਤਿਆਂ ਨੂੰ ਅਪੀਲ ਕਰ ਦਿੱਤੀ ਆ ਆਪਣੇ IWA ਵੱਲੋਂ ਵੀ ਹਾਂਜੀ ਤੇ ਬਾਕੀ ਗੁਰਦੁਆਰਾ ਸਾਹਿਬ ਯਾਨੀ ਕਿ ਜਿੰਨੇ ਵੀ ਹੈਗੇ ਆ ਜਾਂ ਬਾਕੀ ਹੋਰ ਵੀ ਮੰਦਰ ਯਾਨੀ ਕਿ ਬਿਲਕੁਲ ਸਾਰੇ ਕਰ ਰਹੇ ਜੀ ਹਾਂ ਯਾਨੀ ਕਿ ਇੱਕ ਤਾਂ ਇੱਕ ਤਾਂ ਇਹ ਗੱਲ ਹੈ ਦੂਸਰੀ ਯਾਨੀ ਕਿ ਮੈਂ ਸਮਝ ਲਿਆ ਵੀ ਯਾਨੀ ਕਿ ਜਿਹੜਾ ਅਸੀਂ ਦਸਵੰਤ ਦੀ ਕਈ ਵਾਰੀ ਗੱਲ ਕਰਦੇ ਹਾਂ ਕਿ ਜਾਂ ਡਾਕਟਰ ਸਾਹਿਬ ਮੇਰੇ ਖਿਆਲ ਬਹੁਤਾ ਟਾਈਮ ਨਹੀਂ ਦਿੱਤਾ ਜਾਣਾ ਅੱਜ ਪੈਸੇ ਦੇਣ ਦੀ ਗੱਲ ਕਰਦੇ ਹੈਗੇ ਹਾਂ ਇਹੋ ਜਿਹਾ ਕੌਜ਼ ਨੂੰ ਜਿੱਥੇ ਕਿ ਬੜਾ ਸਪਸ਼ਟ ਹੈਗਾ ਜਿਹੜਾ ਕਿ ਟ੍ਰਾਂਸਪੇਰੈਂਟ ਹੈਗਾ ਜਿੱਥੇ ਤੇ ਚਲੋ ਕੋਈ ਨੀ ਠੀਕ ਹੈ ਜੀ ਓਕੇ ਗਿੱਲ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਓਕੇ ਦੇ ਜੀ ਓਕੇ ਹਾਂਜੀ ਇਹ ਸੀਗੇ ਮੇਰੇ ਸਤਿਕਾਰਯੋਗ ਵੀ ਡਾਕਟਰ ਹਰੀਸ਼ ਮਹੋਤਰ ਜੀ ਜਿਹੜੇ ਕਿ ਪ੍ਰੋਗਰਾਮ ਦੀ ਵੀ ਸ਼ਲਾਘਾ ਕਰਕੇ ਗਏ ਆ ਤਾਂ ਇਸ ਕੰਪੇਨ ਦੇ ਵਿੱਚ ਸਾਰਿਆਂ ਨੂੰ ਅਪੀਲ ਕਰਕੇ ਗਏ ਹੈਗੇ ਆ ਜਿਹਦੇ ਵਿੱਚ ਸਾਰੇ ਸਿੱਖ ਗੁਰਦੁਆਰਿਆਂ ਵਿੱਚ ਵੀ ਪਟੀਸ਼ਨਾਂ ਪਹੁੰਚ ਚੁੱਕੀਆਂ ਹੈਗੀਆਂ ਇੰਡੀਅਨ ਵਰਕ ਐਸੋਸੀਏਸ਼ਨ ਬਾਰੇ ਦੇ ਲਈ ਬੜੀ ਮੁਹਿੰਮ ਚਲਾ ਰਹੀ ਹੈਗੀ ਆ ਵੀ ਇਸ ਵਿੱਚ ਸਾਥ ਦਿੱਤਾ ਜਾਵੇ ਹੋਰ ਵੀ ਜਿਹੜਾ ਹੈਗਾ ਸਾਰੇ ਲੋਕਾਂ ਨੂੰ ਅਪੀਲ ਕਰਦੇ ਆਪਣੇ ਸਾਰੇ ਸਰੋਤਿਆਂ ਨੂੰ ਵੀ change.org ਤੇ ਜਾ ਕੇ ਇਸ ਪਟੀਸ਼ਨ ਤੇ ਸਾਈਨ ਕਰਨ ਤਾਂ ਕਿ ਤੁਹਾਡੀ ਵੋਇਸ ਜਿਹੜੀ ਆ
ਤੁਹਾਡਾ ਕੱਲੇ ਕੱਲੇ ਦਾ ਨਾਂ ਚੰਗੇ ਕੰਮਾਂ ਦੇ ਵਿਚ ਲਿਖ ਹੋ ਸਕੇ ਤੇ ਹਾਂ ਸੰਸਾਰ ਦੇ ਵਿਚ ਕਾਨੂੰਨ ਬਣਾਉਣ ਲਈ ਔਰਤਾਂ ਦੀ ਸੁਰੱਖਿਅਤਾ ਵਾਸਤੇ ਤੁਹਾਡਾ ਵੀ ਬਹੁਤ ਯੋਗਦਾਨ ਹੈਗਾ। ਤੁਸੀਂ ਸਾਡੇ ਨਾਲ ਗੱਲ ਕਰ ਸਕਦੇ ਆ, ਸਾਡਾ ਫੋਨ ਘੁਮਾਓ 0116273 5959। ਜਿੰਨੇ ਵੀ ਗੱਲ ਕਰਨੀ ਆ ਸਾਰੇ ਬਰੀਫਲੀ ਰੱਖਣ। ਹਾਂਜੀ ਚੱਲਦੇ ਆ ਕੌਣ ਗੱਲ ਤੇ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ ਸਿੱਧਲ ਸਾਹਿਬ। ਸੁਖਦੇਵ ਸਿੰਘ ਬਾਂਸਲ, ਸਤਿ ਸ੍ਰੀ ਅਕਾਲ ਜੀ, ਬਹੁਤ ਧੰਨਵਾਦ ਤੁਹਾਡਾ। ਤੁਹਾਡੇ ਬਾਰੇ ਜ਼ਿਕਰ ਕਰਦੇ ਹਟੇ ਆ ਤੁਸੀਂ ਡਾਕਟਰ ਹਰਸ਼ਿੰਦਰ ਕੌਰ ਵਾਸਤੇ ਜਿਹੜੀ ਉਹਦਾ ਚੈਰਿਟੀ ਵਾਲੇ 1,00,000 ਰੁਪਈਆ ਵੀ ਰਾਤੀ ਦਿੱਤਾ ਤੇ ਬਾਕੀ ਤੁਸੀਂ ਉਹਦਾ ਓਵਰਆਲ ਹੋਰ ਕੀ ਕਹਿਣਾ ਚਾਹੋਗੇ? ਬਹੁਤ ਧੰਨਵਾਦ ਤੁਹਾਡਾ। ਸਿੱਧਲ ਸਾਹਿਬ ਗੱਲ ਇੰਜ ਹੈਗੀ ਹੈ ਕਿ ਜਿਹੜੀ ਸਾਡੀ ਜਿਹੜੀ ਸਾਰੀ ਕੌਮ ਦਾ ਜਿਹੜਾ ਪੱਠਾ ਬੈਠ ਜਾਣ ਦਾ ਕਾਰਨ ਇਹ ਹੈਗਾ ਕਿ ਸਾਡੇ ਜਿਹੜੇ ਧਾਰਮਿਕ ਅਦਾਰੇ ਹੈਗੇ ਆ ਉੱਥੇ ਲੋਕ ਇੱਦਾਂ ਦਾ ਰੌਲਾ ਤਾਂ ਜ਼ਰੂਰ ਪਾਉਂਦੇ ਆ ਜੀ, ਸਾਨੂੰ ਬੋਲਣ ਦਾ ਟਾਈਮ ਪਹਿਲਾਂ ਦਿਓ, ਸਾਨੂੰ ਚੌਧਰ ਪਹਿਲਾਂ ਦਿਓ, ਪਰ ਜਦੋਂ ਸੇਵਾ ਕਰਨ ਦਾ ਜਾਂ ਕੌਮ ਦੇ ਲਈ ਕੁਛ ਕਰਨ ਦਾ ਕੰਮ ਹੁੰਦਾ ਤਾਂ ਉਹ ਕਿਧਰੇ ਦਿਖਾਈ ਨਹੀਂ ਦਿੰਦੇ, ਉਹਨਾਂ ਦਾ ਨਾਮੋ ਨਿਸ਼ਾਨ ਦਿਖਾਈ ਨਹੀਂ ਦਿੰਦਾ, ਸਿਰਫ ਚੌਧਰ ਲਈ ਸਿਰਫ ਟਾਈਮ ਲੈਣ ਲਈ ਆਪਣੇ ਆਪ ਦੀ ਮਹੱਤਤਾ ਦਿਖਾਲਣ ਲਈ ਸਾਨੂੰ ਯਤਨਸ਼ੀਲ ਨਹੀਂ ਹੋਣਾ ਚਾਹੀਦਾ, ਸਾਨੂੰ ਕੌਮ ਦੀ ਜਿਹੜੀ ਢੈਂਡੀ ਕਲਾ ਹੈਗੀ ਆ ਉਹਨੂੰ ਸੰਭਾਲਣ ਲਈ ਕੁਛ ਕਰਨਾ ਚਾਹੀਦਾ ਜੀ। ਅਸੀਂ ਕਰਦੇ ਘੱਟ ਜੇ, ਗੱਲਾਂ ਬਾਤਾਂ ਅਸੀਂ ਬਹੁਤ ਕਰਦੇ ਜੀ, ਸਾਡੀ ਕੌਮ ਦੇ ਵਿਚ ਬੜੀ ਘਾਟ ਆ ਗਈ ਹੈਗੀ ਆ। ਜਿਹੜਾ ਗੁਰ ਉਪਦੇਸ਼ ਹੈਗਾ ਅਸੀਂ ਉਹ ਅੱਜ ਹਰਸ਼ਿੰਦਰ ਕੌਰ ਨੂੰ ਵੀ ਸੁਣ ਰਹੇ ਸੀ ਵੀ ਅਸੀਂ ਗੁਰ ਉਪਦੇਸ਼ ਤੋਂ ਬਿਲਕੁਲ ਉਖੜੇ ਹੋਏ ਆ, ਔਰ ਉਸ ਉਖੜਨ ਦੇ ਕਾਰਨ ਗੁਰ ਉਪਦੇਸ਼ ਆ, ਪਰ ਇਹੋ ਇੱਕ ਰਿਐਲਿਟੀ ਦੱਸ ਕੇ ਗਏ ਆ ਡਾਕਟਰ ਹਰਸ਼ਿੰਦਰ ਕੌਰ, ਕੋਈ ਵੀ ਧਰਮ ਜਿਹੜਾ ਆ ਉਹ ਇਸਤਰੀ ਦੇ ਜਿਹੜੇ ਜਾਤੀ ਦੇ ਰੱਖਿਆ ਵਾਸਤੇ ਕੋਈ ਉਹਨਾਂ ਕੋਲ ਕੋਈ ਇੱਦਾਂ ਦਾ ਪ੍ਰੋਗਰਾਮ ਨਹੀਂ ਹੈਗਾ, ਨਾ ਹੀ ਉਹ ਕੋਈ ਕਰਦੇ ਹੈਗੇ ਆ। ਤਾਂ ਇਹ ਤਾਂ ਸਾਡਾ ਇਹੋ ਹੈਗਾ। ਇੱਕ ਡਾਕਟਰ ਹਰਸ਼ਿੰਦਰ ਕੌਰ ਹੁਣੀ ਸਾਡੇ ਨਾਲ ਗੱਲਬਾਤ ਕਰਕੇ ਗਏ ਆ, ਬਾਕੀ ਫੇਰ ਵੀ ਸਾਨੂੰ ਕਿਉਂਕਿ ਸਿੱਖ ਰਿਲੀਜਨ ਜਿਹੜਾ ਹੈਗਾ ਉਹ ਬਹੁਤ ਜ਼ਿਆਦਾ ਪ੍ਰੋਗਰੈਸਿਵ ਰਿਲੀਜਨ ਆ, ਲੋਕਾਂ ਨੂੰ ਅੱਗੇ ਆਉਣਾ ਚਾਹੀਦਾ, ਧਾਰਮਿਕ ਆਗੂਆਂ ਨੂੰ ਵੀ ਅੱਗੇ ਆਉਣਾ ਚਾਹੀਦਾ, ਹੋਰ ਸੰਸਥਾਵਾਂ ਨੂੰ ਅੱਗੇ ਆਉਣਾ ਚਾਹੀਦਾ ਇੱਦਾਂ ਦੇ ਲੋਕਾਂ ਦੀ ਸਪੋਰਟ ਕਰਨ ਵਾਸਤੇ ਤੇ ਚੰਗੇ ਕਾਜ ਵੱਲ ਤੁਰਨ ਵਾਸਤੇ। ਹਾਂਜੀ ਸੀਤਲ ਸਾਹਿਬ, ਅਸੀਂ ਤੁਹਾਡੇ ਨਾਲ 100% ਐਗਰੀ ਹੈਗੇ ਆ ਕਿ ਬਹੁਤ ਸਾਰੀਆਂ ਗੱਲਾਂ ਸਾਡੇ ਸਮਾਜ ਦੇ ਵਿਚ ਨਹੀਂ ਹੈਗੀਆਂ ਜਿਹੜੀਆਂ ਹੋਣੀਆਂ ਜ਼ਰੂਰੀ ਨੇ, ਸਾਡੇ ਧਾਰਮਿਕ ਅਦਾਰਿਆਂ ਦੇ ਵਿਚ ਵੀ ਨਹੀਂ ਹੈਗੀਆਂ। ਇਸ ਕਰਕੇ ਸਾਨੂੰ ਯਤਨਸ਼ੀਲ ਹੋਣ ਦੀ ਲੋੜ ਹੈਗਾ, ਜਿਹੜੀ ਚੀਜ਼ ਸਾਡੇ ਅੰਦਰ ਘਾਟ ਹੈਗੀ ਆ ਉਸ ਘਾਟ ਨੂੰ ਪੂਰਾ ਕਰਨਾ ਚਾਹੀਦਾ ਜੀ। ਪਰ ਅਸੀਂ ਤੁਹਾਡਾ ਬਹੁਤਾ ਟਾਈਮ ਨਹੀਂ ਲੈਣਾ ਕਿਉਂਕਿ ਅੱਜ ਕਈਆਂ ਹੋਰ ਉਹਨਾਂ ਨੇ ਬੋਲਣਾ, ਇੱਥੇ ਹੀ ਸਾਡਾ ਧੰਨਵਾਦ। ਬਹੁਤ ਧੰਨਵਾਦ ਜੀ, ਥੈਂਕ ਯੂ। ਇਹ ਸੀਗੇ ਮੇਰੇ ਸਤਿਕਾਰਯੋਗ ਵੀ ਸਰਸਾਰ ਸੁਖਦੇਵ ਸਿੰਘ ਬਾਂਸਲ, ਜਿਹੜੇ ਕਿ ਕਾਫੀ ਇੱਦਾਂ ਦੀਆਂ ਜਿਹੜੀਆਂ ਲੋਕ ਪੱਖੀ ਕੋਈ ਵੀ ਮਹਿਮਾ ਚੱਲਦੀਆਂ ਉਹਦੇ ਵਿਚ ਵੱਧ ਚੜ ਕੇ ਆਪਣਾ ਸਾਥ ਦਿੰਦੇ ਆ, ਫਾਈਨੈਂਸ਼ੀਅਲੀ ਤੌਰ ਤੇ ਵੀ ਸਪੋਰਟ ਕਰਦੇ, ਆਪ ਵੀ ਆਪਣਾ ਯੋਗਦਾਨ ਪਾਉਂਦੇ ਹੈਗੇ ਆ। ਤੁਸੀਂ ਗੱਲ ਕਰ ਸਕਦੇ ਆ 0116273 5959 ਤੇ। ਆਪਾਂ ਇੱਕ ਗੀਤ ਵੀ ਤੁਹਾਨੂੰ ਥੋੜਾ ਜਿਹਾ ਸੁਣਾ ਦਈਏ, ਜੇ ਕੋਈ ਹੋਰ ਗੱਲਬਾਤ ਹੋਈ ਤਾਂ ਉਹਨਾਂ ਨਾਲ ਵੀ ਕਰ ਲਵਾਂਗੇ ਜੀ।
ਸੁਣ ਰਹੇ ਹੈਗੇ ਕੋਹਿਨੂਰ ਰੇਡੀਓ 97.3 FM ਸੀਤਲ ਸਿੰਘ ਗਿੱਲ ਦੇ ਨਾਲ। ਸਾਨੂੰ ਢੇਰ ਸਾਰੇ ਜਿਹੜੇ ਆ ਮੈਸੇਜ ਪਹੁੰਚੇ ਹੈਗੇ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਹੀ ਸਾਨੂੰ ਇਸ ਪ੍ਰੋਗਰਾਮ ਨੂੰ ਜਿਹੜਾ ਹੈ ਐਪਰੀਸ਼ੀਏਟ ਕਰਨ ਦੇ ਵਾਸਤੇ ਸਾਡਾ ਕੋਹਿਨੂਰ ਦਾ ਧੰਨਵਾਦ ਤੇ ਡਾਕਟਰ ਹਰਸ਼ਿੰਦਰ ਕੌਰ ਦਾ ਰੇਡੀਓ ਤੇ ਪ੍ਰੋਗਰਾਮ ਸ਼ਾਮਲ ਹੋਣ ਤੇ ਧੰਨਵਾਦ ਕਰਦੇ ਹੈਗੇ ਆ। ਕਰਕੇ ਗਏ ਮੈਸੇਜ ਰਾਹੀਂ ਸਾਨੂੰ ਪਹਿਲਾਂ ਪਹੁੰਚੇ ਹੈਗੇ ਆ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਕੁਲਦੀਪ ਸਿੰਘ ਚਹੇੜੀ ਹੁਣੀ, ਦਲਜੀਤ ਨੀਰ ਜੀ, ਜਸਵੀਰ ਕੌਰ ਹੋਣਾ ਦਾ, ਨਵਦੀਪ ਕੌਰ ਹੋਣਾ ਦਾ, ਰਾਜ ਕੁਮਾਰ ਹੋਣਾ ਦਾ, ਭਜਨ ਕੌਰ ਜੀ, ਭੈਣ ਜੀ ਪੰਜਾਬੀ ਟੀਚਰ, ਸਾਡੇ ਸਤਿਕਾਰਯੋਗ ਮੇਰੇ ਛੋਟੇ ਵੀਰ ਬਿਲਾ ਜੌਲ ਜੀ, ਜਸਵੰਤ ਕੌਰ ਜਿਹੜੇ ਸਾਡੇ ਕਵਿਤਾਵਾਂ ਵੀ ਲਿਖਦੇ ਆ, ਸਾਡੇ ਰੇਡੀਓ ਦੇ ਪ੍ਰੈਜੈਂਟਰ ਵੀ ਹੈਗੇ ਆ, ਸ਼ਿਵੇਗ ਸਿੰਘ ਜੀ, ਅਮਰਦੀਪ ਕੌਰ ਸੋਮਲ ਜਿਹੜੇ ਕਿ ਇਮੀਗ੍ਰੇਸ਼ਨ ਜੱਜ ਹੈਗੇ ਆ, ਤੇ ਹੋਰ ਜਿਹੜੇ ਹੈਗੇ ਆ ਜੇ ਐਸ ਰਤਨ ਜੀ, ਡਾਕਟਰ ਸੁਜਾਨ ਜੀ, ਰੂਪਰਾਲੀ ਭੈਣ ਜੀ, ਰਣਜੀਤ ਕੌਰ ਜੀ, ਸੰਧੂ ਸਾਹਿਬ ਜਿਹੜੇ ਹੈਗੇ ਆ, ਹਰਿੰਦਰ ਕੌਰ ਜੀ, ਜਸਵੀਰ ਰਾਮ ਜੀ, ਇਹ ਸਾਰਿਆਂ ਨੇ ਢੇਰ ਸਾਰੇ ਮੈਸੇਜ ਪਹਿਲਾਂ ਹੀ ਡਾਕਟਰ ਹਰਸ਼ਿੰਦਰ ਕੌਰ ਦਾ ਵੈਲਕਮ ਤੇ ਪ੍ਰੋਗਰਾਮ ਦੇ ਧੰਨਵਾਦ ਕਰਕੇ ਗਏ ਸੀਗੇ, ਕੋਹਿਨੂਰ ਰੇਡੀਓ ਦਾ ਸੁਨੇਹਾ ਦੇ ਕੇ ਗਏ ਸੀ ਇਹਨਾਂ ਸਾਰਿਆਂ ਦੇ। ਚਲੋ ਆਪਾਂ ਜਿਹੜੇ ਗੀਤ ਵੱਲ ਚਲਦੀਏ।
ਪ੍ਰੋਗਰਾਮ ਸੁਣਿਆ ਸੀਗਾ ਡਾਕਟਰ ਹਰਸ਼ਿੰਦਰ ਕੌਰ ਹੋਣਾ ਨਾ, ਅਸੀਂ ਹਰ ਅਕਸਰ ਕੋਸ਼ਿਸ਼ ਕਰਦੇ ਹੈਗੇ ਹਾਂ ਅਤੇ ਜਿਹੜੇ ਬੰਦੇ ਸਾਡੇ ਸਮਾਜ ਦੇ ਆਗੂ ਹੈਗੇ ਆ ਜਿਹੜੇ ਚੰਗੇ ਕੰਮ ਕਰਦੇ ਆ ਉਹਨਾਂ ਨੂੰ ਪ੍ਰਮੋਟ ਕਰੀਏ, ਜਿਹੜੀਆਂ ਮਾੜੀਆਂ ਬੁਰਿਆਈਆਂ ਉਹਨਾਂ ਨੂੰ ਐਕਸਪੋਜ ਕਰੀਏ। ਅਸੀਂ ਇਸੇ ਤਰ੍ਹਾਂ ਪ੍ਰੋਗਰਾਮ ਆਪਣੇ ਹਮੇਸ਼ਾ ਹੀ ਜਾਰੀ ਰੱਖਾਂਗੇ। ਆਉਣ ਵਾਲੇ ਸਮੇਂ ਵਿੱਚ ਸੁਣਦੇ ਰਹੋ। ਮੇਰਾ ਹੁਣ ਤੁਹਾਡੇ ਨਾਲ ਇੱਥੋਂ ਹੀ ਅਲਵਿਦਾ ਕਹਿਣ ਦਾ ਟਾਈਮ ਆ ਗਿਆ। ਮੈਂ ਤੁਹਾਨੂੰ ਅੱਜ ਦੇ ਇਸ ਹਫ਼ਤੇ ਦੇ ਪ੍ਰੋਗਰਾਮ ਜਿਹੜੇ ਸੀਗੇ ਇਹ ਅਗਲੇ ਹਫ਼ਤੇ ਫਿਰ ਤੁਹਾਡੀ ਸੇਵਾ ਵਿੱਚ ਸ਼ਾਮਲ ਹੋਵਾਂਗਾ। ਤੁਸੀਂ ਕੋਈ ਵੀ ਫੀਡਬੈਕ ਦੇਣਾ ਹੋਵੇ ਪ੍ਰੋਗਰਾਮ ਬਾਰੇ, ਸਾਡਾ ਰਿਸੈਪਸ਼ਨ ਦਾ ਨੰਬਰ ਹਮੇਸ਼ਾ ਯਾਦ ਰੱਖੋ, ਉੱਥੇ ਤੁਹਾਡੇ ਸੁਨੇਹੇ ਵੀ ਮਿਲ ਜਾਂਦੇ ਆ 0116273 4949 'ਤੇ ਫੋਨ ਕਰਕੇ। ਬਾਕੀ ਸਾਡਾ ਮੇਰੇ ਸਟੂਡੀਓ ਵਿੱਚ ਦਾ ਸਾਡਾ ਨੰਬਰ ਤੁਹਾਨੂੰ ਯਾਦ ਹੀ ਆ, ਉਹਦੇ ਲਈ ਮੇਰੇ ਨਾਲ ਗੱਲਬਾਤ ਕਰਨ ਲਈ ਮੈਂ ਨੈਕਸਟ ਵੀਕ ਤੁਹਾਡੀ ਸੇਵਾ 'ਚ ਹਾਜ਼ਰ ਹੋਵਾਂਗਾ।